ਜਦੋਂ ਅਸੀਂ ਸਭ ਖੜੇ ਹਾਂ ਔਰ ਯਸ਼ਾਯਾ ਉਹਦਾ 60 ਅਧਿਆਏ ਔਰ ਉਸਦੀ ਮੈਂ ਪਹਿਲੀ ਐਤ ਪੜ੍ਹ ਲੱਗਾ ਆ। ਯਸ਼ਾਯਾ 60 ਔਰ ਉਹਦੀ ਪਹਿਲੀ ਐਤ ਉੱਠ ਚਮਕ ਤੇਰਾ ਚਾਨਣ ਜੋ ਆ ਗਿਆ ਹੈ ਅਤੇ ਯਹੋਵਾ ਦਾ ਪ੍ਰਤਾਪ ਤੇਰੇ ਉੱਤੇ ਚਮਕਿਆ ਹੈ। ਵੇਖੋ ਤਾਂ ਹਨੇਰਾ ਧਰਤੀ ਨੂੰ ਟੱਕ ਲਵੇਗਾ ਅਤੇ ਉਮਤਾ ਨੂੰ ਘਟਾ, ਪਰ ਯਹੋਵਾ ਤੇਰੇ ਉੱਤੇ ਚਮਕੇਗਾ ਅਤੇ ਉਹਦਾ ਪ੍ਰਤਾਪ ਤੇਰੇ ਉੱਤੇ ਵਿਖਾਈ ਦੇਵੇਗਾ। ਔਰ ਇਸ ਦੇ ਨਾਲ ਹੀ ਮੈਂ ਜ਼ਬੂਰ 62 ਉਹਦੀ 1 ਐਤ ਤੋਂ ਪੜਾਂਗਾ। ਮੇਰੀ ਜਾਨ ਖੁਦਾ ਦੇ ਹੀ ਅੱਗੇ ਚੁੱਪਚਾਪ ਹੈ, ਮੇਰਾ ਬਚਾਓ ਉਸੇ ਵੱਲੋਂ ਹੈ, ਉਹ ਹੀ ਮੇਰੀ ਚਟਾਨ ਅਤੇ ਮੇਰਾ ਬਚਾਓ ਹੈ, ਉਹ ਮੇਰਾ ਉੱਚਾ ਗੜ੍ਹ, ਉਹ ਮੇਰਾ ਉੱਚਾ ਗੜ੍ਹ ਹੈ, ਮੈਂ ਬਹੁਤਾ ਨਾ ਡੋਲਾਂਗਾ। ਤੁਸੀਂ ਕਦ ਤੋੜੀ ਇੱਕ ਮਨੁੱਖ ਉੱਤੇ ਹੱਲਾ ਕਰਦੇ ਰਹੋਗੇ ਤਾਂ ਜੋ ਤੁਸੀਂ ਸਭ ਮਿਲ ਕੇ ਉਸਨੂੰ ਵੱਢ ਸੁੱਟੋ? ਜੋ ਝੁਕੀ ਹੋਈ ਕੰਧ 'ਤੇ ਹਿਲਦੀ ਹੋਈ ਵਾੜ ਵਰਗਾ ਹੈ, ਉਹ ਮਤਾ ਪਾਉਂਦੇ ਹਨ ਨਿਰਾ ਇਸ ਲਈ ਭਾਈ ਉਹ ਉਹਨੂੰ ਉਹਦੀ ਪਦਵੀ ਤੋਂ ਠੇਕਦੇ, ਉਹ ਝੂਠ ਨੂੰ ਪਸੰਦ ਕਰਦੇ ਹਨ। ਮੂੰਹੋਂ ਤਾਂ ਉਹ ਅਸੀਸ ਦਿੰਦੇ ਹਨ ਪਰ ਅੰਦਰੋਂ ਸਰਾਪ ਦਿੰਦੇ ਹਨ। ਸਲਾ ਹੇ ਮੇਰੀ ਜਾਨ, ਤੂੰ ਖੁਦਾ ਦੇ ਹੀ ਅੱਗੇ ਚੁੱਪ ਚਾਪ ਰਹੋ, ਕਿਉਂ ਜੋ ਮੇਰੀ ਟਾਂਗ ਉਸੇ ਵੱਲੋਂ ਹੈ, ਉਹ ਹੀ ਮੇਰੀ ਚਟਾਨ ਅਤੇ ਮੇਰਾ ਬਚਾਓ ਹੈ, ਉਹੀ ਮੇਰਾ ਉੱਚਾ ਗੜ੍ਹ ਹੈ, ਮੈਂ ਨਾ ਡੋਲਾਂਗਾ। ਮੇਰਾ ਬਚਾਓ ਅਤੇ ਮੇਰਾ ਪ੍ਰਤਾਪ ਖੁਦਾ ਉੱਤੇ ਕਾਇਮ ਹੈ। ਮੇਰੇ ਬਲ ਦੀ ਚਟਾਨ ਅਤੇ ਮੇਰੀ ਪਨਾਹ ਖੁਦਾ ਵਿੱਚ ਹੈ।
ਹੇ ਪ੍ਰਜਾ ਹਰ ਵੇਲੇ ਉਸ ਉੱਤੇ ਭਰੋਸਾ ਰੱਖੋ, ਆਪਣਾ ਮਨ ਉਹਦੇ ਅੱਗੇ ਖੋਲ ਦਿਓ। ਖੁਦਾ ਸਾਡੀ ਪਨਾਹ ਹੈ, ਸਹਲਾ। ਪ੍ਰਭੂ ਯੀਸ਼ੂ, ਅਸੀਂ ਬਹੁਤ ਹੀ ਨਮਰ ਹਿਰਦੇ ਤੋਂ ਤੇਰੇ ਅੱਗੇ ਆਉਂਦੇ ਹਾਂ। ਮੇਰੀ ਦੁਆ ਹੈ ਪ੍ਰਭੂ, ਇੱਥੇ ਤੇਰਾ ਪਵਿੱਤਰ ਆਤਮਾ ਸਾਰੇ ਵਾਤਾਵਰਣ ਨੂੰ ਆਪਣੇ ਕੰਟਰੋਲ ਵਿੱਚ ਲੈ ਲਏ, ਤਾਂ ਕਿ ਪ੍ਰਭੂ ਤੇਰੀ ਕਿਰਪਾ ਤੇਰੇ ਬੱਚਿਆਂ 'ਤੇ ਹੁੰਦੀ ਰਹੇ, ਔਰ ਜੋ ਤੇਰਾ ਵਚਨ ਪੜਿਆ, ਤੇਰਾ ਵਚਨ ਸਾਡੇ ਸਭਨਾਂ ਲਈ ਬਰਕਤ ਦਾ ਕਾਰਨ ਹੋਵੇ, ਤਾਂ ਕਿ ਸਾਰੀਆਂ ਗੱਲਾਂ ਵਿੱਚ ਪ੍ਰਭੂ ਯੀਸ਼ੂ ਮਸੀਹ ਤੂੰ ਮਹਿਮਾ ਪਾਏ। ਇਸ ਕਲੀਸਿਆ ਨੂੰ ਬਰਕਤ ਦੇ, ਭੈਣ ਭਰਾਵਾਂ ਨੂੰ ਬਰਕਤ ਦੇ, ਸਭ ਗੱਲਾਂ ਵਿੱਚ ਤੂੰ ਫਟਗਾਇਆ ਜਾਵੇ ਮੇਰੇ ਪ੍ਰਭੂ। ਔਰ ਜਬ ਪ੍ਰਭੂ ਉਸ ਵਿਸ਼ੇ 'ਤੇ ਜਿਸ 'ਤੇ ਸਾਡੇ ਨਬੀ ਨੇ ਬੋਲਿਆ, ਔਰ ਖੁਦਾਵਨ ਮੈਂ ਕੁਛ ਵਿਚਾਰ ਰੱਖਦਾ, ਤੂੰ ਮੇਰੀ ਅਗਵਾਈ ਕਰ, ਬੜੀ ਬਰਕਤ ਦੇ, ਰਹਿਨਮਾਈ ਕਰ। ਯੀਸ਼ੂ ਮਸੀਹ ਨਾਸਰੀ ਦੇ ਨਾਂ 'ਚ ਪ੍ਰਾਰਥਨਾ ਮੰਗਦੇ ਹਾਂ, ਆਮੀਨ ਆਮੀਨ। ਖੁਦਾਵੰਦ ਬੜੀ ਬਰਕਤ ਦੇ, ਗੋਡ ਬਲੈਸ ਯੂ, ਸ਼ਾਲੋਮ। ਤੁਸੀਂ ਬੈਠ ਸਕਦੇ ਹੋ। ਖੁਦਾਵੰਦ ਦੇ ਨਾਮ ਦੀ ਬਹੁਤ ਮਹਿਮਾ ਹੋਵੇ। ਕੀ ਤੁਸੀਂ ਪ੍ਰਭੂ ਯੀਸ਼ੂ ਮਸੀਹ ਲਈ ਇੱਕ ਜ਼ੋਰਦਾਰ ਤਾਲੀ ਮਾਰ ਸਕਦੇ ਹੋ? ਹਾਲੇਲੂਇਆ। ਖੁਦਾਵੰਦ ਤੁਹਾਨੂੰ ਸਭਨਾਂ ਨੂੰ ਬੜੀ ਬਰਕਤ ਦੇ। ਮੇਰੇ ਖਿਆਲ 'ਚ ਅਗਰ ਮੈਂ ਪੰਜਾਬੀ ਵਿੱਚ ਵੀ ਚੱਲਾਂ, ਕੋਈ ਪ੍ਰੋਬਲਮ ਨਹੀਂ ਹੋਏਗੀ, ਸਭਨਾਂ ਨੂੰ ਪੰਜਾਬੀ ਸਮਝ ਆਉਂਦੀ ਹੈ। ਔਨਲਾਈਨ ਵਾਲਿਆਂ ਨੂੰ ਵੀ ਮੈਨੂੰ ਉਮੀਦ ਹੈ ਉਹ ਪੰਜਾਬੀ ਸਮਝ ਲੈਂਦੇ ਹੈ। ਖੁਦਾਵੰਦ ਸਭਨਾਂ ਨੂੰ ਬੜੀ ਬਰਕਤ ਦੇਵੇ। ਬਹੁਤ ਜ਼ਿਆਦਾ ਠੰਡ ਹੈ, ਔਰ ਪਹਿਲੀ ਵਾਰ ਮੈਂ ਇੰਨੀ ਠੰਡ ਨੂੰ ਮਹਿਸੂਸ ਕੀਤਾ ਹੈ, ਔਰ ਪਰ ਮੈਨੂੰ ਲੱਗਦਾ ਚਾਹੇ ਕੁਛ ਵੀ ਹੋਵੇ, ਇਹ ਠੰਡ ਸਾਡੇ ਇਰਾਦਿਆਂ ਨੂੰ ਰੋਕ ਨਹੀਂ ਸਕਦੀ। ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇ, ਔਰ ਖੁਦਾਵੰਦ ਦਾ ਧੰਨਵਾਦ। ਤੁਸੀਂ ਸਾਰੇ ਪ੍ਰਭੂ ਦੇ ਘਰ ਵਿੱਚ ਆਏ ਹੋ। ਸਾਡੇ ਵਿਚਕਾਰ ਇੱਕ ਨਵੀਂ ਭੈਣ ਭਾਈ ਵਰਿੰਦਰ ਮਨੂ ਸਮਰਾਲੇ ਤੋਂ ਆਈ ਆ, ਔਰ ਭੈਣ ਬੇਅੰਤ ਕੌਰ, ਉਹਨਾਂ ਦਾ ਵੀ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਸਵਾਗਤ ਹੈ। ਪ੍ਰਭੂ ਉਹਨਾਂ ਨੂੰ ਬੜੀ ਬਰਕਤ ਹੈ। ਔਰ ਜਿਹੜੇ ਤੁਸੀਂ ਸਭ ਆਏ ਹੋ, ਪ੍ਰਭੂ ਬਹੁਤ ਬਹੁਤ ਬਰਕਤ ਹੈ। ਆਮੇਨ। ਖੁਦਾ ਦਾ ਨਾਮ ਸਾਡੀਆਂ ਜ਼ਿੰਦਗੀਆਂ 'ਚ ਮਹਿਮਾ ਪਾਏ। ਕੀ ਤੁਸੀਂ ਖੁਸ਼ ਹੋ? ਮੈਂ ਵੀ ਖੁਸ਼ ਹਾਂ, ਕਿਉਂਕਿ ਸਾਰੀਆਂ ਗੱਲਾਂ ਜੋ ਕੁਛ ਵੀ ਕਰਦਾ ਉਹ ਪ੍ਰਭੂ ਹੀ ਕਰਦਾ ਹੈ। ਆਮੇਨ। ਖੁਦਾ ਤੁਹਾਨੂੰ ਸਭਨਾਂ ਨੂੰ ਬੜੀ ਬਰਕਤ ਦੇ। ਤਾਂ ਮੈਂ ਅੱਜ ਇੱਕ ਵਿਸ਼ੇ 'ਚ ਚੱਲਣਾ ਹੈ ਤੁਹਾਡੇ ਨਾਲ, ਔਰ ਵਿਸ਼ੇ ਦਾ ਟੋਪਿਕ ਤੁਸੀਂ ਪੜ੍ਹਦੇ ਹੋ ਅਤੇ ਸਾਫ ਨਜ਼ਰ ਆਉਂਦਾ ਹੈ ਕੀ ਹੈ, ਯੂਟਿਊਬ ਉੱਤੇ ਸ਼ਲੋਮ। ਆਮੇਨ। ਔਰ ਖੈਰ, ਮੇਰਾ ਇਰਾਦਾ ਨਹੀਂ ਸੀ ਕਿ ਮੈਂ ਇਸ ਵਿਸ਼ੇ ਨੂੰ ਪ੍ਰਚਾਰ ਕਰਾਂ ਅੱਜ, ਪਰ ਇਸ ਤੋਂ ਪਹਿਲਾਂ ਮੈਂ ਵਿਸ਼ੇ ਨੂੰ ਪ੍ਰਚਾਰ ਕਰਾਂ, ਮੈਂ ਕਹਿਣਾ ਚਾਹੁੰਦਾ, ਹੇ ਮਸੀਹ ਯੀਸ਼ੂ ਦੀ ਲਾੜੀ, ਤੈਨੂੰ ਸ਼ਲੋਮ। ਆਮੀਨ।
ਔਰ ਇਹ ਕਿੰਨਾ ਇੰਪੋਰਟੈਂਟ ਆ ਉਹ ਅੱਜ ਅਸੀਂ ਸਮਝਾਂਗੇ। ਹਾਲੇਲੂਇਆ। ਪਰ ਮੈਂ ਪਹਿਲੇ ਹੀ ਕਹਿ ਦੇਣਾ ਚਾਹੁੰਦਾ ਕਿ ਮੈਂ ਪ੍ਰਭੂ ਯੇਸ਼ੂ ਮਸੀਹ ਨੂੰ ਦਿਲ ਤੋਂ ਬਹੁਤ ਪਿਆਰ ਕਰਦਾ ਹਾਂ ਔਰ ਹਰ ਇੱਕ ਮੈਂਬਰ ਮਸੀਹ ਯੇਸ਼ੂ ਨੂੰ ਮਹਿਮਾ ਦੇ ਰਿਹਾ। ਪਿਛਲਾ ਹਫ਼ਤਾ ਬੜਾ ਵਿਚਿੱਤਰ ਗੁਜ਼ਰਿਆ। ਲਗਭਗ ਅਸੀਂ ਜਾਣਦੇ ਹਾਂ ਪਿਛਲੇ ਹਫ਼ਤੇ ਦੇ ਤੋਂ ਪਿਛਲੇ ਹਫ਼ਤੇ ਦੇ ਵਿਚਕਾਰ ਸਾਡੇ ਭਾਈ ਰੋਨੀ ਇਸ ਦੁਨੀਆ ਤੋਂ ਚਲੇ ਗਏ ਔਰ ਇਸੇ ਹਫ਼ਤੇ ਉਹਨਾਂ ਦੀ ਮੈਮੋਰੀਅਲ ਸਰਵਿਸ ਸੀ ਔਰ ਜਦੋਂ ਮੈਮੋਰੀਅਲ ਸਰਵਿਸ ਤੋਂ ਬਾਅਦ ਭੈਣ ਨਿੱਕੀ ਨੂੰ ਆਂਟੀ ਹੁਣੇ ਘਰ ਲੈ ਕੇ ਆਏ ਅਤੇ ਮੈਂ ਉਹਨਾਂ ਦੇ ਘਰ ਗਿਆ ਮਿਲਣ ਲਈ ਔਰ ਕਿ ਚਲੋ ਮੈਂ ਲੜਕੀ ਨੂੰ ਮਿਲਦਾ, ਪਰਿਵਾਰ ਨੂੰ ਦਿਲਾਸਾ ਦੇਣਾ, ਕੁਛ ਪਤਾ ਕਰਦਾ ਕਿ ਕਿੱਦਾਂ ਦੀ ਸਥਿਤੀ ਰਹੀ, ਕੀ ਹੋਇਆ, ਕੀ ਨਹੀਂ ਰਿਹਾ। ਕਿਉਂਕਿ ਮੇਰੇ ਕੋਲ ਦਿੱਲੀ ਤੋਂ ਭਾਈ ਕਰਨ ਪਾਲ ਹੋਣੇ ਆਏ ਸੀ, ਹੋਰ ਸੇਵਕ ਭਾਈ ਆਏ ਸੀ ਮੇਰੇ ਕੋਲ ਫਿਰੋਜ਼ਪੁਰ ਤੋਂ, ਭਾਈ ਬੋਟ ਸਿੰਘ ਹੋਣੇ। ਇਸ ਕਾਰਨ ਮੈਂ ਜਿਹੜਾ ਆ ਉਹ ਨਹੀਂ ਜਾ ਪਾਇਆ। ਲੇਕਿਨ ਹੋਇਆ ਇੱਦਾਂ ਕਿ ਜਦੋਂ ਮੈਂ ਸ਼ਾਮ ਨੂੰ ਗਿਆ ਤਾਂ ਮੈਂ ਚਾਹਿਆ ਕਿ ਮੈਂ ਉਸ ਪਰਿਵਾਰ ਨੂੰ ਤਸੱਲੀ ਦੇਵਾਂ। ਦੇਖੋ, ਤਸੱਲੀ ਪ੍ਰਭੂ ਹੀ ਦੇ ਸਕਦਾ ਆ, ਇਹ ਗੱਲ ਪੱਕੀ ਹੈ। ਬੰਦਾ ਜਿੰਨਾ ਮਰਜ਼ੀ ਤਸੱਲੀ ਦੀਆਂ ਗੱਲਾਂ ਬੋਲ ਲਵੇ, ਤਸੱਲੀ ਨਹੀਂ ਮਿਲਦੀ। ਤਸੱਲੀ ਤਾਂ ਇੱਕੋ ਹੀ ਦੇ ਸਕਦਾ, ਉਹ ਪ੍ਰਭੂ ਦਾ ਵਚਨ ਹੈ। ਆਮੀਨ। ਔਰ ਸਭ ਤੋਂ ਵੱਡੀ ਗੱਲ ਇਹ, ਅਗਰ ਕੋਈ ਸੱਚੀ ਤੌਬਾ ਕਰਦਾ ਹੋਇਆ ਪ੍ਰਭੂ 'ਚ ਸੌਂ ਗਿਆ, ਇਸ ਤੋਂ ਵੱਡੀ ਤਸੱਲੀ ਹੋਈ ਨਹੀਂ ਕੋਈ। ਆਮੀਨ। ਔਰ ਅਸੀਂ ਜਾਣਦੇ ਹਾਂ ਉਹਦੀ ਮੰਜ਼ਿਲ ਕਿੱਥੇ ਹੈ। ਲੇਕਿਨ ਜਿਹੜੀ ਮੈਂ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਹਾਂ ਵਚਨ 'ਚੋਂ, ਉਹ ਇਹ ਹੈ ਕਿ ਮੈਂ ਜਦੋਂ ਭਾਈ ਦੇ ਘਰ ਬੈਠਾ ਤਾਂ ਟਾਈਮ ਹੋ ਗਿਆ 8 ਵੱਜ ਗਏ ਔਰ ਕਿਹਾ ਗਿਆ ਕਿ ਫੈਮਿਲੀ ਆਲਟਰ ਦਾ ਟਾਈਮ ਹੋ ਗਿਆ, ਕਿਉਂ ਨਾ ਪ੍ਰਾਰਥਨਾ ਕੀਤੀ ਜਾਵੇ। ਮੈਂ ਕਿਹਾ ਓਕੇ, ਠੀਕ ਹੈ, ਪ੍ਰਾਰਥਨਾ ਕਰਦੇ ਹਾਂ। ਪ੍ਰਾਰਥਨਾ ਆ, ਉਹ ਤੋਂ ਬਾਅਦ ਵਚਨ ਪੜ੍ਹਨਾ ਆ। ਜਦੋਂ ਵਚਨ ਪੜ੍ਹਨ ਵੱਲ ਗਿਆ ਮੈਂ ਔਰ ਮੈਂ ਚਾਹਿਆ ਕਿ ਵਚਨ ਅਸੀਂ ਪੜ੍ਹੀਏ ਔਰ ਇੱਕਦਮ ਮੇਰੇ ਦਿਮਾਗ ਵਿੱਚ ਵਰਸ ਨਾ ਕੋਈ ਆਵੇ ਕਿ ਮੈਂ ਕਿਹੜੀ ਵਰਸ ਬੋਲਾਂ, ਕਿਹਦੇ 'ਤੇ ਪੜ੍ਹਾਂ, ਕਿਹੜਾ ਵਿਸ਼ਾ ਲਵਾਂ। ਕੁਛ ਨਹੀਂ ਆ ਰਿਹਾ ਦਿਮਾਗ ਦੇ ਅੰਦਰ। ਇੱਕਦਮ ਇੱਕ ਵਿਚਾਰ ਆਇਆ ਔਰ ਵਿਚਾਰ ਇਹ ਸੀ ਕਿ ਤੂੰ ਸ਼ਲੋਮ 'ਤੇ ਬੋਲੀ। ਤੁਰੰਤ ਮੈਂ ਉਹ ਲੱਭਿਆ ਜੋ ਮੇਰੇ ਕੋਲ ਨੋਟ ਸੀਗੇ ਕਿ ਸ਼ਲੋਮ ਦੇ ਬਾਰੇ, ਜੋ ਮੈਂ ਲੈ ਕੇ ਵੀ ਆਇਆ, ਔਰ ਇਹ ਸੀਗਾ ਸ਼ਲੋਮ ਇਨ ਦਾ ਬਾਈਬਲ, ਇਹਦੇ ਬਾਰੇ। ਔਰ ਮੇਰੇ ਕੋਲ ਭਰੇ ਪਏ ਆ ਪਿੱਛੇ ਔਰ ਮੈਂ ਬਹੁਤ ਕੁਛ ਇਕੱਠਾ ਕਰਕੇ ਲਿਆਇਆ। ਔਰ ਮੈਂ ਕਿਹਾ ਚਲੋ ਮੈਂ ਇਸ ਚੀਜ਼ ਨੂੰ ਕੁਛ ਬੋਲਦਾ ਹਾਂ, ਰੱਖਦਾ ਹਾਂ। ਔਰ ਮੈਂ ਰੱਖਣਾ ਸ਼ੁਰੂ ਕੀਤਾ, ਗੱਲਾਂ ਦੱਸਣੀਆਂ, ਔਰ ਮੈਂ ਬੋਲਿਆ ਸ਼ਲੋਮ ਦਾ ਵਿਸ਼ਾ ਸ਼ਾਮਾਂ ਨੂੰ, ਸ਼ਾਂਤੀ ਦੀਆਂ ਗੱਲਾਂ ਬੋਲੀਆਂ। ਔਰ ਮੈਂ ਤੁਹਾਨੂੰ ਬਾਈਬਲ 'ਚੋਂ ਵੀ ਪੜ੍ਹਾਊਂਗਾ। ਪਹਿਲੀ ਵਾਰ ਸ਼ਲੋਮ ਸੰਬੰਧਿਤ ਸੀ
ਕਿਸੇ ਦੀ ਮੌਤ ਦੇ ਨਾਲ। ਔਰ ਮੈਂ ਉਸ ਦਿਨ ਆਇਤ ਵਿੱਚ ਬੋਲ ਵੀ ਰਿਹਾ ਸੀ, ਔਰ ਜਦ ਮੈਂ ਇਹਦੇ 'ਤੇ ਆਇਆ ਔਰ ਕੱਲ੍ਹ ਸ਼ਨੀਵਾਰ ਦਾ ਦਿਨ ਔਰ ਦਿਮਾਗ 'ਚ ਮੈਂ ਬੈਠਾ ਬੈਠਾ ਆਪਣੇ ਕਮਰੇ ਵਿੱਚ ਸੋਚ ਰਿਹਾ ਕਿ ਮੈਂ ਕੀ ਬੋਲਾਂ। ਕੱਲ੍ਹ ਸਤਿਯੁਗਾਂ ਦੀ ਸਟੱਡੀ ਚੱਲਦੀ ਹੈ, ਉਹਦੇ 'ਤੇ ਰੱਖਾਂ ਕਿ ਕੋਈ ਹੋਰ ਵਿਸ਼ਾ ਰੱਖਾਂ। ਬਸ ਇੱਦਾਂ ਦੇ ਵਿਚਾਰਾਂ ਦੇ ਵਿੱਚ ਹੀ ਸੀਗਾ ਮੈਂ। ਜਦ ਮੈਂ ਇੱਦਾਂ ਦੀ ਕਲਪਨਾ ਵਿਚਾਰਾਂ ਦੇ ਵਿੱਚ ਲੱਗਾ ਹੋਇਆ ਤਾਂ ਅਚਾਨਕ ਹੀ ਜਿਹੜਾ ਆ ਕੀ ਹੋਇਆ, ਅਚਾਨਕ ਹੀ ਤਾਂ ਇੱਦਾਂ ਹੋਇਆ ਕਿ ਮੇਰੇ ਸਾਹਮਣੇ ਇੱਕ ਵਿਸ਼ਾ ਆਉਣਾ ਸ਼ੁਰੂ ਹੋਇਆ ਦੁਬਾਰਾ, ਕਿ ਉਹ ਵਿਸ਼ਾ ਇਹ ਸੀਗਾ ਕਿ ਕੱਲ੍ਹ ਤੂੰ ਸ਼ਲੋਮ 'ਤੇ ਬੋਲਿਆ ਕਿ ਉਹਨਾਂ ਤੂੰ ਸ਼ਲੋਮ ਹੀ ਬੋਲਦੇ। ਮੈਂ ਆਪਣੀ ਵਾਈਫ ਨੂੰ ਕਿਹਾ ਕਿ ਮੈਸੇਜ ਚੱਕੀ, ਬ੍ਰਦਰ ਬ੍ਰਾਨਮ ਨੇ ਪ੍ਰਚਾਰ ਕੀਤਾ ਸ਼ਲੋਮ, ਅਤੇ ਉਹਨੇ ਕਿਹਾ ਕਦੋਂ ਦਾ, ਮੈਂ ਕਿਹਾ ਲਿਸਟ ਵਿੱਚ ਮੈਂ ਦੇਖ ਕੇ ਦੱਸਦਾ, ਉਹ ਲਿਸਟ ਨੰਬਰ, ਮੈਂ ਕਿ ਲਿਸਟ ਨੰਬਰ ਇੰਨਾ ਆ, ਲਿਸਟ ਨੰਬਰ ਔਰ ਇੰਨਾ ਤੁਸੀਂ ਚੈੱਕ ਕਰੋ, ਅਤੇ ਉਹਨੇ ਚੈੱਕ ਕੀਤਾ ਖੈਰ ਮੇਰੀ ਵਾਈਫ ਨੇ, ਔਰ ਮੈਨੂੰ ਉਹ ਦੇ ਦਿੱਤਾ ਜਿਹੜਾ ਸੀਗਾ ਮੇਰੇ ਕੋਲ। ਔਰ ਉਹ ਮੈਸੇਜ ਜਦੋਂ ਮੈਂ ਫੜਿਆ ਔਰ ਮੈਂ ਪੜ੍ਹਨਾ ਸ਼ੁਰੂ ਕੀਤਾ ਉਹਨੂੰ ਮੈਸੇਜ ਨੂੰ, ਤਾਂ ਹੋਇਆ ਇੱਦਾਂ ਕਿ ਉਹਦਾ ਡੇਟ ਲਿਖੀ ਹੋਈ ਸੀ 12 ਜਨਵਰੀ। ਇਹ ਮੈਂ ਇੱਕਦਮ ਮੇਰਾ ਦਿਮਾਗ ਜੁੜ ਗਿਆ, ਮੈਂ ਕਿਹਾ ਕਮਾਲ ਦੀ ਗੱਲ ਹੈ, ਦੇਖੋ ਪ੍ਰਭੂ ਦਾ ਕਿੰਨਾ ਤਨਖਾਹ ਦਿਆ। ਕੱਲ੍ਹ ਵੀ 12 ਜਨਵਰੀ ਸੀ, ਅੱਜ ਤੋਂ 50 ਸਾਲ ਪਹਿਲਾਂ, ਔਰ 12 ਜਨਵਰੀ ਵਾਲੇ ਦਿਨ ਹੀ ਅਚਾਨਕ ਹੀ ਮੈਂ ਵਿਸ਼ਾ ਪ੍ਰਚਾਰ ਕਰ ਰਿਹਾ ਸ਼ਲੋਮ, ਅਤੇ ਉੱਧਰੋਂ ਮੈਂ ਵੀ ਪੜ੍ਹਦਾ ਪਿਆ ਹਾਂ ਅਤੇ ਉਹ ਵਿਸ਼ਾ ਕਿਹੜਾ ਆ ਰਿਹਾ ਮੇਰੇ ਅੱਗੇ, ਸ਼ਲੋਮ। ਮੈਂ ਕਿਹਾ ਪ੍ਰਭੂ ਤੇਰਾ ਕਿੰਨਾ ਧੰਨਵਾਦ ਆ ਕਿ ਤੂੰ ਇਹ ਵਿਸ਼ੇ ਤੋਂ ਸਾਨੂੰ ਜਾਣੂ ਕਰ ਪਾ ਰਿਹਾ, ਹਾਲੇਲੂਇਆ। ਔਰ ਜਦ ਉਹ ਇਹ ਗੱਲ ਮੈਂ ਕਰ ਰਿਹਾ ਸੀਗਾ ਔਰ ਮੈਂ ਰੱਖਿਆ ਵਿਸ਼ਾ ਔਰ ਮੈਂ ਉੱਥੇ ਪੜ੍ਹਨਾ ਸ਼ੁਰੂ ਕੀਤਾ ਅਤੇ ਅਚਾਨਕ ਹੀ ਮੇਰਾ ਧਿਆਨ ਪਿਆ ਕਿ ਇਹ ਸ਼ਲੋਮ ਸ਼ਬਦ ਮੈਸੇਜ ਜੋ ਨਬੀ ਬ੍ਰਦਰ ਬ੍ਰਾਨਮ ਨੇ ਪ੍ਰਚਾਰ ਕੀਤਾ, ਇਹ ਸ਼ਲੋਮ ਪ੍ਰਚਾਰ ਕੀਤਾ ਗਿਆ ਸੀ ਅੱਜ ਤੋਂ, ਮਤਲਬ ਨਬੀ ਨੇ 1960 ਦੇ ਕਰੀਬ ਲਗਭਗ 1964 ਵਿੱਚ, ਔਰ ਜਦੋਂ ਨਬੀ ਨੇ 1964 ਵਿੱਚ ਪ੍ਰਚਾਰ ਕੀਤਾ ਇਹ ਸ਼ਲੋਮ ਸ਼ਬਦ ਔਰ ਸ਼ਲੋਮ ਮੈਸੇਜ, ਅਤੇ ਮੇਰਾ ਧਿਆਨ ਉੱਧਰ ਜਦੋਂ ਚਲਾ ਗਿਆ ਔਰ ਮੈਂ ਪਾਇਆ ਕਿ ਇੱਕ ਹਿੰਦੀ ਦੀ ਕਿਤਾਬ ਛਪੀ ਸੀਗੀ, ਬਾਏ ਮਿਸਟੇਕ ਉਹਨਾਂ ਕੋਲ 12 ਜਨਵਰੀ ਦੀ ਬਜਾਏ ਹਿੰਦੀ ਵਿਚਕਾਰ 14 ਜਨਵਰੀ ਲਿਖਿਆ ਸੀ। ਮੈਂ ਕੀ ਕਹਿ ਰਿਹਾ, ਬਾਏ ਮਿਸਟੇਕ, ਕਿਉਂਕਿ ਨਬੀ ਨੇ ਦੋ ਪ੍ਰਚਾਰ ਕੀਤੇ, ਇੱਕ ਪ੍ਰਚਾਰ ਕੀਤਾ ਉਹਨੇ 12 ਜਨਵਰੀ ਨੂੰ ਔਰ ਇੱਕ ਪ੍ਰਚਾਰ ਕੀਤਾ ਉਹਨੇ ਜਿਹੜਾ ਆ 19 ਜਨਵਰੀ ਨੂੰ, ਪਰ ਜਿਹੜਾ 12 ਜਨਵਰੀ ਦਾ ਮੈਸੇਜ ਸੀਗਾ ਇਹ ਬਾਏ ਮਿਸਟੇਕ, ਮੈਂ ਤੁਹਾਨੂੰ ਦੱਸ ਰਿਹਾ ਇਹ ਬਾਏ ਮਿਸਟੇਕ 12 ਜਨਵਰੀ ਦਾ ਮੈਸੇਜ ਕਦੋਂ ਲਿਖਿਆ ਗਿਆ, 14 ਜਨਵਰੀ ਨੂੰ। ਮੈਂ ਕਿਹਾ ਦੇਖੋ ਪ੍ਰਭੂ ਦਾ ਕਿੰਨਾ ਧੰਨਵਾਦ ਆ, ਹੈ ਮੈਂ ਕਿਹਾ ਸ਼ੁੱਕਰਵਾਰ 12 ਜਨਵਰੀ ਹੈ, ਅੱਜ 14 ਜਨਵਰੀ ਹੈ,
ਹੈ ਕੱਲ ਜੋ ਕਿਹਾ 14 ਜਨਵਰੀ ਹੈ। ਮੈਂ ਕਿਹਾ ਮੈਂ ਸੋਚਦਾ ਬਾਈ ਮੈਂ ਸਟੇਕ ਹੀ ਨਹੀਂ ਹੈ, ਅਸਲ ਵਿੱਚ ਭਵਿੱਖ ਵਿੱਚ ਇਹ ਦੋਨੇ ਪ੍ਰਚਾਰ ਅਸੀਂ ਕਿਤੇ ਨਾ ਕਿਤੇ ਕਰਨੇ ਸੀਗੇ। ਹਾਲੇਲੂਇਆ। ਤੋ ਇਸ ਗੱਲ ਤੋਂ ਮੈਂ ਬੜਾ ਖੁਸ਼ ਹੋਇਆ। ਮੈਂ ਕਿਹਾ ਪ੍ਰਭੂ ਤੇਰਾ ਧੰਨਵਾਦ, ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਔਰ ਮੈਂ ਇਹਨਾਂ ਗੱਲਾਂ ਤੋਂ ਬੜਾ ਆਨੰਦਿਤ ਹੋ ਕੇ ਪ੍ਰਭੂ ਨੂੰ ਮਹਿਮਾ ਦੇ ਰਿਹਾ ਸੀ। ਹਾਲੇਲੂਇਆ। ਤੋ ਪ੍ਰਭੂ ਦਾ ਧੰਨਵਾਦ ਆ। ਸਾਡਾ ਨਬੀ ਜਦੋਂ ਆਇਆ ਤੇ ਉਹਨੇ ਇਹ ਪ੍ਰਚਾਰ ਕੀਤਾ ਸ਼ਲੋਮ, ਔਰ ਜਦੋਂ ਨਬੀ ਨੇ ਪ੍ਰਚਾਰ ਕੀਤਾ ਤੇ ਉਹਨੇ ਨਬੀ ਨੇ ਆਇਤਾਂ ਉਹੀ ਲਈਆਂ, ਕਿਹੜਾ ਯਸ਼ਾਇਆ 60 ਅਧਿਆਇ ਔਰ ਉਹਦੀ ਪਹਿਲੀ ਤੇ ਦੂਜੀ ਆਇਤ, ਅਤੇ ਉਹਦੇ ਵਿੱਚ ਕਿਹਾ ਗਿਆ ਉੱਠ ਚਨਕ, ਤੇਰਾ ਚਾਨਣ ਜੋ ਆ ਗਿਆ ਹੈ ਅਤੇ ਯਹੋਵਾ ਦਾ ਪ੍ਰਤਾਪ ਤੇਰੇ ਉੱਤੇ ਚਮਕਿਆ ਆਇਆ। ਔਰ ਨਬੀ ਕਹਿੰਦਾ ਮੈਂ ਇਹ ਪ੍ਰਚਾਰ ਕਰਨ ਵਾਲਾ ਨਵੇਂ ਸਾਲ ਦੇ ਬਾਰੇ। ਹਾਲੇਲੂਇਆ। ਉਹ ਕਹਿੰਦਾ ਨਵਾਂ ਸਾਲ ਸ਼ੁਰੂ ਹੋਇਆ ਤੇ ਮੈਂ ਇਹਦੇ ਤੇ ਪ੍ਰਚਾਰ ਕਰਨ ਵਾਲਾ ਆ, ਉੱਠ ਚਮਕ, ਤੇਰਾ ਚਾਨਣ ਜੋ ਆ ਗਿਆ ਹੈ ਅਤੇ ਯਹੋਵਾ ਦਾ ਪ੍ਰਤਾਪ ਤੇਰੇ ਉੱਤੇ ਚਮਕਿਆ ਆਇਆ। ਤੇ ਮੈਂ ਮਛਵਾੜੇ ਦੀ ਲਾੜੀ ਨੂੰ ਕਹਿਣਾ ਚਾਹੁੰਦਾ, ਲਾੜੀਏ ਉੱਠ, ਲਾੜੀਏ ਚਮਕ, ਤੇਰਾ ਪ੍ਰਤਾਪ ਜੋ ਆ ਪਹੁੰਚਿਆ ਹੈ, ਯਹੋਵਾ ਦਾ ਤੇਜ ਤੇਰੇ ਉੱਤੇ ਚਮਕਿਆ ਆਇਆ। ਹਾਲੇਲੂਇਆ। ਔਰ ਫਿਰ ਉਹ ਕਹਿੰਦਾ ਤਾਂ ਵੇਖੋ ਹਨੇਰਾ ਧਰਤੀ ਨੂੰ ਟੱਕ ਲਵੇਗਾ। ਆਮੇਨ। ਲੋਕਾਂ ਤੇ ਘੁੱਪ ਹਨੇਰਾ ਹੋਵੇਗਾ ਪਰ ਯਹੋਵਾ ਤੇਰੇ ਉੱਤੇ ਚਮਕੇਗਾ ਅਤੇ ਉਹਦਾ ਪ੍ਰਤਾਪ ਸਾਜਿਸ਼ ਹੋ ਰਹੀ ਹੈ। ਆਮੇਨ। ਪਰ ਜਦ ਉਹਨੂੰ ਡੇਗਣ ਦੀ ਇਹ ਸਾਜਿਸ਼ ਚੱਲ ਰਹੀ ਆ ਮੇਰੇ ਅਜੀਜੋ, ਮੇਰੇ ਭੈਣ ਭਰਾਓ, ਉੱਥੇ ਵਚਨ ਇੱਕ ਗੱਲ ਬੋਲਦਾ ਆ। ਔਰ ਗੱਲ ਕੀ ਹੈ ਵਚਨ ਦੀ? ਵਚਨ ਦੀ ਗੱਲ ਇਹ ਆ ਜਿਹੜੀ ਅਸੀਂ ਪੜ੍ਹ ਰਹੇ ਹਾਂ ਕਿ ਜਦ ਮਨੁੱਖ ਕਿਸੇ ਬੰਦੇ ਨੂੰ ਡੇਗਣ 'ਤੇ ਲੱਗੇ ਆ, ਉਹਨੂੰ ਸ਼ਰਾਪ ਦੇ ਰਹੇ ਆ, ਔਰ ਜਦ ਉਹਦੇ ਉੱਤੇ ਜਿਹੜਾ ਤਰ੍ਹਾਂ ਤਰ੍ਹਾਂ ਦੇ ਗੱਲਾਂ ਕਰ ਰਹੇ ਆ, ਉਹਦੇ ਨਾਲ ਖਾਰ ਖਾ ਰਹੇ ਆ, ਉਹਨੂੰ ਗਰਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ, ਜਦ ਬੰਦੇ ਇੱਦਾਂ ਦੀਆਂ ਚਾਲਾਂ ਚੱਲ ਰਹੇ ਆ, ਉਸ ਸਮੇਂ ਯਹੋਵਾ ਦਾ ਪ੍ਰਤਾਪ, ਹਾਲੇਲੂਇਆ, ਉਹ ਸੱਚੇ ਬੰਦੇ ਉੱਤੇ ਚਮਕ ਰਿਹਾ ਹੁੰਦਾ ਆ। ਆਮੇਨ। ਯਹੋਵਾ ਦਾ ਜਲਾਲ ਉਹਦੇ ਉੱਤੇ ਚਮਕ ਰਿਹਾ ਆ। ਔਰ ਮੈਂ ਤੁਹਾਨੂੰ ਕਹਿ ਰਿਹਾ ਜਦੋਂ ਸਾਰੀ ਦੁਨੀਆ ਇੱਕ ਹੋ ਰਹੀ ਹੈ,
ਤਿੰਨ ਘੋੜੇ ਇੱਕ ਹੋ ਰਹੇ ਆ, ਤਿੰਨ ਆਤਮੇ ਇੱਕ ਹੋ ਰਹੇ ਆ, ਨਿਕਲਾਈਆਂ ਬਲਿਆਮ ਇਸਾਬੇਲ। ਉਸ ਸਮੇਂ ਹੀ ਯਹੋਵਾ ਦਾ ਪ੍ਰਤਾਪ ਲਾੜੀ ਉੱਤੇ ਚਮਕ ਰਿਹਾ ਆ। ਆਮੇਨ, ਆਮੇਨ। ਔਰ ਤਦ ਨਬੀ ਉਸ ਗੱਲ ਨੂੰ ਕਹਿੰਦਾ, ਕਹਿੰਦਾ ਖੁਦਾ ਮੇਰੀ ਸ਼ੈਤਾਨ ਹੈ। ਔਰ ਮੈਂ ਚਾਹੁੰਦਾ ਸੀਗਾ ਕਿ ਇਹ ਕਿਤੇ ਪ੍ਰੋਜੈਕਟ ਲੱਗ ਜਾਂਦਾ, ਚੱਲ ਨਹੀਂ ਰਹੀ ਮੈਨੂੰ, ਠੀਕ ਹੈ। ਔਰ ਇਹ ਅਗਰ ਲੱਗਦਾ ਤਾਂ ਮੈਸੇਜ ਜ਼ਿਆਦਾ ਅੱਛਾ ਹੁੰਦਾ ਕਿ ਤਾਂ ਕਿ ਇਹ ਹਵਾਲਾ ਲੋਕ ਪੜ੍ਹ ਪਾਉਂਦੇ ਨਾਲ ਦੀ ਨਾਲ। ਹਾਲੇਲੂਇਆ। ਔਰ ਇੱਥੇ ਲਿਖਿਆ ਬਾਈਬਲ ਵਿੱਚ ਚੇਤਾਨ, ਨਬੀ ਕਹਿੰਦੇ ਪ੍ਰਕਾਸ਼ ਦਾ ਪ੍ਰਤੀਕ ਹੈ। ਔਰ ਫਿਰ ਉਹ ਇਹ ਕਹਿੰਦਾ ਆ ਖੁਦਾ ਮੇਰਾ ਪ੍ਰਕਾਸ਼ ਆ। ਆਮੀਨ। ਫਿਰ ਉਹ ਕਹਿੰਦਾ ਆ ਕਿ ਵਚਨ ਦਾ ਪ੍ਰਕਾਸ਼ ਹੀ ਚੇਤਾਨ ਆ। ਹਾਲੇਲੂਇਆ। ਔਰ ਤਦ ਤੁਸੀਂ ਵਚਨ 'ਚ ਜਦੋਂ ਦੇਖਦੇ ਹੋ ਤਾਂ ਤੁਸੀਂ ਪਾਉਂਦੇ ਹੋ ਯਹੋਵਾ ਦਾ ਵਚਨ ਹੀ ਸਾਡੀ ਚਟਾਨ ਹੈ ਅਤੇ ਸਾਡਾ ਪ੍ਰਕਾਸ਼ਨ ਹੈ। ਹਾਲੇਲੂਇਆ। ਔਰ ਫਿਰ ਉਹ ਕਹਿੰਦਾ ਆ ਕਿ ਜਿੱਦਾਂ ਪਤਰਸ ਨੇ ਜਵਾਬ ਦਿੱਤਾ, ਔਰ ਕਹਿੰਦਾ ਕਿ ਉਹਨੇ ਯੇਸ਼ੂ ਨੇ ਸਵਾਲ ਪੁੱਛਿਆ ਮਨੁੱਖ ਦੇ ਪੁੱਤਰ ਦੇ ਵਿਸ਼ੇ ਲੋਕ ਕੀ ਆਖਦੇ ਆ, ਅਤੇ ਤਦ ਉਹਨੇ ਕਿਹਾ ਕਿ ਕੋਈ ਕੁਛ ਅਤੇ ਕੋਈ ਕੁਛ ਅਤੇ ਕੋਈ ਕੁਛ। ਅਤੇ ਤਦ ਉਹ ਕਹਿੰਦਾ ਆ ਕਿ ਯੇਸ਼ੂ ਨੇ ਇਹ ਉਹਨੇ ਪਤਰਸ ਨੇ ਕਿਹਾ ਤੂੰ ਜੂੰਦੇ ਖੁਦਾ ਦਾ ਪੁੱਤਰ ਮਸੀਹ ਹੈ। ਤਦ ਉਹ ਕਹਿੰਦਾ ਇਹ ਗੱਲ ਲਹੂ ਅਤੇ ਮਾਸ ਨੇ ਨਹੀਂ, ਪਰ ਮੇਰੇ ਪਿਤਾ ਨੇ ਜੋ ਸਵਰਗ ਵਿੱਚ ਤੇਰੇ 'ਤੇ ਪ੍ਰਗਟ ਕੀਤੀ ਹੈ। ਤਦ ਅਗਲੀ ਗੱਲ ਉਹ ਇਹ ਬੋਲਦਾ ਹੈ ਇੱਥੇ ਵਚਨ ਦੇ ਅੰਦਰ, ਉਹ ਕਹਿੰਦਾ ਆ ਦਾਊਦ ਨੇ ਇੱਥੇ ਕਿਹਾ ਖੁਦਾ ਮੇਰੀ ਚੇਤਾਨ ਆ, ਅਤੇ ਚੇਤਾਨ ਇੱਕ ਪ੍ਰਕਾਸ਼ਨ ਹੈ। ਵਿਸ਼ਵਾਸੀਆਂ ਨੂੰ ਅਗਰ ਕੁਛ ਕਰਨਾ ਚਾਹੀਦਾ ਆ ਤਾਂ ਪ੍ਰਕਾਸ਼ਨ ਦੇ ਨਾਲ ਹੀ ਉਹਨਾਂ ਨੂੰ ਚਰਚ ਆਉਣਾ ਚਾਹੀਦਾ ਆ, ਪ੍ਰਕਾਸ਼ਨ ਦੇ ਨਾਲ ਹੀ ਉਹਨਾਂ ਨੂੰ ਵਰਸ਼ਿਪ ਕਰਨੀ ਚਾਹੀਦੀ ਆ, ਪ੍ਰਕਾਸ਼ਨ ਦੇ ਨਾਲ ਹੀ ਉਹਨਾਂ ਨੂੰ ਧੰਨਵਾਦ ਕਰਨਾ ਚਾਹੀਦਾ ਆ, ਹੱਥ ਉਠਾਉਣੇ ਚਾਹੀਦੇ ਆ, ਯੇਸ਼ੂ ਅੱਗੇ ਸਜਦਾ ਕਰਨਾ ਚਾਹੀਦਾ। ਅਗਰ ਉਹਨਾਂ ਕੋਲ ਪ੍ਰਕਾਸ਼ਨ ਨਹੀਂ ਆ ਤਾਂ ਇਹ ਸਾਰਾ ਬੇਫਜ਼ੂਲ ਆ। ਹਾਲੇਲੂਇਆ, ਹਾਲੇਲੂਇਆ। ਅਤੇ ਅੱਗੇ ਕੀ ਕਹਿੰਦਾ ਇਹਦੇ 38 ਪੈਰਾਗ੍ਰਾਫ 'ਤੇ, ਅਗਰ ਹੈ ਤਾਂ ਲਗਾਇਓ 38 ਪੈਰਾਗ੍ਰਾਫ ਸ਼ਲੋਮ ਮੈਸੇਜ ਬ੍ਰਦਰ ਬ੍ਰਾਦਮ ਦਾ। ਅਤੇ ਹੁਣ ਇਹ ਸ਼ਲੋਮ ਮੈਂ ਨਹੀਂ ਸ਼ੁਰੂ ਕੀਤਾ, ਇਹ ਸ਼ਲੋਮ ਮੈਂ ਨਹੀਂ ਸ਼ੁਰੂ ਕੀਤਾ, ਇਹ ਸ਼ਲੋਮ 38 ਪੈਰਾਗ੍ਰਾਫ 138 ਤੇ ਕੀ ਫਿਰਦਾ ਭਾਈ, 38 ਪੈਰਾਗ੍ਰਾਫ, ਦੋ ਜਣੇ ਬੈਠੇ ਤੁਹਾਨੂੰ ਦਿਮਾਗ ਨਹੀਂ ਕੰਮ ਕਰ ਰਿਹਾ। ਦੋ ਚੀਜ਼ਾਂ ਜਿਹੜੀਆਂ, ਤਦ ਨਵੀਂ ਕਹਿੰਦਾ ਅੱਜ ਸਵੇਰ ਜਿਹੜਾ ਮੇਰਾ ਵਿਸ਼ਾ ਆ, ਆਮੀਨ, ਉਹ ਪੁਰਾਣਾ ਸ਼ਬਦ ਸ਼ਲੋਮ ਹੈ। ਤਾਂ ਪ੍ਰਭੂ ਦਾ ਧੰਨਵਾਦ, ਇਹ ਸ਼ਲੋਮ ਮਾਛਪਾੜੇ ਤੋਂ ਸ਼ੁਰੂ ਨਹੀਂ ਹੋਇਆ, ਸ਼ਲੋਮ ਨੂੰ ਪ੍ਰਾਈਆਂ ਪ੍ਰਭੂ ਦਾ ਧੰਨਵਾਦ ਇਸ ਗੱਲ ਲਈ ਅਸੀਂ ਮੂਲ ਅਵਸਥਾ ਵੱਲ ਵਧ ਰਹੇ ਹਾਂ।
ਆਮੇ ਤੇ ਉਹ ਜੋ ਸ਼ਲੋਮ ਆ ਇਹ ਵੀ ਦਿਖਾਊਂਗਾ ਸ਼ਲੋਮ ਹੈ ਕੌਣ ਆ ਤੇ ਉਹ ਜਿਹੜਾ ਸ਼ਲੋਮ ਆ ਉਹ ਹੀ ਸਾਡੇ ਉੱਤੇ ਵਾਸ ਕਰਦਾ ਆ ਆਮੀਨ ਆਮੀਨ ਔਰ ਤੁਸੀਂ ਪੜ੍ਹੋ ਉਹ ਕਹਿੰਦੇ ਅੱਜ ਸਵੇਰੇ ਮੇਰਾ ਵਿਸ਼ਾ ਆ ਕਿ ਉਹ ਪੁਰਾਣਾ ਸ਼ਬਦ ਅਬਰਾਨੀ ਦਾ ਪੁਰਾਣਾ ਸ਼ਬਦ ਸ਼ਲੋਮ ਸ਼ਲੋਮ ਇਨ ਹਿਬਰੂ ਇਹ ਸ਼ਲੋਮ ਪੰਜਾਬੀ ਦਾ ਨਹੀਂ ਇਹ ਸ਼ਲੋਮ ਇੰਗਲਿਸ਼ ਦਾ ਨਹੀਂ ਹਾਲੇਲੂਇਆ ਇਹ ਸ਼ਲੋਮ ਕਿਹੜਾ ਆ ਹੈ ਅਬਰਾਨੀ ਦਾ ਸ਼ਬਦ ਆ ਆਮੀਨ ਇਹ ਉਹ ਭਾਸ਼ਾ ਆ ਜਿਹੜੀ ਯਿਸੂ ਮਸੀਹ ਨੇ ਇਸਤੇਮਾਲ ਕੀਤੀ ਇਹ ਉਹ ਭਾਸ਼ਾ ਜਿਹੜੀ ਖੁਦਾ ਨੇ ਇਸਤੇਮਾਲ ਕੀਤੀ ਔਰ ਇਹਦਾ ਮਤਲਬ ਕੀ ਹੈ ਸ਼ਾਂਤੀ ਔਰ ਤਦ ਉਹ ਕੀ ਕਹਿੰਦਾ ਕਹਿੰਦਾ ਐਂਡ ਦੈਟ ਇਜ਼ ਵਟ ਆਈ ਸੇ ਟੂ ਦਾ ਚਰਚ ਦਿਸ ਮੋਰਨਿੰਗ ਸ਼ਲੋਮ ਹਾਲੇਲੂਇਆ ਅੱਜ ਦੀ ਸਵੇਰ ਕਲੀਸਿਆ ਨੂੰ ਮੈਂ ਕਹਿੰਦਾ ਹਾਂ ਸ਼ਲੋਮ ਹਾਲੇਲੂਇਆ ਭਾਵ ਖੁਦਾ ਦੀ ਸ਼ਾਂਤੀ ਆਮੀਨ ਖੁਦਾ ਦੀ ਤਦ ਨਬੀ ਕਹਿੰਦੇ ਅੱਗੇ ਨਬੀ ਕਹਿੰਦੇ ਫੀਨਿਸ ਭਾਸ਼ਾ ਵਿੱਚ ਇਸ ਨੂੰ ਕਿਹਾ ਜਾਂਦਾ ਹੈ ਯੁਮਲਾਨ ਰੂਹਾ ਯੁਮਲਾਨ ਰੂਹਾ ਵਿਚ ਮੀਨ ਗੋਡਸ ਪੀਸ ਅਪੋਨ ਯੂ ਰੂਹਾ ਗੋਡ ਸੀ ਗੋਡਸ ਪੀਸ ਸ਼ਲੋਮ ਆਮੇਨ ਨਬੀ ਕਹਿੰਦਾ ਇਹ ਸ਼ਲੋਮ ਔਰ ਫਿਰ ਅਗਲੇ ਪੈਰਾਗ੍ਰਾਫ 'ਤੇ ਕਹਿੰਦੇ ਮਾਈ ਨਿਊ ਈਅਰ ਮੈਸੇਜ ਇਸ ਟੂ ਦਾ ਚਰਚ ਇਲੈਕਟਿਡ ਇਨ ਜੀਸਸ ਕ੍ਰਾਈਸਟ ਫਾਰ 1964 ਨੋਟ ਜਸਟ ਅ ਚਰਚ ਗਰੁੱਪ ਬਟ ਦਾ ਇਲੈਕਟ ਦਾ ਲੇਡੀ ਆਫ ਚਰਚ ਕ੍ਰਾਈਸਟ ਬ੍ਰਾਈਡ ਸੀ ਦੈਟ ਇਸ ਹੂ ਆਈ ਐਮ ਅਡਰੈਸਿੰਗ ਉਹ ਕੀ ਕਹਿੰਦਾ ਆ ਯਿਸੂ ਦੀ ਚੁਣੀ ਹੋਈ ਕਲੀਸਿਆ ਵਾਸਤੇ ਔਰ 1964 ਦੇ ਨਵੇਂ ਸਾਲ ਦਾ ਮੇਰਾ ਸੰਦੇਸ਼ ਜਿਹੜਾ ਆ ਕਲੀਸਿਆ ਵਾਸਤੇ ਨਹੀਂ ਆ ਕਲੀਸਿਆ ਵਾਸਤੇ ਨਹੀਂ ਆ ਪਰ ਚੁਣੇ ਹੋਏ ਵਾਸਤੇ ਚੁਣੀ ਹੋਈ ਔਰਤ ਲਈ ਹਾਲੇਲੂਇਆ ਇਹ ਇਲੈਕਟਿਡ ਚੁਣੀ ਹੋਈ ਸ਼ਾਹੀ ਘਰਾਣੇ ਦੀ ਔਰਤ ਲਈ ਹੈ ਹਾਲੇਲੂਇਆ ਕਿਉਂਕਿ ਲੇਡੀ ਸ਼ਬਦ ਆਦਰਨੀਯ ਸ਼ਬਦ ਆ ਉੱਚੇ ਬੰਦੇ ਲਈ ਜਿਹਦਾ ਸਰ ਸ਼ਬਦ ਆ ਹੈ ਔਰ ਇਸ ਲਈ ਇੱਕ ਉੱਚੇ ਘਰਾਣੇ ਦੀ ਉਸ ਔਰਤ ਲਈ ਐਵੇਂ ਔਰ ਜੋ ਯਿਸੂ ਦੀ ਲਾੜੀ ਹੈ ਔਰ ਜਿਹਦੇ ਨੂੰ ਮੈਂ ਅੱਜ
ਸੰਬੋਧਿਤ ਕਰ ਰਹੇ ਹਾਂ। ਆਮੀਨ। ਤੇ ਫਿਰ ਇਹਦਾ ਮਤਲਬ ਸ਼ਲੋਮ ਕਿਹਦੇ ਲਈ ਹੈ? ਉਹ ਜਿਹੜੀ ਉਸ ਘਰਾਣੇ ਦੀ ਚੁਣੀ ਹੋਈ ਹੈ, ਉਹ ਯਿਸੂ ਦੀ ਜੋ ਲਾੜੀ ਹੈ, ਹਾਲੇਲੂਯਾ, ਜੋ ਇਲੈਕਟਿਡ ਲੇਡੀ ਹੈ, ਨਬੀ ਉਹਨੂੰ ਕਹਿ ਰਿਹਾ ਸ਼ਲੋਮ, ਨਬੀ ਉਹਨੂੰ ਕਹਿ ਰਿਹਾ ਸ਼ਲੋਮ, ਹਾਲੇਲੂਯਾ। ਔਰ ਮੇਰੀ ਮੇਰੇ ਭੈਣ ਦੇ ਭਰਾ, ਤੈਨੂੰ ਸ਼ਲੋਮ, ਇਹ ਗੱਲ ਨਬੀ ਤੈਨੂੰ ਕਹਿ ਰਿਹਾ ਹੈ, ਹਾਲੇਲੂਯਾ। ਔਰ ਅਗਲੇ ਪੈਰੇ 'ਚ ਨਬੀ ਕੀ ਕਹਿੰਦਾ? ਅਸੀਂ ਇਹਨਾਂ ਦੋ ਵਿਸ਼ਿਆਂ ਵਿੱਚ, ਦੋ ਵਰਸਾਂ ਜਿਹੜੀਆਂ ਅਲੱਗ ਅਲੱਗ ਪੜ੍ਹੀਆਂ ਉਹਨੇ, ਕਹਿਣਾ ਚਾਹੁੰਦਾ ਹਾਂ ਦੋ ਪੜਤ ਜਿਹੜੀਆਂ ਹੁਣੀ ਪੜ੍ਹੀਆਂ, ਜੋ ਬਿਲਕੁਲ ਦੋ ਵਿਪਰੀਤ ਚੀਜ਼ਾਂ ਦਾ ਸਾਹਮਣਾ ਕਰ ਰਹੇ ਆ। ਐਵੇਂ ਯਸ਼ਾਇਆ ਕਹਿੰਦਾ ਆ, ਉੱਠ ਅਤੇ ਚਮਕ, ਕਿਉਂਕਿ ਤੇਰਾ ਪ੍ਰਤਾਪ ਜੋ ਤੇਰੇ ਉੱਤੇ ਚਮਕਿਆ ਆ। ਔਰ ਤਦ ਉਹ ਕਹਿੰਦਾ ਆ, ਦ ਲਾਈਟ ਇਜ਼ ਹੇਅਰ, ਰੋਸ਼ਨੀ ਇੱਥੇ ਹੈ। ਫਿਰ ਦੂਸਰੀ ਪੰਕਤੀ ਵਿੱਚ ਉਹ ਕਹਿੰਦਾ ਆ, ਕੀ ਕਹਿੰਦਾ? ਉਹ ਕਹਿੰਦਾ, ਜਦ ਹਨੇਰਾ ਲੋਕਾਂ ਨੂੰ ਢੱਕਦਾ ਹੈ, ਜਦ ਅਸੀਂ ਰੋਸ਼ਨੀ, ਔਰ ਤਦ ਕਹਿੰਦਾ ਆ, ਐਂਡ ਦੈਨ ਵੈਨ ਵੀ ਆਰ ਇਨ ਦਾ, ਔਰ ਕੀ ਕਹਿੰਦੇ ਆ, ਹੈ ਬੋਲੋ ਜਰਾ, ਪ੍ਰੋਨਾਊਂਸ ਕਰੋ, ਮਿਕਸਚਰੀ ਆਫ ਲਾਈਟ ਐਂਡ ਡਾਰਕਨੈਸ, ਐਂਡ ਦੈਨ ਮਾਈ ਐਡਰੈਸ ਟੂ ਦਾ ਚਰਚ ਇਜ਼ ਸ਼ਲੋਮ। ਜਦ ਹਨੇਰਾ ਤੇ ਚਾਨਣ ਮਿਕਸ ਹੋ ਕੇ ਆ ਰਿਹਾ ਹੈ, ਚਾਨਣ ਵੀ ਹੈ ਤੇ ਹਨੇਰਾ ਵੀ ਹੈ, ਸਮਝ ਆਈ? ਔਰ ਤਦ ਮੈਂ ਕਲੀਸਿਆ ਨੂੰ ਕੀ ਕਹਿ ਰਿਹਾ? ਸ਼ਲੋਮ। ਆਮੀਨ। ਹਨੇਰਾ ਤੇ ਚਾਨਣ ਮਿਕਸ ਕਿੱਥੇ ਹੁੰਦੇ ਆ? ਦੋ ਹੀ ਉਹਦੇ ਲਈ ਸਮੇਂ ਹੈ, ਇੱਕ ਤੇ ਸ਼ਾਮਾਂ ਦਾ ਔਰ ਇੱਕ ਸਵੇਰ ਦਾ। ਆਮੀਨ। ਪਰ ਇਹ ਸੰਦੇਸ਼ ਸ਼ਾਮਾਂ ਦੇ ਨਾਲ ਸੰਬੰਧਿਤ ਨਹੀਂ, ਇਹ ਸੰਦੇਸ਼ ਸਵੇਰ ਦੇ ਨਾਲ ਸੰਬੰਧਿਤ ਹੈ। ਹਾਲੇਲੂਯਾ। ਤਦ ਮੈਂ ਕਹਿੰਦਾ ਹਾਂ ਸ਼ਲੋਮ, ਔਰ ਕਹਿੰਦਾ ਆਓ ਲੈਟ ਅਸ ਫਾਈਂਡ ਆਊਟ ਵਾਟ ਇਜ਼ ਦਾ ਆਲ ਅਬਾਊਟ, ਔਰ ਆਓ ਅਸੀਂ ਪਾਈਏ ਇਹਦੇ ਵਿੱਚ ਕੀ ਹੈ ਇਹ ਸਾਰੇ। ਔਰ ਤਦ ਕਹਿੰਦਾ, ਸਮਝੇ, ਅਸੀਂ ਇਸ ਸਾਲ ਦੋਹਾਂ ਪ੍ਰਕਾਸ਼ ਅਤੇ ਹਨੇਰੇ ਦਾ ਕੀ ਕਰ ਰਹੇ ਹਾਂ? ਸਾਹਮਣਾ ਕਰ ਰਹੇ ਹਾਂ। ਐਮੇਨ। ਡਿਡ ਸੇ, ਆਈ ਵੁੱਡ ਸੇ, ਆਈ ਵੁੱਡ ਸੇ ਸ਼ਲੋਮ ਟੂ ਦੈਮ। ਔਰ ਇੱਥੇ ਉਹ ਕਹਿ ਰਿਹਾ ਫਿਰ ਕਲੀਸੀਆ, ਮੇਰਾ ਉਹਨਾਂ ਦੀ ਸ਼ਲੋਮ ਕਰਨ ਦਾ ਕਾਰਨ ਹੈ ਖੁਦਾ ਦੀ ਸ਼ਾਂਤੀ। ਨਵੇਂ ਸਾਲ ਅੱਜ ਸਵੇਰ ਤੁਹਾਡੇ ਪਾਸੇ ਖੁਦਾ ਦੀ ਸ਼ਾਂਤੀ ਲਿਆਉਣਾ ਚਾਹੁੰਦਾ ਹਾਂ। ਪਛਾਣ ਨੂੰ ਨਾ ਦੇਖੋ, ਆਓ ਅਸੀਂ ਆਉਣ ਵਾਲੇ ਸਾਲ ਦੇ ਦਿਨ, ਨਵੇਂ ਦਿਨ
ਪੌਂ ਫੁੱਟ ਦੀ ਉਡੀਕ ਕਰ ਰਹੇ ਆ। ਨਵਾਂ ਦਿਨ, ਵੀ ਆਰ ਲੁਕਿੰਗ ਫੋਰਵਰਡ ਟੂ ਬ੍ਰੇਕਿੰਗ ਆਫ ਏ ਨਿਊ ਡੇ। ਇੱਕ ਨਵਾਂ ਦਿਨ ਦੀ ਪੌਂ ਫੁੱਟਦੀ ਪਈ ਹੈ। ਹਾਲੇਲੂਇਆ। ਤੇ ਇਸ ਚੀਜ਼ ਨੂੰ ਲੈ ਕੇ ਉਹ ਕੀ ਕਹਿੰਦਾ ਆ ਕਿ ਜਦੋਂ ਸੁਬਾਹ ਹੋ ਰਹੀ ਹੈ ਤੇ ਉਹ ਕੀ ਕਹਿੰਦਾ, ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦਾ, ਸ਼ਲੋਮ। ਤਦ ਅੱਗੇ ਬੋਲਦਾ ਹੋਇਆ ਔਰ ਕਹਿੰਦਾ ਕਲੀਸੀਆ ਨੂੰ ਸ਼ਲੋਮ। ਇਹ ਥੋੜ੍ਹਾ ਉੱਪਰ ਜਾਓ, ਉੱਪਰ ਜਾਇਓ, ਉਹ ਦੇਖੋ, ਠੀਕ ਹੈ। ਇਟ ਇਜ਼ ਸ਼ਲੋਮ ਐਂਡ ਟੂ ਦ ਚਰਚ, ਆਮੇਨ। ਔਰ ਫਿਰ ਉਹ ਕਲੀਸੀਆ ਨੂੰ ਸ਼ਲੋਮ ਬੋਲਦਾ। ਥੋੜ੍ਹਾ ਅਗਾਂਹ ਵੱਧਦੇ ਹੈ, ਫਿਰ ਉਹ ਕਹਿੰਦਾ ਬੰਦੇ ਵਿਗੜ ਗਏ, ਔਰਤਾਂ ਵਿਗੜ ਗਈਆਂ, ਉਹਨਾਂ ਨੇ ਭੈੜੇ ਭੱਦੇ ਕੱਪੜੇ ਪਾ ਲਏ। ਔਰ ਕਹਿੰਦੇ ਬੰਦਾ ਜਨਾਨੀ ਬਣਨਾ ਚਾਹੁੰਦਾ, ਜਨਾਨੀ ਬੰਦਾ ਬਣਨਾ ਚਾਹੁੰਦੀ ਹੈ। ਔਰ ਫਿਰ ਉਹ ਆਣ ਕੇ ਕਹਿੰਦਾ ਕਿ ਕਹਿੰਦਾ ਇਹਦੇ 50 ਪੈਰਾਗ੍ਰਾਫ ਦੀ ਆਖਰੀ ਲਾਈਨ ਵਿੱਚ, ਔਰ ਕਹਿੰਦਾ ਮੈਂ ਸ਼ਲੋਮ ਲਈ ਭੂਮਿਕਾ ਬਣ ਰਿਹਾ। ਸਮਝ ਰਹੇ? ਫਿਰ ਉਹ ਕਈ ਗੱਲਾਂ ਹੋਰ, ਫਿਰ ਲਾਮ ਸਾਹਿਬ ਬਾਈਬਲ ਦੀ ਗੱਲ ਕਰਦਾ, ਫਿਰ ਉਹ ਹੌਲੀ ਹੌਲੀ ਅਗਾਂਹ ਨੂੰ ਚੁੱਕਣ 'ਤੇ ਗੱਲ ਕਰਦਾ ਹੈ। ਲੇਕਿਨ ਉਹ ਗੱਲ ਕੀ ਕਰਦਾ ਹੈ, ਕਹਿੰਦਾ ਕਿ ਇਹ ਸ਼ਲੋਮ ਸ਼ਬਦ ਅਬਰਾਨੀ ਦਾ ਆ, ਜਿਹੜਾ ਅਸੀਂ ਪਿੱਛੇ ਪੜ੍ਹਿਆ। ਅਬਰਾਨੀ ਵਿਚਕਾਰ ਸ਼ਲੋਮ ਕਿਹਾ ਜਾਂਦਾ ਸੀ। ਆਮੀਨ। ਅਬਰਾਨੀ 'ਚ ਕੀ ਕਿਹਾ ਜਾਂਦਾ ਸੀ? ਸ਼ਲੋਮ। ਔਰ ਇਹ ਜਿਹੜਾ ਸ਼ਬਦ ਆ ਸ਼ਲੋਮ, ਇਹ ਕਾਹਦੇ ਲਈ ਯੂਸ ਹੁੰਦਾ ਹੈ, ਉਹਦੇ 'ਤੇ ਆਪਾਂ ਆ ਜਾਂਦੇ ਹਾਂ। ਔਰ ਇਹ ਨਬੀ ਦਾ ਹਵਾਲਾ ਵੀ ਤੁਹਾਨੂੰ ਮੈਂ ਪੜ੍ਹੂੰਗਾ, ਲੇਕਿਨ ਮੈਂ ਸੋਚਦਾ ਕਿ ਪਹਿਲਾਂ ਨਬੀ ਦਾ ਹੀ ਪੜ੍ਹ ਲਈਏ, ਫਿਰ ਬਾਈਬਲ ਦੀਆਂ ਵਰਸਾਂ 'ਤੇ ਆ ਜਾਵਾਂਗੇ। ਆਮੀਨ। ਇਹਦਾ 76 ਪੈਰਾਗ੍ਰਾਫ 'ਤੇ ਉਹ ਕਰਦੇ ਕਰਦੇ ਸ਼ਲੋਮ ਸ਼ਬਦ ਦੇ ਬਾਰੇ ਕੁਛ ਗੱਲਾਂ ਕਰਦੇ ਹੋਏ ਇਹਦੇ 76 ਪੈਰਾਗ੍ਰਾਫ 'ਤੇ ਆਉਂਦਾ। ਔਰ 76 ਪੈਰਾਗ੍ਰਾਫ 'ਤੇ ਉਹ ਗੱਲ ਬੋਲਦਾ ਅਬਰਾਹਮ ਅਤੇ ਮਲਕੀਸੇਦਕ ਦੀ। ਸੁਣਿਓ, ਅਬਰਾਹਮ ਕਹਿੰਦੇ ਜਿਸ ਵੇਲੇ ਅਬਰਾਹਮ ਰਾਜਿਆਂ ਨੂੰ ਵੱਢ ਕੇ ਆਉਂਦਾ ਸੀ ਤਾਂ ਮਲਕੀਸੇਦਕ ਉਹਨੂੰ ਮਿਲਿਆ। ਉਹ ਕੌਣ? ਮਲਕੀਸੇਦਕ, ਹੀ ਵਾਸ ਅ ਕਿੰਗ ਆਫ ਯਰੂਸ਼ਲੇਮ, ਏ ਪ੍ਰੀਸਟ। ਕੀ ਸੀ ਭਲਾ? ਉਹ ਜਾਜਕ। ਆ ਵਿਚ ਵਾਸ ਕ੍ਰਾਈਸਟ, ਜੋ ਮਸੀਹ ਸੀ। ਔਰ ਅੱਗੇ ਕੀ ਕਹਿੰਦਾ? ਇਟ ਵਾਸ ਗੋਡ, ਔਰ ਇਹ ਖੁਦਾ ਸੀ। ਨੋ ਵਨ ਐਲਸ ਕੁਡ ਬੀ ਮਲਕੀਸੇਦਕ ਬਟ ਕ੍ਰਾਈਸਟ ਹਿਮਸੈਲਫ, ਗੋਡ ਹਿਮਸੈਲਫ, ਰੈਦਰ ਸੀ ਗੋਡ ਹਿਮਸੈਲਫ, ਬਿਕੋਜ ਹੀ ਵਾਸ ਵਿਦਆਊਟ ਫਾਦਰ ਐਂਡ ਵਿਦਆਊਟ ਮਦਰ। ਸੀ, ਜੀਸਸ ਹੈਡ ਬੋਥ ਫਾਦਰ ਐਂਡ ਮਦਰ। ਔਰ ਇਸ ਲਈ ਮਲਕੀਸੇਦਕ ਕੌਣ ਹੈ? ਮਲਕੀਸੇਦਕ ਖੁਦ ਮਸੀਹ ਹੈ ਔਰ ਖੁਦਾ ਆ, ਕਿਉਂਕਿ ਉਹਦਾ ਮਾਂ ਅਤੇ ਪਿਓ ਨਹੀਂ ਸੀ। ਪਰ ਕਹਿੰਦੇ ਕਿ ਤੁਸੀਂ ਕੀ ਪਾਉਂਦੇ ਹੋ? ਯੇਸ਼ੂ ਦਾ ਤਾਂ ਮਾਂ ਵੀ ਹੈ,
ਹੁਣ ਇਹ ਸਿੱਖਣ ਵਾਲਾ ਵਿਸ਼ਾ ਹੈ। ਆਮੀਨ। ਸੋ ਦਿਸ ਮੈਨ ਵਾਸ ਵਿਦਆਊਟ ਫਾਦਰ, ਵਿਦਆਊਟ ਮਦਰ, ਵਿਦਆਊਟ ਬਿਗਨਿੰਗ ਆਫ ਦ ਡੇ ਐਂਡ ਐਂਡਿੰਗ ਆਫ ਲਾਈਫ। ਔਰ ਲਿਖਿਆ ਹੂਸੋਵਰ ਹੀ ਵਾਸ, ਹੀ ਇਜ਼ ਸਟਿਲ ਲਾਈਫ ਐਂਡ ਹੀ ਵਾਸ ਕਿੰਗ ਐਟ ਦੈਟ ਟਾਈਮ। ਅਤੇ ਉਹ ਕੀ ਆ, ਉਸ ਸਮੇਂ ਰਾਜਾ ਆ, ਕੀ ਆ, ਆਫ ਸ਼ਲੇਮ, ਸ਼ਲੇਮ ਦਾ। ਔਰ ਫਿਰ ਕੀ ਲਿਖਿਆ, ਵਿਚ ਇਜ਼ ਇੰਟਰ, ਇਹਦਾ ਅਨੁਵਾਦ ਕੀਤਾ ਗਿਆ ਜੋ ਕਿੰਗ ਆਫ ਸ਼ਲੇਮ, ਕਿੰਗ ਆਫ ਪੀਸ, ਇਹਦਾ ਅਨੁਵਾਦ ਕੀ ਕਰ ਦਿੱਤਾ ਗਿਆ, ਸ਼ਾਂਤੀ ਦਾ ਰਾਜਕੁਮਾਰ। ਤਦ ਪਤਾ ਕੀ ਨਬੀ ਕਹਿੰਦੇ, ਸ਼ਾਲੋਮ। ਆਮੀਨ। ਕੀ ਕਹਿੰਦੇ, ਕਿੰਗ ਆਫ ਯਰੂਸ਼ਲੇਮ, ਹੂ ਮੀਟ ਅਬਰਾਹਮ ਐਂਡ ਗਿਵ ਹਿਮ ਵਾਈਨ ਐਂਡ ਬ੍ਰੈਡ। ਆਮੇਨ। ਤੇ ਉਹ ਕੀ ਕਹਿ ਰਿਹਾ, ਉਹ ਕਹਿ ਰਿਹਾ ਕਿ ਇਹ ਜਿਹੜਾ ਸ਼ਲੇਮ ਦਾ ਰਾਜਾ ਆ ਨਾ, ਜਿਹਦਾ ਨਾਮ ਆ ਮਲਕੀ ਸਿਦਕ, ਸਮਝ ਆਈ, ਇਸ ਮਲਕੀ ਸਦਕ ਵਿੱਚ ਹੀ ਜਿਹੜਾ ਨਾਮ ਆ, ਆਮੀਨ, ਇਹ ਨਾਮ ਛੁਪਿਆ ਆ ਕਿ ਯਰੂ ਸ਼ਲੋਮ ਆ। ਆਮੀਨ। ਕੀ ਹੈ ਭਲਾ, ਬੋਲੋ, ਉਹਦਾ ਮੈਂ ਪਹਿਰਾ ਵੀ ਤੁਹਾਨੂੰ ਦਿਖਾ ਦੂੰਗਾ, ਚਿੰਤਾ ਨਾ ਕਰਿਓ, ਉਹਦੇ ਪਹਿਰੇ ਹੈ। ਮੈਨੂੰ ਇੱਕ ਮਿੰਟ ਦੇਖ ਲੈਣ ਦਿਓ, ਉਹ ਵੀ ਪਹਿਰਾ ਕਿੱਥੇ ਹੈ। ਇੱਕ ਮਿੰਟ ਬਸ, ਇੰਨਾ ਕੁ ਬਸ, ਮੇਰੇ ਨਾਲ ਕੱਢੀਏ ਸੰਦੇਸ਼ ਪਿਆਸ। ਔਰ ਇਹ ਆ 1965 19 ਸਤੰਬਰ, ਹਾਲੇਲੂਇਆ, 19 ਸਤੰਬਰ 19 ਸਤੰਬਰ 1965 ਪਿਆਸ ਸੰਦੇਸ਼, ਔਰ ਇਹਦਾ 208 ਪੈਰਾਗ੍ਰਾਫ 'ਤੇ ਜਾਓ। ਆਮੇਨ। ਹੁਣ ਦੇਖਿਓ,
Notice Jerusalem, the word Jerusalem is from above. The Bible said which we are in the Kiev, mother of us all. Christ is our mother, Messiah Sadi Maya. We realize that God is our mother. ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਰਿਲਾਈਜ਼ ਕਰਦੇ ਹਾਂ ਕਿ ਖੁਦਾ ਹੀ ਸਾਡੀ ਮਾਂ ਆ, ਫੋਰ ਵੀ ਆਰ ਬੋਰਨ ਫਰੋਮ ਹਿਮ, ਅਸੀਂ ਉਹਦੇ ਤੋਂ ਪੈਦਾ ਹੋਏ ਹਾਂ. ਦ ਵਰਡ ਸਿੰਪਲੀ ਮੀਨ ਪੀਸ. ਯਰੂਸ਼ਲੇਮ, ਤਦ ਨਬੀ ਕੀ ਕਹਿੰਦਾ, ਸ਼ਲੋਮ ਔਰ ਸ਼ਲੋਮ ਵਿਚ ਮੀਨ ਪੀਸ. ਤਦ ਨਬੀ ਕਹਿੰਦਾ ਯਰੂ ਸ਼ਲੋਮ. ਆ ਦੇਖੋ, ਯਰੂ ਸ਼ਲੋਮ, ਯਰੂਸ਼ਲਮ ਸ਼ਬਦ ਹੀ ਬਣਿਆ ਇਸ ਗੱਲ ਤੋਂ ਕਿ ਯਰੂ ਯਹੋਵਾ ਸ਼ਲੋਮ, ਯਹੋਵਾ ਹੀ ਸ਼ਾਂਤੀ ਦੇਣ ਵਾਲਾ ਹੈ. ਹਾਲੇਲੂਇਆ, ਹਾਲੇਲੂਇਆ. ਤੇ ਜਿਹੜੇ ਕਹਿੰਦੇ ਨਵੀਂ ਸ਼ਿਕਸ਼ਾ, ਨਵੀਂ ਸ਼ਿਕਸ਼ਾ ਕੋਈ ਨਹੀਂ ਹੈ, ਇਹ ਤੇ ਪੁਰਾਣੀ ਸ਼ਿਕਸ਼ਾ ਆ. ਆਮੀਨ. ਔਰ ਕਹਿੰਦਾ ਸੀ ਮੀਨਿੰਗ ਪੀਸ. ਦੇਖਿਆ ਇਹਦਾ ਮਤਲਬ ਕੀ ਹੈ? ਸ਼ਾਂਤੀ. ਤੇ ਇਸ ਲਈ ਜਦੋਂ ਮਲਕੀ ਸਿੱਧਕ ਆਇਆ, ਜਿੱਥੋਂ ਦਾ ਰਾਜਾ ਸੀ, ਉਹ ਰਾਜਾ ਸੀ ਯਰੂਸ਼ਲੇਮ ਦਾ. ਤੇ ਜਿਹੜਾ ਯਰੂਸ਼ਲੇਮ ਆ, ਉਹਨੂੰ ਹੀ ਸ਼ਲੋਮ ਆਖਿਆ ਜਾਂਦਾ ਆ. ਹਾਲੇਲੂਇਆ. ਤੇ ਇਹਦਾ ਮਤਲਬ ਕਿ ਇਹ ਜਿਹੜਾ ਯਰੂਸ਼ਲੇਮ ਆ, ਸ਼ਲੇਮ, ਆਮੀਨ, ਸ਼ਾਂਤੀ ਦਾ ਰਾਜਕੁਮਾਰ. ਹਾਲੇਲੂਇਆ. ਮੇਰੇ ਨੇ ਇੱਕ ਆਇਤ ਕੱਢੀਏ ਇੰਗਲਿਸ਼ ਦੀ ਭਾਈ, ਜਸ਼ਾਇਆ ਉਹ ਵਾਲਾ, ਜਸ਼ਾਇਆ ਉਹਦਾ 9 ਅਧਿਆਏ ਉਹਦੀ 6, ਕਿਉਂਕਿ ਮੈਂ ਦਿਖਾਉਣਾ ਹੈ, ਔਰ ਫਿਰ ਮੈਂ ਆਪਣੀ ਚਰਮ ਮੈਸੇਜ 'ਤੇ ਆਉਣਾ ਹੈ. ਆਮੀਨ, ਆਮੀਨ. ਜਿਹੜਾ ਦੂਜਾ ਸੀਗਾ, ਹੋਰ ਤੈਨੂੰ ਇਹ ਥੋੜ੍ਹੀ ਕਿਹਾ ਸੀ? ਅੱਛਾ, ਤੈਨੂੰ ਮੈਂ ਕਿਹਾ ਤਾਂ ਸੀਗਾ ਉਹ ਦਿਖਾਉਣਾ. ਚ ਹਾਂ ਹਾਂ, ਉਹ ਦਿਖਾ. ਹੁਣ ਜਾ ਉਹਦੇ 'ਤੇ, ਜਸ਼ਾਇਆ 9 ਅਧਿਆਏ ਚਲਾ ਗਿਆ, 9:6 ਨੀਚੇ ਆਈ, ਨੀਚੇ ਆਈ. ਇੱਥੇ ਆਇਤ ਕੀ ਹੈ? ਠੀਕ ਹੈ, ਮਾੜਾ ਉੱਪਰ ਜਾਈ, ਉੱਪਰ ਜਾਈ, ਉੱਪਰ ਉੱਪਰ. ਆਪਾਂ ਸਾਰੀ ਐਤ ਜਾਣਦੇ ਹਾਂ, ਠੀਕ ਹੈ. ਸਾਡੇ ਲਈ ਇੱਕ ਬਾਲਕ ਜੰਮਿਆ, ਰਾਜ ਉਹਦੇ ਮੋਢੇ ਉੱਤੇ ਹੋਏਗਾ. ਅੱਗੇ ਅੱਗੇ
ਉਹਦਾ ਨਾਮ ਇਉਂ ਸੱਦਿਆ ਜਾਏਗਾ, ਵੰਡਰਫੁੱਲ ਅਚਰਜ ਸਲਾਹੂ, ਜਿਹਦੇ ਬਾਰੇ ਆਪਾਂ ਪੜ੍ਹੇ, ਠੀਕ ਹੈ, ਮਾਈਟੀ ਗੋਡ, ਸਭ ਸ਼ਕਤੀਮਾਨ, ਅੱਗੇ 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 ਐਵਰ ਲਾਸਟਿੰਗ ਫਾਦਰ, ਅਨੰਤ ਕਾਲ ਦਾ ਪਿਤਾ, ਐਂਡ ਪ੍ਰਿੰਸ ਆਫ ਪੀਸ। ਜਦੋਂ ਪ੍ਰਿੰਸ ਆਫ ਪੀਸ ਆ, ਇਹ ਤੁਸੀਂ ਸ਼ਬਦ ਦੇਖ ਰਹੇ ਹੋ, ਪੀਸ ਐਚ 79-65 ਨੰਬਰ, ਐਚ ਮਤਲਬ ਹਿਬਰੂ, ਐਚ ਮੀਨਿੰਗ ਹਿਬਰੂ। ਔਰ ਜਦੋਂ ਅਸੀਂ ਹਿਬਰੂ 'ਚ ਆਉਂਦੇ ਹਾਂ ਤਾਂ ਇਹਨੂੰ ਕਲਿੱਕ ਕਰਿਓ ਯਾਰਾ, ਤਾਂ ਕੀ ਆ, ਸ਼ਾਲੋਮ, ਜਿੱਥੇ ਦੇਖਿਆ ਸ਼ਾਂਤੀ ਦਾ ਰਾਜਕੁਮਾਰ, ਉੱਥੇ ਸ਼ਾਂਤੀ ਦਾ ਰਾਜਕੁਮਾਰ ਨਹੀਂ, ਅਸਲ ਹਿਬਰੂ ਸ਼ਬਦ ਆ ਸ਼ਾਲੋਮ ਦਾ ਰਾਜਕੁਮਾਰ। ਹਾਲੇਲੂਇਆ। ਤੇ ਫਿਰ ਮਲਕੀਸਦਕ ਕਿੱਥੋਂ ਦਾ ਰਾਜਾ ਸੀ, ਹੈ ਸ਼ਲੇਮ ਦਾ। ਔਰ ਇਹ ਜਿਹੜਾ ਸ਼ਲੇਮ ਦਾ ਰਾਜਾ ਆ, ਤੇ ਉੱਥੋਂ ਦਾ ਰਾਜਕੁਮਾਰ ਕੋਈ ਹੋਰ ਹੋ ਨਹੀਂ ਸਕਦਾ, ਤੇ ਉਹ ਸਿਰਫ ਖੁਦਾ ਹੀ ਹੋ ਸਕਦਾ ਆ। ਹਾਲੇਲੂਇਆ। ਤੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਆ, ਕਿਉਂ ਸ਼ਲੋਮ ਸ਼ਬਦ ਬਾਈਬਲ 'ਚ ਯੂਜ਼ ਹੋਇਆ, ਕਿਉਂਕਿ ਇਹਦਾ ਸੰਬੰਧ ਖੁਦਾ ਨਾਲ ਆ, ਇਹਦਾ ਸੰਬੰਧ ਯਿਸੂ ਨਾਲ ਆ। ਤੇ ਨਬੀ ਕਿਉਂ ਯੂਜ਼ ਕਰ ਰਿਹਾ, ਕਿਉਂਕਿ ਇਹਦਾ ਸੰਬੰਧ 28 ਫਰਵਰੀ 1963 ਨਾਲ ਆ। ਔਰ ਮੈਂ ਤੁਹਾਨੂੰ ਦਿਖਾਉਂਗਾ ਇਹਦਾ ਸੰਬੰਧ ਬੱਦਲ ਦੇ ਨਾਲ ਆ, ਤੇ ਨਬੀ ਨੇ ਉਸ ਬੱਦਲ ਨੂੰ ਵੀ ਸ਼ਲੋਮ ਆਖਿਆ ਆ। ਇਹਦਾ ਸੰਬੰਧ ਯਿਸੂ ਨਾਲ ਆ ਮੇਰੇ ਭਾਈ, ਸਿੱਧਾ ਡਾਇਰੈਕਟ। ਇੰਨੀ ਕੋਈ ਗੱਲ ਸਮਝ ਆਈ, ਇੰਨੀ ਕੋਈ ਗੱਲ ਸਮਝ ਆਈ? ਆਮੀ ਤਾਂ ਮੈਂ ਤੁਹਾਨੂੰ ਸਮਝਾ ਕੀ ਰਿਹਾ, ਸਮਝਾ ਇਹ ਰਿਹਾ, ਨਬੀ ਆਇਆ, ਨਬੀ ਦੀ ਤੇ ਬਾਈਬਲ ਵਿੱਚ ਇੰਗਲਿਸ਼ 'ਚ ਇੱਕ ਜਗ੍ਹਾ ਹੀ ਆਉਂਦਾ ਸ਼ਲੋਮ, ਕਿੱਥੇ, ਯਹੋਵਾ ਸ਼ਲੋਮ, ਉਸ ਤੋਂ ਇਲਾਵਾ ਕਿਤੇ ਨਹੀਂ ਆਉਂਦਾ। ਪਰ ਨਬੀ ਖੜਾ ਹੋ ਕੇ ਕਹਿੰਦਾ ਮੈਂ ਅੱਜ ਕਲੀਸੀਆ ਨੂੰ ਇਸੇ ਲਈ ਤੇ ਕਹਿਣ ਵਾਲਾ ਆ, ਸ਼ਲੋਮ, ਆਮੀਨ। ਤਾਂ ਮੈਂ ਤੁਹਾਨੂੰ ਦੱਸਾਂ, ਅਗਰ ਤੁਸੀਂ ਅਬਰਾਨੀ 'ਚ ਜਾਓ ਜਾਂ ਅਬਰਾਨੀ 'ਚ ਮਿਲੋ, ਸਭ ਤੋਂ ਪਹਿਲੀ ਅਗਰ ਭਾਸ਼ਾ 'ਚ ਤੁਸੀਂ ਕੋਈ ਸ਼ਬਦ ਸਿੱਖਦੇ ਹੋ ਤਾਂ ਉਹ ਸ਼ਬਦ ਸ਼ਲੋਮ ਹੀ ਹੁੰਦਾ। ਸ਼ਲੋਮ ਸ਼ਬਦ ਹੁੰਦਾ ਇੱਕ ਧਾਰਮਿਕ ਵਰਗ ਨੂੰ ਬਲੈਸਿੰਗ ਦੇ ਤੌਰ 'ਤੇ ਯੂਜ਼ ਕੀਤਾ ਜਾਂਦਾ। ਆਮੇਨ। ਔਰ ਸ਼ਲੋਮ ਸ਼ਬਦ ਜਿਹੜਾ ਆ ਇਹ ਯੂਜ਼ ਹੁੰਦਾ ਆ ਗ੍ਰੀਟਿੰਗਸ, ਸ਼ੁਭਕਾਮਨਾਵਾਂ ਦੇਣ ਲਈ, ਐਂਡ ਹੈਲੋ ਜਦੋਂ ਕਿਸੇ ਨੂੰ ਕਰਨਾ ਹੈ, ਐਂਡ ਗੁੱਡ ਬਾਏ ਲਈ ਯੂਜ਼ ਹੁੰਦਾ ਹੈ। ਔਰ ਇਹ ਪਹਿਲੀ ਵਾਰ ਬਾਈਬਲ 'ਚ ਜਿੱਥੇ ਆਇਆ ਉਹ ਸੀ ਕਿਸੇ ਨੂੰ ਸ਼ਾਂਤੀ ਦੇਣ ਲਈ, ਅਤੇ ਉਹ ਕਿੱਥੇ ਆ, ਜਦੋਂ ਅਸੀਂ ਜਾਣਦੇ ਹਾਂ ਅਬਰਾਹਮ ਦੇ ਨਾਲ ਵਾਰਤਲਾਪ। ਲੇਕਿਨ ਮੈਂ ਉਹ ਪੜ੍ਹਾਂਗਾ ਬਾਅਦ 'ਚ ਕਿ ਕਿੱਥੇ ਕਿੱਥੇ ਕਿੱਦਾਂ ਆਇਆ।
ਪਰ ਮੈਂ ਨਬੀ ਦਾ ਸੰਦੇਸ਼ ਪੜ੍ਹ ਲਵਾਂ ਪਹਿਲਾਂ। ਨਬੀ ਦੇ ਸੰਦੇਸ਼ ਵਿੱਚ ਕੀ ਹੋਇਆ? ਨਬੀ ਗੱਲ ਕਰਨ ਲੱਗ ਪਿਆ, ਲਾਸਮਾ ਬਾਈਬਲ ਦੀ ਨਬੀ ਬਾਈਬਲ ਕਰ ਗੱਲ ਕਰਨ ਲੱਗ ਪਿਆ, ਸੱਤ ਮੋਹਰਾਂ ਖੁੱਲ੍ਹਣ ਦੀ 1964 ਵਿੱਚ, ਜਾਂ ਸੱਤ ਮੋਹਰਾਂ ਖੁੱਲ੍ਹੀਆਂ, ਕਹਿੰਦੇ ਆਕਾਸ਼ ਵਿੱਚ ਚਿੰਨ ਪ੍ਰਗਟ ਹੋਇਆ। ਔਰ ਭਾਈ ਬ੍ਰਾਨਮ ਇਹ ਕਹਿਣ ਲੱਗ ਪਿਆ, ਫਰੈਡ ਸੌਥਮੈਨ, ਭਾਈ ਜੀਨ ਨੋਰਮਨ ਉੱਥੇ ਸੀਗੇ, ਵੱਡਾ ਧਮਾਕਾ ਹੋਇਆ। ਫਿਰ ਉਹਨੇ ਨਬੀ ਨੇ ਰਾਸ਼ੀਆਂ ਦੀ ਗੱਲ ਕੀਤੀ, ਯਰੂਸ਼ਲੇਮ ਦੀ ਗੱਲ ਕੀਤੀ, ਜਿਹੜਾ ਮੈਂ ਤੁਹਾਡੇ ਅੱਗੇ ਹਵਾਲਾ ਫੜਿਆ। ਉਸ ਤੋਂ ਬਾਅਦ ਨਬੀ ਥੋੜ੍ਹਾ ਅਗਾਂਹ ਵੱਧਦਾ ਆ, ਔਰ ਵੱਧਦੇ ਵੱਧਦੇ ਨਬੀ ਉਸ ਗੱਲ 'ਤੇ ਆਉਂਦਾ ਆ, ਆਮੀਨ, 100 ਚਲੋ ਖੈਰ ਇਹਨੂੰ ਮੈਂ ਬਾਅਦ 'ਚ ਪੜ੍ਹਦਾ, ਇਹਨੂੰ ਬਾਅਦ 'ਚ ਪੜ੍ਹਦਾ, ਇਹਨੂੰ ਬਾਅਦ 'ਚ ਪੜ੍ਹਦਾ। ਆਮੀਨ। ਪਰ ਮੈਂ ਤੁਹਾਨੂੰ ਪਹਿਲਾਂ ਇਹ ਦਿਖਾ ਦੇਵਾਂ ਕਿੱਥੇ ਕਿੱਥੇ ਸ਼ਬਦ ਸ਼ਲੋਮ ਯੂਸ ਹੋਇਆ। ਪਹਿਲੀ ਵਾਰ ਮੇਰੇ ਨਾਲ ਉਤਪਤੀ ਉਹਦਾ 15 ਅਧਿਆਏ, ਨਬੀ ਕਿਉਂ ਸ਼ਲੋਮ 'ਤੇ ਬੋਲ ਰਿਹਾ ਹੈ? ਪੰਦਰਾਂ ਅਧਿਆਏ ਔਰ ਉਹਦੀ 14 ਤੋਂ ਪੜ੍ਹੋ। ਜਦ ਅਬਰਾਹਮ ਇੱਕ ਜਗ੍ਹਾ 'ਤੇ ਹੈ ਔਰ ਉਹ ਸੌਂ ਗਿਆ, ਪਕਸ਼ੀ ਉਤਰੇ, ਭੇਂਟਾਂ ਕੁਰਬਾਨੀਆਂ ਨੂੰ ਖਾ ਗਏ, ਸਮਝ ਆਈ? ਔਰ ਜਦ ਉਹਨਾਂ ਨੇ ਉਹਨਾਂ ਭੇਂਟਾਂ ਕੁਰਬਾਨੀਆਂ ਨੂੰ ਖਾ ਲਿਆ, ਤਾਂ ਫਿਰ ਅਸੀਂ ਕੀ ਪਾਉਂਦੇ ਹਾਂ? ਅਸੀਂ ਪਾਉਂਦੇ ਹਾਂ ਇਹ ਕਿ ਉੱਥੇ ਵੱਡਾ ਡਰਾਉਣਾ ਹਨੇਰਾ ਛਾ ਗਿਆ। 12 ਨੂੰ ਜਦੋਂ ਅਸੀਂ ਪੜ੍ਹ ਰਹੇ ਹਾਂ, ਸ਼ਾਮਾਂ ਦੇ ਵੇਲੇ ਅਬਰਾਮ ਨੇ ਆਖਿਆ, ਤੂੰ ਸੱਚਮੁੱਚ, ਉਸਨੇ ਅਬਰਾਮ ਨੂੰ ਆਖਿਆ, ਤੂੰ ਸੱਚਮੁੱਚ ਜਾਣ ਭਾਈ ਤੇਰੀ ਅੰਸ਼ ਇੱਕ ਦੇਸ਼ ਵਿੱਚ ਜਿਹੜਾ ਉਹਨਾਂ ਦਾ ਨਹੀਂ ਹੈ, ਪਰਦੇਸੀ ਹੋਊਗੀ ਅਤੇ ਉਹਨਾਂ ਦੀ ਗੁਲਾਮੀ ਕਰੇਗੀ ਅਤੇ ਉਹ ਉਹਨਾਂ ਨੂੰ 400 ਵਰ੍ਹੇ ਦੀ ਦੁੱਖ ਦੇਣਗੇ ਅਤੇ ਉਸ ਕੌਮਾਂ ਦਾ ਵੀ ਜਿਹੜਾ ਉਹਦੀ ਗੁਲਾਮੀ ਕਰਨਗੇ ਮੈਂ ਨਿਆਂ ਕਰਾਂਗਾ, ਇਹਦੇ ਮਗਰੋਂ ਮੈਂ ਵੱਡੇ ਮਾਲ ਧਨ ਵੱਡੇ ਉਹ ਵੱਡੇ ਮਾਲ ਧਨ ਦੇ ਨਾਲ ਨਿਕਲ ਆਉਣਗੇ, ਪਰ ਤੂੰ ਆਪਣੇ ਪਿਓ ਦਾਦਿਆਂ ਨਾਲ, ਆਪਣੇ ਪਿਓ ਦਾਦਿਆਂ ਕੋਲ ਸ਼ਾਂਤੀ ਨਾਲ ਜਾਵੇਂਗਾ। ਇੱਥੇ ਦੇਖੋ ਜਰਾ, ਮੈਂ ਉੱਥੇ ਦਿਖਾ ਰਿਹਾ 15:15, ਤੂੰ ਐਂਡ ਦਾਓ ਸ਼ੈਲ ਗੋ ਟੂ ਦਾਈ ਫਾਦਰਸ ਇਨ ਪੀਸ। ਇੱਥੇ ਅਬਰਾਨੀ ਦਾ ਸ਼ਬਦ ਕਰਿਓ ਕਲਿੱਕ, ਸ਼ਲੋਮ। ਆਮੀਨ। ਤੂੰ ਕੀ ਕਰੇਗਾ? ਤੂੰ ਆਪਣੇ ਬਜ਼ੁਰਗਾਂ ਨਾਲ ਕਿੱਥੇ ਜਾਏਗਾ? ਸ਼ਲੋਮ ਨਾਲ ਜਾਏਗਾ, ਕਿਉਂਕਿ ਅਬਰਾਨੀ 'ਚ ਸ਼ਬਦ ਸ਼ਾਂਤੀ ਹੈ ਨਹੀਂ। ਅਬਰਾਨੀ 'ਚ ਸ਼ਾਂਤੀ ਦੀ ਥਾਂ ਸ਼ਲੋਮ ਹੋਣਾ ਹੈ। ਆਈ ਗੱਲ ਸਮਝ? ਆਮੀਨ। ਹੁਣ ਗਿਣਤੀ ਵੀ ਕਰ ਲਓ ਮੇਰੇ ਨਾਲ ਇੱਕ ਵਾਰ, ਗਿਣਤੀ ਦੀ ਕਿਤਾਬ ਛੇਤੀ ਛੇਤੀ, ਔਰ ਤੂੰ ਵੀ ਭਾਈ ਕੱਢੀ ਜਾਈ ਨਾਲ ਦੀ ਨਾਲ, ਮੈਂ ਤੁਹਾਨੂੰ ਦਿਖਾਉਣਾ ਹੈ। ਔਰ ਇਹ ਪਾਪ ਉਹਨਾਂ ਬੰਦਿਆਂ ਨੂੰ ਹੈ ਮੇਰਾ ਜਿਹੜੇ ਕਹਿੰਦੇ ਬਾਈਬਲ ਵਿੱਚ ਸ਼ਲੋਮ ਸ਼ਬਦ ਆਇਆ ਹੀ ਨਹੀਂ,
ਔਰ ਜਿਹੜੇ ਫੇਸਬੁੱਕ ਤੇ ਇਧਰ ਉਧਰ ਬਹੁਤ ਕੁਛ ਆਪਣਾ ਹੀ ਬਕਵਾਸ ਮਾਰਦੇ ਆ, ਔਰ ਗਿਣਤੀ ਉਹਦਾ 6 ਪਾਠ ਔਰ ਉਹਦੀ 23-22 ਤੋਂ ਪੜੋ ਜਰਾ। ਤੂੰ ਇਧਰ ਇੰਗਲਿਸ਼ ਇਧਰ ਲਾਈ ਜਾਈ। ਫਿਰ ਯਹੋਵਾ ਮੂਸਾ ਨੂੰ ਬੋਲਿਆ, ਹਾਂ ਹਰੂਨ ਔਰ ਉਸਦੇ ਪੁੱਤਰਾਂ ਨੂੰ ਬੋਲ, ਹਾਂ ਕਿ ਤੁਸੀਂ ਇਉਂ ਇਸਰਾਇਲੀਆਂ ਨੂੰ ਅਸੀਸ ਦੇ ਕੇ ਆਖਿਓ, ਹਰੂਨ ਅਤੇ ਉਹਦੇ ਪੁੱਤਰਾਂ ਨੂੰ ਬੋਲ ਕਿ ਤੁਸੀਂ ਇੰਨਾ ਅਸੀਸ ਦਿਓ। ਪੜੀਏ, ਯਹੋਵਾ ਤੈਨੂੰ ਬਰਕਤ ਦੇਵੇ ਅਤੇ ਯਹੋਵਾ ਤੈਨੂੰ ਬਰਕਤ ਦੇਵੇ ਅੱਗੇ ਅਤੇ ਤੇਰੀ ਰਾਖੀ ਕਰੇ, ਤੇਰੀ ਰਾਖੀ ਕਰੇ। ਯਹੋਵਾ ਆਪਣੇ ਮੁਖੜੇ ਨੂੰ ਤੇਰੇ ਉੱਤੇ ਚਮਕਾਵੇ, ਯਹੋਵਾ ਆਪਣਾ ਮੁਖੜਾ ਤੇਰੇ ਉੱਤੇ ਚਮਕਾਵੇ ਅਤੇ ਤੇਰੇ ਉੱਤੇ ਦਇਆ ਕਰੇ, ਤੇਰੇ ਉੱਤੇ ਦਇਆ ਕਰੇ। ਅੱਗੇ ਯਹੋਵਾ ਆਪਣਾ ਮੁਖੜਾ ਤੇਰੀ ਵੱਲ ਫੇਰੇ, ਯਹੋਵਾ ਤੇ ਆਪਣਾ ਮੁਖੜਾ ਦਾ ਲਾਰਡ ਲਿਫਟ ਅਪ ਹਿਸ ਕੰਟੀਨੈਂਸ ਅਪੋਨ ਦਾਈ ਐਂਡ ਗਿਵ ਦਾਈ ਦੀ ਪੀਸ। ਜੀ ਜੀ, ਆਮੀਨ ਆਮੀਨ। ਯਹੋਵਾ ਆਪਣਾ ਮੁਖੜਾ ਤੇਰੀ ਵੱਲ ਫੇਰੇ, ਅੱਛਾ ਮੁਖੜਾ ਤੇਰੀ ਵੱਲ ਫੇਰੇ ਅਤੇ ਸ਼ਾਂਤੀ ਦੇਵੇ, ਅਤੇ ਤੈਨੂੰ ਸ਼ਾਂਤੀ ਦੇਵੇ। ਯਹੋਵਾ ਤੈਨੂੰ ਸ਼ਲੋਮ ਦੇਵੇ। ਆ ਸ਼ਬਦ ਯਹੋਵਾ ਤੈਨੂੰ ਸ਼ਲੋਮ ਦੇਵੇ। ਆਮੀਨ। ਔਰ ਸਾਡਾ ਨਬੀ ਖੜਾ ਹੋ ਕੇ ਕਹਿੰਦਾ, ਲਾੜੀ ਤੈਨੂੰ ਸ਼ਲੋਮ। ਹਾਲੇਲੂਇਆ। ਇਹਦਾ ਮਤਲਬ ਸ਼ਲੋਮ ਯਹੋਵਾ ਹੀ ਦੇ ਸਕਦਾ ਆ। ਸ਼ਲੋਮ ਯਹੋਵਾ ਕੋਲ ਹੀ ਹੈ, ਯਹੋਵਾ ਹੀ ਲਿਆ ਸਕਦਾ ਆ। ਆਮੀਨ ਆਮੀਨ। ਹੁਣ ਸ਼ਲੋਮ ਜਿਹੜਾ ਸ਼ਬਦ ਆ, ਜਿੱਦਾਂ ਮੈਂ ਤੁਹਾਨੂੰ ਕਿਹਾ, ਇਹ ਬੜੀ ਜਗ੍ਹਾ 'ਤੇ ਆਇਆ, ਔਰ ਇੱਥੋਂ ਤੱਕ ਕਿ ਮੇਰੇ ਨਾਲ ਤੁਸੀਂ ਪੜ੍ਹਿਓ ਜ਼ਬੂਰ 29 ਪਾਠ। ਹਾਂ, ਪਾਠ ਉਹਦੀ 11 ਐਤ ਪੜੋ। ਯਹੋਵਾ ਆਪਣੀ ਪਰਜਾ ਨੂੰ ਬਲ ਦੇਵੇਗਾ, ਯਹੋਵਾ ਆਪਣੀ ਪਰਜਾ ਨੂੰ ਬਲ ਦੇਵੇਗਾ, ਯਹੋਵਾ ਆਪਣੀ ਪਰਜਾ ਨੂੰ ਸ਼ਾਂਤੀ ਦੀ ਬਰਕਤ ਬਖਸ਼ੇਗਾ, ਯਹੋਵਾ ਆਪਣੀ ਪਰਜਾ ਨੂੰ ਸ਼ਾਂਤੀ ਦੀ ਬਰਕਤ ਬਖਸ਼ੇਗਾ। ਔਰ ਇਸਰਾਇਲੀ ਬਾਈਬਲ 'ਚ ਇੱਦਾਂ ਲਿਖਿਆ ਆ, ਦ ਲਾਰਡ ਵਿਲ ਬਲੈਸ ਹਿਸ ਪੀਪਲ ਵਿਦ ਸ਼ਲੋਮ। ਦਬੀ ਬਟਨ ਉਹ ਵੀ ਸ਼ਲੋਮ ਸ਼ਬਦ ਹੀ ਬਲੈਸਿੰਗ ਦਾ ਸ਼ਬਦ ਹੈ। ਔਰ ਇਹ ਲੇਵੀ ਉਹਦਾ 26 ਪੜਿਓ ਨਾ, ਵਿਵਸਥਾ ਉਹਦਾ 20:10, ਯੋਸ਼ੁਆ ਉਹਦਾ 9:15,
ਤੇ ਨਿਆਈਆਂ ਉਹਦਾ 4:17 ਸਭ ਜਗ੍ਹਾ ਸ਼ਲੋਮੀ ਹੈ। ਆਮੀਨ। ਔਰ ਇੱਥੋਂ ਤੱਕ ਕਿ ਜਦੋਂ ਕਿਸੇ ਨੂੰ ਭੇਜਿਆ ਗਿਆ ਕਿ ਜਾ ਭਾਈ, ਤੇ ਉਹਨੂੰ ਸ਼ਲੋਮ ਨਾਲ ਭੇਜਿਆ ਗਿਆ ਔਰ ਕਿਹਾ ਗਿਆ ਮੇਰੇ ਨਾਲ ਉਤਪਤੀ 26 ਦੇ ਆਏ ਔਰ ਦੀ 31 ਐਤ ਪੜ੍ਹੋ। ਇਹ ਥੋੜੀ ਸਾਡਾ ਨਬੀ ਇਹ ਸੰਦੇਸ਼ ਪੜ੍ਹ ਨਬੀ ਨੇ ਪ੍ਰਚਾਰ ਕਰਤਾ। ਅੱਜ ਸਵੇਰੇ ਉੱਠ ਕੇ ਹਰ ਇੱਕ ਨੇ ਆਪਣੇ ਭਰਾ ਨਾਲ ਸਹੁੰ ਖਾਧੀ ਅਤੇ ਇਸਹਾਕ ਨੇ ਉਹਨਾਂ ਨੂੰ ਤੋੜ ਦਿੱਤਾ ਅਤੇ ਉਹ ਸ਼ਾਂਤੀ ਨਾਲ ਉੱਥੋਂ ਚਲੇ ਗਏ। ਸ਼ਾਂਤੀ ਨਾਲ ਚਲੇ ਗਏ। ਇਸਹਾਕ ਨੇ ਕਿੱਦਾਂ ਤੋਰਿਆ? ਸ਼ਾਂਤੀ ਨਾਲ। ਔਰ ਪੜ੍ਹੋ, ਇਸਹਾਕ ਨੇ ਸ਼ਲੋਮ ਨਾਲ ਤੋਰਿਆ। ਸ਼ਲੋਮ, ਆਮੇਨ ਹੈ। ਕੂਚ 4:18 ਮੂਸਾ ਆਪਣੇ ਸਹੁਰੇ ਜਿਥਰੋ ਵੱਲ ਮੁੜ ਗਿਆ ਔਰ ਉਸਨੂੰ ਆਖਿਆ, ਦਇਆ ਕਰਕੇ ਮੈਨੂੰ ਜਾਣ ਦਿਓ, ਮੈਨੂੰ ਮਿਸਰ ਵਿੱਚ ਆਪਣੇ ਭਰਾਵਾਂ ਕੋਲ ਮੁੜਨ ਦਿਓ ਤਾਂ ਜੋ ਮੈਂ ਵੇਖਾਂ ਬਈ ਉਹ ਅਜੇ ਤੀਕ ਜਿਉਂਦੇ ਹਨ। ਤਾਂ ਜਿਥਰੋ ਨੇ ਮੂਸਾ ਨੂੰ ਸੁੱਖ ਸ਼ਾਂਤ ਨਾਲ ਸੁੱਖ ਸ਼ਾਂਤ ਨਾਲ ਜਾ, ਮੂਸਾ ਨੂੰ ਆਖਿਆ ਸੁੱਖ ਸ਼ਾਂਤ ਨਾਲ ਜਾ, ਔਰ ਇੰਗਲਿਸ਼ ਆਖਿਆ ਗੋ ਇਨ ਸ਼ਲੋਮ। ਆਮੀਨ। ਪਹਿਲਾ ਸੈਮੂਅਲ ਉਹਦਾ ਪਹਿਲਾ ਅਧਿਆਇ ਔਰ ਉਹਦੀ 17 ਬਾਰ ਬਾਰ ਉਹ ਤੁਹਾਨੂੰ ਦਿਖਾ ਰਿਹਾ ਤਾਂ ਕਿ ਕੋਈ ਸ਼ੱਕ ਹੀ ਨਾ ਰਹਿ ਜਾਏ। ਠੀਕ ਹੈ ਜੀ। ਸ਼ਲੋਮ ਸ਼ਬਦ ਇੱਥੋਂ ਤੱਕ ਕਿ ਦਾਊਦ ਨੇ ਕਿਹਾ ਉਹ ਬੰਦਾ ਮੇਰਾ ਸ਼ਲੋਮ ਹੈ ਜੀ। ਆਮੇਨ। ਖੁਦਾ ਦੇ ਬਾਰੇ, ਦੋਸਤ ਦੇ ਬਾਰੇ, ਨੇੜੇ ਦੇ ਫਰੈਂਡ ਦੇ ਬਾਰੇ। ਔਰ ਜਦ ਯਾਕੂਬ ਆਪਣੇ ਬਾਪ ਦੇ ਘਰ ਗਿਆ ਔਰ ਇਹ ਕਿ ਮੈਂ ਆਪਣੇ ਪਿਤਾ ਦੇ ਘਰ ਸੁੱਖ ਸ਼ਾਂਤ ਨਾਲ ਮੁੜ ਜਾਵਾਂਗਾ, ਪਿਤਾ ਦੇ ਘਰ ਸ਼ਲੋਮ ਨਾਲ ਮੁੜ ਜਾਵਾਂਗਾ। ਆਮੇਨ। ਹੁਣ ਇਹ ਸ਼ਬਦ ਜਿਹੜਾ ਸ਼ਲੋਮ ਯੂਸ ਹੋ ਰਿਹਾ ਹੈ, ਆਮੀਨ, ਹੁਣ ਇਹ ਸ਼ਲੋਮ ਤੇ ਅਸੀਂ ਖੁਸ਼ਹਾਲੀ, ਸੁੱਖ ਸ਼ਾਂਤ, ਹਾਲ ਚਾਲ, ਸ਼ਲੋਮ ਨਾ ਜਾਓ, ਸ਼ਾਂਤੀ ਨਾ ਜਾਓ, ਇਹ ਸ਼ਬਦ ਯੂਸ ਕਦੋਂ ਹੋਣ ਲੱਗਾ ਇਸ ਗੱਲ ਦੇ ਬਾਰੇ? ਤਦ 100 ਨਬੀ ਦਾ ਸੰਦੇਸ਼ ਆਓ, ਨਬੀ ਦਾ ਸੰਦੇਸ਼
ਔਰ 111 ਪੈਰਾਗ੍ਰਾਫ ਇੱਥੇ ਲਾਇਓ। ਪੈਰਾਗ੍ਰਾਫ, ਕਿਉਂਕਿ ਮੈਂ ਆਰਾਮ ਨਾਲ ਚੱਲਣਾ, ਕਨਸੈਪਟ ਸਮਝ ਆ ਜਾਏ ਔਰ ਆਖਰ ਤੇ ਰੱਖੂੰਗਾ ਕੁਛ ਗੱਲਾਂ। 111 ਪੈਰਾਗ੍ਰਾਫ ਆ ਗਏ, ਆਓ ਉਹਨੂੰ ਹਟਾਓ, ਵੱਡਾ ਕਰੋ, ਤੂੰ ਥੋੜ੍ਹਾ ਜਿਹਾ ਕੱਟੋ, ਉਹਨੂੰ ਕਿੱਥੋਂ ਕੱਟਣਾ, ਅੰਡਰਲਾਈਨ ਗਿਆ ਸੀ। ਅੱਛਾ, ਕਹਿੰਦੇ ਨਾਓ ਆਈ ਸੇ ਟੂ ਦਾ ਚਰਚ ਸ਼ਲੋਮ, ਮੈਂ ਕਲੀਸੀਆ ਨੂੰ ਕਹਿੰਦਾ ਹਾਂ ਸ਼ਲੋਮ। ਹੁਣ ਮੈਂ ਕਲੀਸੀਆ ਨੂੰ ਸ਼ਲੋਮ ਕਹਿੰਦਾ, ਗੋਡਸ ਪੀਸ, ਖੁਦਾ ਦੀ ਸ਼ਾਂਤੀ, ਪੀਸ, ਸ਼ਾਂਤੀ, ਐਵਰੀ ਟਿਊ ਟਰੂ ਹਿਬਰੂ, ਹਰ ਇੱਕ ਸੱਚਾ ਅਬਰਾਨੀ, ਵੈਨ ਹੀ ਮੀਟਸ ਮੀਟ ਅਨਦਰ ਵਨ ਸ਼ਲੋਮ, ਹਰ ਇੱਕ ਸੱਚਾ ਅਬਰਾਨੀ ਜਦੋਂ ਇੱਕ ਦੂਜੇ ਨੂੰ ਮਿਲਦਾ ਹੈ ਸ਼ਲੋਮ ਕਹਿੰਦਾ ਆ। ਇਹ ਤੇ ਗੱਲ ਹੁਣ ਨਬੀ ਦੇ ਮੂੰਹ ਚੋਂ ਆ ਗਈ ਨਾ, ਤੇ ਫਿਰ ਯੇਸ਼ੂ ਕੀ ਸੀ? ਹੈਂ, ਯੇਸ਼ੂ ਨੇ ਆਪਣਾ ਕੋਈ ਪੰਥ ਨਹੀਂ ਸੀ ਚਲਾਇਆ? ਜਦ ਯੇਸ਼ੂ ਆਪਣੇ ਭਰਾਵਾਂ ਨੂੰ ਮਿਲਿਆ, ਮੈਂ ਉਹ ਵੀ ਵਰਸਾਂ ਦਿਖਾਉਣੀਆਂ, ਜਦ ਯੇਸ਼ੂ ਆਪਣੇ ਭਰਾਵਾਂ ਨੂੰ ਮਿਲਿਆ ਤੇ ਉਹਨੇ ਉਹਨਾਂ ਨੂੰ ਸ਼ਲੋਮ ਆਖਿਆ, ਹਾਲੇਲੂਇਆ। ਤੇ ਜਦੋਂ ਇੱਧਰ ਨਬੀ ਖੜਾ ਆ ਤੇ ਨਬੀ ਆਪਣਿਆਂ ਨੂੰ ਜਦੋਂ ਵੇਖਦਾ ਆ, ਲਾੜੀ ਨੂੰ ਵੇਖਦਾ ਆ ਤੇ ਉਹਨਾਂ ਨੂੰ ਆਖਦਾ ਸ਼ਲੋਮ। ਕੀ ਇੱਥੇ ਸੱਚੇ ਇਜ਼ਰਾਈਲੀ ਆਏ ਹਨ? ਉਹ ਭਾਈ ਜਿਹੜਾ ਦਾਊਦ ਦਾ ਉਸ 6 ਨੁਕਰਾ ਸਤਾਰਾ ਆ, ਸਾਡਾ ਸਤਾਰਾ ਆ, ਸਾਡਾ ਦੇਸ਼ ਆ, ਅਸੀਂ ਹਾਂ ਸੱਚੇ ਇਜ਼ਰਾਈਲੀ, ਅਸੀਂ ਹਾਂ ਅਬਰਾਹਮ ਦਾ ਸ਼ਾਹੀ ਵੰਸ਼, ਹਾਲੇਲੂਇਆ। ਤਦ ਨਬੀ ਕੀ ਕਹਿੰਦਾ? ਅਦਰ ਵਰਡਸ, ਦੂਜੇ ਸ਼ਬਦਾਂ ਚ, ਗੁੱਡ ਮਾਰਨਿੰਗ, ਗੋਡ ਬੀ ਵਿਦ ਯੂ, ਖੁਦਾ ਤੁਹਾਡੇ ਨਾਲ ਹੋਵੇ, ਗੋਡ ਪੀਸ ਵਿਦ ਯੂ, ਗੋਡ ਪੀਸ ਕੋ ਵਿਦ ਯੂ, ਖੁਦਾ ਦੀ ਸ਼ਾਂਤੀ ਤੁਹਾਡੇ ਨਾਲ ਜਾਵੇ। ਜਦੋਂ ਇਜ਼ਰਾਈਲੀ ਕਿਸੇ ਨੂੰ ਤੋਰਦੇ ਸੀ, ਉਹ ਕਹਿੰਦੇ ਸੀ ਮੇਰੇ ਬ੍ਰਦਰ ਸ਼ਲੋਮ, ਤੇ ਸ਼ਲੋਮ ਖੁਦਾ ਆ, ਤੇ ਉਹ ਸ਼ਲੋਮ ਉਹਨਾਂ ਦੇ ਨਾਲ ਨਾਲ ਚੱਲਦਾ ਸੀ ਰਾਹ ਵਿੱਚ, ਉਹਨਾਂ ਦੀ ਰਾਖੀ ਕਰਦਾ ਸੀ ਸ਼ਲੋਮ। ਤਦ ਜਦ ਸਾਰੀ ਦੁਨੀਆ ਤੇ ਹਨੇਰਾ ਆਇਆ ਤੇ ਨਬੀ ਕਹਿੰਦਾ ਜਦੋਂ ਹਨੇਰਾ ਤੇ ਚਾਨਣ ਮਿਕਸ ਆ ਤੇ ਮੈਂ ਤੁਹਾਨੂੰ ਆਖਣਾ ਚਾਹੁੰਦਾ ਸ਼ਲੋਮ, ਕੋਈ ਮਾਂ ਤੇਰੇ ਤੇ ਹਾਵੀ ਨਹੀਂ ਹੋ ਸਕਦੀ, ਉਹ ਸ਼ਲੋਮ ਤੁਹਾਡੀ ਰਾਖੀ ਕਰੇਗਾ, ਸ਼ਲੋਮ ਤੁਹਾਡੇ ਨਾਲ ਨਾਲ ਹੋਵੇਗਾ, ਉਹ ਤੁਹਾਨੂੰ ਘੇਰੇ ਹੋਵੇਗਾ, ਇਹ ਖੁਦਾ ਦੀ ਪ੍ਰੋਟੈਕਸ਼ਨ ਹੈ ਸ਼ਲੋਮ, ਹਾਲੇਲੂਇਆ, ਆਮੀਨ। ਔਰ ਕੀ ਕਹਿੰਦਾ? ਕਹਿੰਦਾ ਉਹ ਜਾਂਦਾ ਗੁੱਡ ਮਾਰਨਿੰਗ, ਹਾਓ
ਡੂ ਯੂ ਡੂ ਕੀ ਮਤਲਬ ਮੰਨਿਆ ਦਾ ਤੁਹਾਡਾ ਕੀ ਹਾਲ ਹੈ ਜਦੋਂ ਕਿਸੇ ਨੇ ਪੁੱਛਣਾ ਕੀ ਹਾਲ ਹੈ ਸ਼ਲੋਮ ਸ਼ਲੋਮ ਤੁਸੀਂ ਠੀਕ ਹੋ ਮੈਂ ਵੀ ਠੀਕ ਹਾਂ ਸ਼ਲੋਮ ਆਮੀ ਹੁਣ ਇਹ ਨਬੀ ਬੋਲ ਰਿਹਾ ਹੁਣ ਨਬੀ ਬੋਲੇਗਾ ਮੈਂ ਬਾਈਬਲ ਦੀਆਂ ਵਰਸਾਂ 'ਚ ਦਿਖਾਊਂਗਾ ਤੁਹਾਨੂੰ ਜੋ ਪਿਆਰਾ ਨਬੀ ਬੋਲੇਗਾ ਫਿਰ ਮੈਂ ਬਾਈਬਲ ਦੀ ਆਇਤ ਵੀ ਦਿਖਾਊਂਗਾ ਹਾਲੇਲੂਇਆ ਕ੍ਰਾਈਸਟ ਇਸ ਅਪੀਅਰਿੰਗ ਅਮੰਗ ਅਸ ਮਸੀਹ ਸਾਡੇ ਅੱਗੇ ਸਾਡੇ ਵਿੱਚ ਪ੍ਰਗਟ ਹੋਇਆ ਸ਼ਲੋਮ ਮਸੀਹ ਪ੍ਰਗਟ ਹੋ ਗਿਆ ਨਬੀ ਕਹਿੰਦੇ ਪਰ ਅੱਗੇ ਕੀ ਕਹਿੰਦਾ ਸ਼ਲੋਮ ਖੁਦਾ ਦੀ ਸ਼ਾਂਤੀ ਹਾਲੇਲੂਇਆ ਸ਼ਲੋਮ ਨਬੀ ਜਦ ਇਹ ਪ੍ਰਚਾਰ ਕਰਨ ਆਇਆ ਤੇ ਪੂਰਾ ਭਰਿਆ ਆਇਆ ਸੀ ਸ਼ਲੋਮ 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 ਹਾਲੇਲੂਇਆ ਤਾਂ ਨਬੀ ਕੀ ਕਹਿੰਦੇ ਕਹਿੰਦੇ ਜਦੋਂ ਹਨੇਰਾ ਧਰਤੀ ਦੇ ਉੱਪਰ ਛਾਂਦਾ ਆਇਆ ਨਬੀ ਕਹਿੰਦੇ ਮੋਰਨਿੰਗ ਸਟਾਰ ਇਜ਼ ਹੈਂਗੀ ਆਮੀਨ ਮੋਰਨਿੰਗ ਸੁਬਾਹ ਦਾ ਸਤਾਰਾ ਉੱਪਰ ਜਿਹੜਾ ਆ ਚੜ੍ਹਦਾ ਆ ਅਤੇ ਕੀ ਕਰਦਾ ਉਹ ਸੂਰਜ ਦੇ ਆਉਣ ਦੀ ਕੀ ਕਰਦਾ ਇੰਟਰਡਿਊਸ ਕਰਦਾ ਸੂਰਜ ਨੂੰ ਅਰ ਮੋਰ ਕਹਿੰਦਾ ਇਟ ਜਦੋਂ ਉਹ ਚਮਕ ਰਿਹਾ ਹੁੰਦਾ ਆ ਮੋਰਨਿੰਗ ਸਟਾਰ ਹਾਲੇਲੂਇਆ ਔਰ ਜਦੋਂ ਮੋਰਨਿੰਗ ਸਟਾਰ ਚਮਕ ਰਿਹਾ ਕਹਿੰਦਾ ਇਹ ਜਿਹੜਾ ਆ ਫਿਰ ਕਹਿੰਦਾ ਇਟ ਇਜ਼ ਡਾਰਕ ਕੁਛ ਦੇਰ ਲਈ ਬਿਫੋਰ ਡੇ ਦਾ ਬਲੈਕ ਆਊਟ ਕਮ ਜਦੋਂ ਹਨੇਰਾ ਆ ਜਾਂਦਾ ਆ ਔਰ ਦਾ ਮੂਨ ਫਾਲ ਟੂ ਸ਼ਾਈਨ ਔਰ ਜਿਹੜਾ ਸੂਰਜ ਚਮਕ ਚੰਦਰਮਾ ਚਮਕਣਾ ਜਿਹੜਾ ਲਗਭਗ ਬੰਦ ਹੀ ਕਰ ਦਿੰਦਾ ਕਹਿੰਦਾ ਹਨੇਰਾ ਜਿਹੜਾ ਆ ਠੀਕ ਦਿਨ ਤੋਂ ਪਹਿਲਾਂ ਕਹਿੰਦਾ ਕਿਉਂਕਿ ਜਿਹੜੀ ਆ ਲਾਈਟ ਅੱਗੇ ਅੱਗੇ ਕਰ ਦਿਓ ਚਲੋ ਖੈਰ ਦਾ ਬਟ ਦਾ ਮੋਰਨਿੰਗ ਸਟਾਰ ਕਮ ਆਊਟ ਐਂਡ ਸੇ ਗੁੱਡ ਮੋਰਨਿੰਗ ਸ਼ਲੋਮ ਕਹਿੰਦਾ ਨਬੀ ਕਹਿੰਦਾ ਜਦੋਂ ਹਨੇਰਾ ਹੋਇਆ ਆ ਸੂਰਜ ਚੜਿਆ ਨਹੀਂ ਆ ਚੰਦਰਮਾ ਛਿਪ ਗਿਆ ਆ ਉਸ ਸਮੇਂ ਨਬੀ ਕਹਿ ਰਿਹਾ ਆ ਔਰ ਨਬੀ ਕੀ ਕਹਿ ਰਿਹਾ ਆਕਾਸ਼ ਦੇ ਅੰਦਰ ਆਕਾਸ਼ ਦੇ ਅੰਦਰ ਇੱਕ ਸਿਤਾਰਾ ਚਮਕ ਰਿਹਾ ਆ ਸਵੇਰ ਦਾ ਸਿਤਾਰਾ ਅਤੇ ਉਹ ਕੀ ਕਹਿੰਦਾ ਸ਼ਲੋਮ ਹਾਲੇਲੂਇਆ ਤੇ ਹੁਣ ਤੇ ਸਾਨੂੰ ਇਹ ਵੀ ਪਤਾ ਲੱਗ ਗਿਆ ਕਿ ਉਹ ਸਵੇਰ ਦਾ ਚਮਕਦਾ ਸਿਤਾਰਾ ਯੇਸ਼ੂ ਮਸੀਹ ਹੈ ਜੋ ਆਪਣੀ ਆਮਦ ਦੀ ਘੋਸ਼ਣਾ ਕਰ ਰਿਹਾ ਹੈ ਤੇ ਉਹ ਬੋਲ ਕੀ ਰਿਹਾ ਸ਼ਲੋਮ ਹਾਲੇਲੂਇਆ ਹਾਲੇਲੂਇਆ ਔਰ ਤਦ ਕੀ ਕਹਿੰਦਾ ਦੈਟ ਇਜ਼ ਹਿਮ ਅਮੰਗ ਅਸ ਉਹ ਸਾਡੇ ਵਿਚਕਾਰ ਹੈ ਹਿਸ ਵਰਡ ਬੀਂਗ ਆਇਡੈਂਟੀਫਾਈਡ ਉਹਦਾ ਵਚਨ ਜਿਹੜਾ ਆ ਪਹਿਚਾਨਿਆ ਜਾ ਚੁੱਕਾ ਸ਼ਲੋਮ ਹਾਲੇਲੂਇਆ ਦਾ ਗ੍ਰੇਟ ਡੇ ਇਜ਼ ਫਿਕਸਿੰਗ ਟੂ ਬ੍ਰੇਕ ਵੈਨ ਦਾ ਮੋਰਨਿੰਗ ਬ੍ਰੇਕ ਬ੍ਰੇਕਸ ਇਟਰਨਲ ਬ੍ਰਾਈਟ ਐਂਡ ਫੇਅਰ ਵੈਨ ਹਿਸ ਚੋਜ਼ਨ ਵਨ ਸ਼ੈਲ ਗੈਦਰ ਟੂ ਦੇਅਰ ਹੋਮ ਬਿਯੋਂਡ ਦਾ ਸਕਾਈ ਔਰ ਤਦ ਉਹ ਕੀ ਕਹਿੰਦਾ ਆ ਮਹਾਨ
ਦਿਨ ਚੜ੍ਹਨ ਦੀ ਤਿਆਰੀ ਕਰ ਰਿਹਾ ਹੈ, ਉਸ ਵੇਲੇ ਸਵੇਰ ਸਦਾ ਸਦਾ ਵਾਸਤੇ ਆ ਜਾਵੇਗੀ। ਇਹ ਚਮਕਦਾਰ ਅਤੇ ਸੁਹਾਫਨੀ ਹੋਵੇਗੀ ਜਿਸ ਵੇਲੇ ਉਹ ਚੁਣੇ ਹੋਏ ਆਕਾਸ਼ ਤੋਂ ਪਰਿਓਂ ਇਕੱਠਾ ਕਰ ਲੈਣਗੇ ਕਰ ਲੈ ਪਏਗਾ, ਔਰ ਜਿਸ ਵੇਲੇ ਉੱਪਰ ਦੂਰ ਹਾਜ਼ਰੀ ਲੱਗੇਗੀ ਮੈਂ ਉੱਥੇ ਹੋਵਾਂਗਾ। ਯੂਅਰ ਨੇਮ ਆਰ ਔਨ ਹਿਸ ਬੁੱਕ, ਤੁਹਾਡੇ ਨਾਮ ਉਹਦੀ ਪੋਥੀ ਦੇ ਵਿੱਚ ਆ। ਵੀ ਸ਼ੈਲ ਬੀ ਦੇਅਰ, ਅਸੀਂ ਉੱਥੇ ਹੋਵਾਂਗੇ। ਚਲੋ ਹਾਲੇਲੂਇਆ, ਗੁੱਡ ਮਾਰਨਿੰਗ, ਪੀਸ ਬੀ ਅਨ ਟੂ ਯੂ, ਸ਼ਲੋਮ ਤੁਹਾਡੇ ਨਾਲ ਹੋਵੇ। ਆਮੀਨ, ਕੁਝ ਗੱਲ ਸਮਝ ਆਈ? ਉਹ ਕੀ ਕਹਿੰਦਾ? ਸ਼ਲੋਮ। ਆਮੀਨ। ਹੁਣ ਇਹ ਨਬੀ ਕਹਿੰਦਾ ਹਰ ਇੱਕ ਸੱਚਾ ਯਹੂਦੀ ਜਦੋਂ ਮਿਲਦਾ ਹੈ ਤਾਂ ਕੀ ਕਹਿੰਦਾ ਭਲਾ? ਸ਼ਲੋਮ। ਕੀ ਕਹਿੰਦਾ ਭਲਾ? ਆਹ ਪਹਿਲੀ ਵਾਰ ਸ਼ਲੋਮ ਕਦੋਂ ਕਿਸੇ ਨੇ ਕਿਸੇ ਨੂੰ ਕਿਹਾ? ਮੇਰੇ ਨਾਲ। ਹੁਣ ਦੇਖੋ, ਨਬੀ ਕਹਿੰਦਾ ਜਦੋਂ ਯਹੂਦੀ ਮਿਲਦੇ ਸ਼ਲੋਮ ਕਹਿੰਦੇ। ਆਮੀਨ। ਉਤਪਤੀ ਉਹਦਾ 29 ਪਾਠ, ਉਤਪਤੀ 29 ਪਾਠ ਉਹਦੀ 6 ਐਤ ਪੜੋ ਜਰਾ। ਉਸ ਆਖਿਆ ਉਹ ਚੰਗਾ ਭਲਾ ਹੈ, ਉਹਨਾਂ ਨੇ ਆਖਿਆ ਚੰਗਾ ਭਲਾ ਹੈਗਾ। ਜਦ ਯਕੂਬ ਪਹੁੰਚਿਆ ਕਿੱਥੇ? ਆਪਣੇ ਮਾਮੇ ਲਬਾਨ ਕੋ, ਤੇ ਉੱਥੇ ਕੋਈ ਚਰਵਾਹੇ ਸੀਗੇ। ਕੀ ਸੀ? ਕੋਈ ਚਰਵਾਹੇ ਸੀਗੇ, ਤੇ ਉਹਨਾਂ ਚਰਵਾਹਿਆਂ ਨੂੰ ਪੁੱਛਿਆ ਕੀ ਲਬਾਨ ਚੰਗਾ ਭਲਾ ਹੈ? ਉਹਨਾਂ ਨੇ ਅੱਗੇ ਕੀ ਜਵਾਬ ਦਿੱਤਾ? ਚੰਗਾ ਭਲਾ ਹੈ। ਐਂਡ ਹੀ ਸੈਡ ਐਂਡ ਟੂ ਦੈਮ, ਇਸ ਹੀ ਵੈਲ? ਇਹ ਜਿਹੜਾ ਲਿਖਿਆ ਨਾ, ਇਚ ਹੀ ਵੈਲ, ਇੱਥੇ ਯਕੂਬ ਨੇ ਕੀ ਕਿਹਾ? ਉਹ ਬਟਨ ਦੱਬੇ ਹੋ, ਐਚ। ਯਕੂਬ ਨੇ ਕਿਹਾ ਲਬਾਨ ਸ਼ਲੋਮ ਚ ਹੈ, ਸ਼ਲੋਮ। ਆਮੀਨ। ਅੱਛਾ ਅੱਗੇ, ਐਂਡ ਦੇ ਸੇ ਹੀ ਇਸ ਵੈਲ। ਉੱਥੇ ਉਹਨੇ ਪੁੱਛਿਆ ਸ਼ਲੋਮ ਆ? ਉਹਨਾਂ ਨੇ ਵੀ ਅੱਗੇ ਜਵਾਬ ਦਿੱਤਾ ਸ਼ਲੋਮ ਆ। ਲਬਾਨ ਨੇ ਵੀ, ਮਤਲਬ ਚਰਵਾਇਆਂ ਨੇ ਵੀ, ਯਕੂਬ ਨੇ ਵੀ, ਯਕੂਬ ਨੇ ਵੀ ਉਹਨਾਂ ਨੂੰ ਸ਼ਲੋਮ ਬੁਲਾਇਆ ਤੇ ਉਹਨਾਂ ਨੇ ਵੀ ਉਹਨੂੰ ਜਵਾਬ ਸ਼ਲੋਮ ਦਿੱਤਾ। ਆਮੀਨ। ਆਈ ਗੱਲ ਸਮਝ? ਅੱਛਾ ਅੱਗੇ ਪੜ੍ਹੀਏ। ਉਸ ਆਖਿਆ ਉਹ ਚੰਗਾ ਭਲਾ ਹੈ, ਮੇਰੇ ਨਾਲ ਪੜ੍ਹ ਦਿਓ ਜਰਾ। ਉਤਪਤੀ
37:14 ਇਹ ਹਾਲ ਚਾਲ ਪੁੱਛਣ ਨੂੰ ਵੀ ਵਰਤਿਆ ਗਿਆ। ਉਸ ਉਹਨੂੰ ਆਖਿਆ ਜਾ ਆਪਣੇ ਭਰਾਵਾਂ ਔਰ ਇੱਜੜਾਂ ਦੀ ਸੁੱਖ ਸ਼ਾਂਤ ਦਾ ਪਤਾ ਲੈ। ਸੁੱਖ ਸ਼ਾਂਤ ਭਰਾਵਾਂ ਦਾ ਕੀ ਪੁੱਛ? ਸ਼ਲੋਮ ਪੁੱਛ। ਤੇ ਅਬਰਾਨੀ ਚ ਸ਼ਬਦ ਫਿਰ ਕੀ ਆਇਆ? ਸ਼ਲੋਮ। ਜਾ ਕੇ ਭਰਾਵਾਂ ਨੂੰ ਸ਼ਲੋਮ ਪੁੱਛ, ਸ਼ਲੋਮ ਆਖ। ਸਮਝ ਆਈ? ਆਈ ਆ ਸਮਝ? ਠੀਕ ਹੈ। ਔਰ ਉਸ ਤੋਂ ਬਾਅਦ ਉਹਨਾਂ ਦੀ ਸੁੱਖ ਸਲਾਮਤੀ। ਫਿਰ ਪਹਿਲਾ ਸੈਂਪਲ ਮੈਂ ਪੜ੍ਹਾ ਨਹੀਂ ਰਿਹਾ ਕਿਉਂਕਿ ਟਾਈਮ ਹੀ ਨਹੀਂ ਹੈ। ਪਹਿਲਾ ਸੈਂਪਲ 17 ਦੇ ਆਏ, ਉਹਦੀ 18 ਐਤ, 24 ਸ਼ਲੋਮੇ ਹੈ। ਅਸਤਰ 2 ਪਾਠ, ਉਹਦੀ 11 ਐਚ ਵੀ ਸ਼ਲੋਮੇ ਹੈ ਕਿ ਜਾ ਕੇ ਉਹਨਾਂ ਨੂੰ ਸ਼ਲੋਮ ਪੁੱਛੋ, ਪਤਾ ਲਵੋ ਸ਼ਲੋਮ ਦੇਖੋ ਉਹਨਾਂ ਦਾ। ਠੀਕ ਹੈ। ਇਹ ਸਾਰੇ ਵਰਤੇ ਗਏ ਗ੍ਰੀਟਿੰਗਸ ਲਈ। ਔਰ ਸਿੱਧਾ ਸਿੱਧਾ ਇਹ ਸ਼ਬਦ ਨਹਮਿਆ, ਬਲਕਿ ਨਹਮਿਆ ਨਹੀਂ, ਨਿਆਈਆਂ 6 ਪਾਠ ਕੱਢੇ ਹੋ। ਇਹ ਪਹਿਲੀ ਵਾਰ ਨਹੀਂ, ਅਧਿਕਾਰਕ ਸ਼ਕਤੀ ਨੇ ਇਹ ਸ਼ਬਦ ਗੋਤੋਂ ਬੋਲਿਆ। 6 ਨਿਆਈਆਂ 6 ਕੱਢ ਲਿਆ ਭਾਈ। ਔਰ ਇਹਦੀ 22 ਐ ਤੋਂ ਪੜ੍ਹਨਾ ਤੁਸੀਂ। ਜਾ ਗਿਦਾਉਨ ਨੇ ਡਿੱਠਾ ਜੋ ਉਹ ਯਹੋਵਾ ਦਾ ਦੂਤ ਸੀ। ਯਹੋਵਾ ਦਾ ਦੂਤ ਆਇਆ। ਆਮੀਨ ਆਮੀਨ। ਉਹਨੇ ਡਿੱਠਾ ਕਿ ਇਹ ਯਹੋਵਾ ਦਾ ਦੂਤ ਹੈ। ਅੱਗੇ ਤਾਂ ਗਿਦਾਉਨ ਨੇ ਆਖਿਆ ਹਾਏ ਹਾਏ। ਗਿਦਾਉਨ ਨੇ ਕਿਹਾ ਹਾਏ ਹਾਏ। ਹੇ ਪ੍ਰਭੂ ਯਹੋਵਾ ਕਿਉਂ ਜੋ ਮੈਂ ਯਹੋਵਾ ਦੇ ਦੂਤ ਨੂੰ ਆਮਣੋ ਸਾਹਮਣੇ ਡਿੱਠਾ। ਮੈਂ ਯਹੋਵਾ ਦੇ ਦੂਤ ਨੂੰ ਆਮਣੇ ਡਿੱਠਾ। ਇਹ ਯਹੋਵਾ ਦਾ ਦੂਤ ਅਸਲ ਵਿੱਚ ਯਹੋਵਾ ਦੂਤ ਬਣ ਕੇ ਆਇਆ ਸੀ। ਆਮੀਨ। ਯਹੋਵਾ ਕੀ ਬਣ ਗਿਆ ਸੀ? ਬੋਲੋ ਜਰਾ, ਦੂਤ ਬਣ ਗਿਆ। ਆਮੀਨ ਅਤੇ ਆਮੀਨ। ਹੁਣ ਇਹਦੀ 23 ਐ ਤੇ ਆਓ। ਤਦ ਯਹੋਵਾ ਨੇ ਉਸਨੂੰ ਆਖਿਆ। ਕਿੰਨੇ ਆਖਿਆ? ਉਹ ਮੈਂ ਤੁਹਾਨੂੰ ਪੁੱਛਦਾ, ਕਿੰਨੇ ਆਖਿਆ? ਯਹੋਵਾ ਨੇ ਆਖਿਆ ਕਿ ਤੈਨੂੰ ਸੁੱਖ ਹੋਵੇ। ਆਓ ਦੇਖੀਏ, ਦ ਲਾਰਡ ਸੈਡ ਅਨਟੂ ਹਿਮ ਪੀਸ ਬੀ ਅਨਟੂ ਦੀ। ਦੇਖੋ ਜਰਾ, ਯਹੋਵਾ ਨੇ ਆਖਿਆ ਤੈਨੂੰ ਸ਼ਲੋਮ ਹੋਵੇ। ਕਿੰਨੇ ਆਖਿਆ? ਤੇ ਜੇ ਯਹੋਵਾ ਕਹਿ ਰਿਹਾ ਆ ਤਾਂ ਗਿਦਾਉਨ ਨੇ ਉਸ ਜਗ੍ਹਾ ਤੇ ਵੇਦੀ ਬਣਾ ਕੇ ਉਹਦਾ ਨਾਮ ਯਹੋਵਾ ਸ਼ਲੋਮ ਰੱਖਿਆ ਸੀ, ਕਿਉਂਕਿ ਯਹੋਵਾ ਨੇ ਉਹਨੂੰ ਸ਼ਲੋਮ ਆਖਿਆ। ਤੇ ਯਹੋਵਾ ਜਦੋਂ ਉੱਥੇ ਸ਼ਲੋਮ ਆਖ ਸਕਦਾ ਹੈ, ਹਾਲੇਲੂਇਆ, ਅਗਰ ਯਹੋਵਾ ਉੱਥੇ ਸ਼ਲੋਮ ਆ ਸਕਦਾ ਆ ਤੇ ਉਹੀ ਯਹੋਵਾ ਨਬੀ ਦੇ ਰਾਹੀਂ ਸ਼ਲੋਮ ਨਹੀਂ ਆਖ ਸਕਦਾ?
ਆਮੀਨ। ਯਹੋਵਾ ਸ਼ਲੋਮ ਆਖਦਾ, ਨਬੀ ਸ਼ਲੋਮ ਆਖਦਾ, ਮਸੀਹ ਦੀ ਲਾੜੀ ਸ਼ਲੋਮ ਆਖਦੀ, ਯੇਸ਼ੂ ਸ਼ਲੋਮ ਆਖਦਾ, ਪੌਲਸ ਸ਼ਲੋਮ ਆਖਦਾ। ਆਮੀਨ। ਪਰ ਯਹੋਵਾ ਨੇ ਗਿਦੋਨ ਨੂੰ ਸ਼ਲੋਮ ਆਖਿਆ, ਔਰ ਇਸ ਲਈ ਅਗਲੀ ਐਤ ਵਿੱਚ ਤਾਂ ਉਹਨੇ ਵੇਦੀ ਬਣਾ ਕੇ ਉਹਦਾ ਨਾਮ ਯਹੋਵਾ ਸ਼ਲੋਮ ਰੱਖਿਆ ਸੀ, ਕਿਉਂਕਿ ਯਹੋਵਾ ਨੇ ਸ਼ਲੋਮ ਬੁਲਾਈ ਸੀ। ਅਤੇ ਜੇ ਯਹੋਵਾ ਹੀ ਸ਼ਲੋਮ ਬੁਲਾਵੇ ਸਾਨੂੰ, ਹੈ ਕੋਈ ਜਿਹੜਾ ਉਹਦਾ ਜਵਾਬ ਨਹੀਂ ਦੇ ਪਏਗਾ? ਆਮੀਨ, ਆਮੀਨ। ਸਮਝ ਆਈ? ਯਹੋਵਾ ਨੇ ਸ਼ਲੋਮ ਬੁਲਾਇਆ। ਇੰਨੀ ਕੁ ਗੱਲ ਸਮਝ ਆਈ? ਉਹ ਅਬਰਾਨੀ ਇੱਕ ਦੂਜੇ ਨੂੰ ਬੁਲਾਉਣ ਤੋਂ ਪਹਿਲਾਂ ਯਹੋਵਾ ਗਿਦੋਨ ਨੂੰ ਸ਼ਲੋਮ ਬੁਲਾਉਂਦਾ। ਹਾਲੇਲੂਇਆ, ਕਿੰਨੀ ਵਧੀਆ ਗੱਲ ਹੈ ਯਾਰ। ਆਮੀਨ। ਯਹੋਵਾ ਸ਼ਲੋਮ ਬੁਲਾਵੇ, ਅਤੇ ਤੁਸੀਂ ਕੀ ਸੋਚਦੇ ਹੋ ਕਿ ਜਦੋਂ ਯਹੋਵਾ ਨੇ ਉਹਨੂੰ ਸ਼ਲੋਮ ਬੁਲਾਈ ਤਾਂ ਅਗਲੀ ਐਤ ਕੀ ਕਹੀ ਉਹਨੂੰ? ਤਦ ਗਿਦੋਨ ਨੇ ਉੱਥੇ ਯਹੋਵਾ ਦੇ ਲਈ ਜਗਵੇਦੀ ਬਣਾਈ। ਨਹੀਂ ਨਹੀਂ ਭਾਈ, ਪੂਰੀ ਐਤ ਪੜਿਆ ਕਰੋ। ਤਦ ਯਹੋਵਾ ਨੇ ਉਹਨੂੰ ਆਖਿਆ, ਤੈਨੂੰ ਸੁੱਖ ਹੋਵੇ। ਯਹੋਵਾ ਨੇ ਆਖਿਆ, ਸ਼ਲੋਮ ਟੂ ਯੂ। ਅੱਗੇ, ਡਰ ਨਾ, ਤੂੰ ਮਰੇਗਾ ਨਹੀਂ। ਡਰ ਨਾ, ਤੂੰ ਨਹੀਂ ਮਰੇਗਾ। ਹਾਲੇਲੂਇਆ। ਤੇ ਚਲੋ ਨਬੀ, 28 ਫਰਵਰੀ 1963 ਤੋਂ ਬਾਅਦ 1964 ਪ੍ਰਚਾਰ ਕਰ ਰਿਹਾ, ਲਾੜੀ ਸ਼ਲੋਮ, ਮਦਦ ਡਰ ਨਾ, ਤੂੰ ਨਹੀਂ ਮਰੇਗਾ। ਹਾਲੇਲੂਇਆ, ਆਮੀਨ। ਗੱਲ ਸਮਝ ਆਈ? ਫਿਰ ਕਿਦੋਂ ਉਹਨੇ ਵੇਦੀ ਬਣਾ ਕੇ ਉਹਦਾ ਨਾਮ ਕੀ ਰੱਖਿਆ? ਯਹੋਵਾ ਸ਼ਲੋਮ। ਯਹੋਵਾ ਨੇ ਉਹਨੂੰ ਸ਼ਲੋਮ ਬੁਲਾਈ। ਇੰਨੀ ਕੁ ਗੱਲ ਸਮਝ ਆਈ? ਇੰਨੀ ਕੁ ਸਮਝ ਆਈ? ਕਿੰਨੀ ਵਧੀਆ ਗੱਲ ਹੈ। ਯਹੋਵਾ ਨੇ ਸ਼ਲੋਮ ਬੁਲਾਈ, ਇਹਦਾ ਮਤਲਬ ਯਹੋਵਾ ਉਤਰਿਆ। ਯਹੋਵਾ ਉਤਰਿਆ ਕਿਹਦੇ 'ਚ? ਸ਼ਲੋਮ 'ਚ ਉਤਰਿਆ। ਹਾਲੇਲੂਇਆ। ਹੁਣ ਆਓ ਭਾਈ ਬ੍ਰਾਨਮ ਦਾ ਸੰਦੇਸ਼। ਮੈਂ ਇੱਧਰ ਅਤੇ ਉੱਧਰ ਦੋਨੇ ਪਾਸੇ ਘੁੰਮਾਉਂਦੇ ਜਾਣਾ ਤੁਹਾਨੂੰ। ਇੱਕ 158 ਪੈਰਾਗ੍ਰਾਫ, ਇਹ ਜ਼ਰੂਰੀ ਹੈ। ਆ ਪੂਰੇ ਪੰਜਾਬ ਵਿੱਚ ਪਾਣੀ ਇੰਨਾ ਹਿੱਲਿਆ ਪਿਆ ਹੈ, ਇਹ ਕੀ ਕਹਿ ਰਿਹਾ ਹੈ ਨਵਾਂ ਧਰਮ? ਕੋਈ ਕਹਿੰਦਾ ਤੂੰ ਕਹੀ ਜਾ, ਅਸੀਂ ਤਾਂ ਕਵਾਂਗੇ ਜੈ ਬਾਪੂ ਦੀ, ਕਿ ਤੇਰੇ ਬਾਪੂ ਦੀ ਨਹੀਂ ਕਹਿ ਰਿਹਾ ਮੈਂ, ਆਸਾ ਰਾਮ ਬਾਪੂ ਦੀ ਕਹਿ ਹੁਣ ਜੈ। ਲੋਕਾਂ ਦਾ ਆਪਣਾ ਦਿਮਾਗ ਹੈ, ਲੋਕ ਕਹਿੰਦੇ ਯੇਸ਼ੂ ਮਸੀਹ ਦੀ ਤਾਂ ਜੈ ਆ,
ਮੈਂ ਇੱਥੇ ਕਹਿੰਦਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਜੈ ਹੈ, ਰਹੇਗੀ ਅਨੰਤ ਆ, ਕੋਈ ਉਹਨੂੰ ਟਾਲ ਨਹੀਂ ਸਕਦਾ। ਪਰ ਗੱਲ ਇਹ ਆ, ਮਿਲਣ ਲੱਗੇ ਆ ਦੀ ਗੱਲ ਕੀਤੀ ਸੀ, ਸਿਰਫ ਇਹ ਤੇਰੀ ਬੋਲੀ ਤੇਰਾ ਭੇਦ ਖੋਲਦੀ ਹੈ। ਭਾਈ ਪ੍ਰਵੀਨ ਲਾਲ ਨੇ ਪ੍ਰਚਾਰ ਕੀਤਾ ਸੀ, ਤੇਰੀ ਬੋਲੀ ਦੱਸ ਰਹੀ ਹੈ। ਮੈਨੂੰ ਇੱਥੇ ਸਟੇਜ ਪੁਲਪਟ ਨਾ ਹੋਵੇ, ਆ ਕੋਟ ਨਾ ਪਾਇਆ ਹੋਵੇ, ਪੈਂਟ ਸ਼ਰਟ ਨਾ ਪਾਈ ਹੋਵੇ, ਇੱਥੇ ਸਟੇਜ 'ਤੇ ਪਿੱਛੇ ਸਿਰਾਣੇ ਬਹਿ ਹੋਣ ਦੋ ਤਿੰਨ, ਇੱਕ ਗੱਦਾ ਪਿਆ ਹੋਵੇ, ਗੱਦਾ ਮਤਲਬ ਕਿ ਸੋਫਾ ਪਿਆ ਹੋਵੇ, ਚੌਂਕੜਾ ਮਾਰ ਕੇ ਐ ਆਸ਼ੀਰਵਾਦ ਕਰ ਰਿਹਾ ਹੋਵਾਂ, ਅਤੇ ਕਲੀਸੀਆ ਦੇ ਲੋਕ ਸੇਬ ਕੇਲੇ ਅੰਗੂਰ ਜਿਹਨੂੰ ਜਿਹਨੂੰ ਜੋ ਪਸੰਦ ਹੈ ਬੋਲ ਦਿਓ, ਮਠਿਆਈ ਹੈ ਲਿਆ ਲਿਆ ਕੇ ਇੱਥੇ ਮੇਰੇ ਚਰਨਾਂ 'ਚ ਧਰੀ ਜਾਣ, ਅਤੇ ਰੈਫਰੈਂਸ ਲੈ ਲਵਾਂ। ਇਹ ਦੇਖੋ ਚੇਲਿਆਂ ਦੇ ਪੈਰਾਂ ਵਿੱਚ ਧਰਦੇ ਸੀ, ਅਤੇ ਤੁਸੀਂ ਕੀ ਸੋਚੋਗੇ ਇਹ ਸੱਚਾ ਪ੍ਰਚਾਰ ਹੈਗੇ, ਕਹੋਗੇ ਕਿ ਭਾਈ ਤੂੰ ਤਾਂ ਕ੍ਰਿਸਚੈਨਿਟੀ 'ਚ ਬਾਬਾਵਾਦ ਲੈਂਦਾ, ਅਤੇ ਬਾਬਾਵਾਦ ਕੱਢਣ ਲਈ ਇੱਥੇ ਮੈਂ ਖੜਾ ਹਾਂ। ਅਸੀਂ ਵਾੜ ਨਹੀਂ ਰਹੇ, ਅਸੀਂ ਕੱਢਦੇ ਪਏ ਹਾਂ, ਸਾਰਾ ਹੀ ਗੰਦ ਨਿਕਲ ਜਾਵੇ, ਇੱਕ ਹੀ ਇੱਕ ਚੀਜ਼ ਅੰਦਰ ਫੜੇ, ਅਤੇ ਉਹ ਯਿਸੂ ਮਸੀਹ ਦਾ ਵਚਨ, ਸਿਰਫ ਨਬੀ ਦਾ ਸੰਦੇਸ਼ ਹੀ ਬਣੇ ਬਸ। ਆਮੀਨ। ਸਮਝ ਆਈ? ਕੋਈ ਕਹੇਗਾ ਲੈ, ਤੂੰ ਕਿੱਦਾਂ ਰੋਕ ਸਕਦਾ? ਮੈਂ ਸੱਚੀ ਨਹੀਂ ਰੋਕ ਸਕਦਾ। ਭਾਈ ਪ੍ਰਵੀਨ ਲਾਲ ਕਹਿੰਦੇ ਸੀ ਕਿ ਇੱਕ ਬੰਦਾ ਪਹਾੜ ਹੋ ਸਕਦਾ ਨਾ ਢਾ ਸਕਦਾ ਹੋਵੇ, ਪਰ ਕਹਿੰਦਾ ਇੱਕ ਚਨੇ ਦਾ ਦਾਣਾ ਜੋਰ ਕੇ ਵੱਜ ਗਏ ਪਹਾੜ 'ਤੇ ਚੱਟ ਦੀ ਆਵਾਜ਼ 'ਤੇ ਕਰ ਸਕਦਾ। ਬਸ ਅਸੀਂ ਉਹ ਆਵਾਜ਼ ਹੀ ਕਰ ਰਹੇ ਹਾਂ ਕਿ ਹੇ ਯਿਸੂ ਦੀ ਲਾੜੀ, ਇਹ ਧਰਮਾਂ ਦੇ ਖਮੀਰ ਵਿੱਚੋਂ ਬਾਹਰ ਆ ਜਾ। ਆਮੀਨ। 158 'ਤੇ ਆ ਗਏ, ਔਰ ਤਦ ਨਵੀਂ ਇੱਥੇ ਬੋਲਦਾ ਜਾਂਦਾ, ਮੈਂ ਪਿੱਛੇ ਸੱਤਾਂ ਦੂਤਾਂ ਦੇ ਸੁਨੇਹ ਵਾਸਤੇ, ਸੱਤ ਯੁੱਗਾਂ ਵਾਸਤੇ, ਔਰ ਤਦ ਉਹ ਕੀ ਕਹਿੰਦਾ, ਪੈਂਟੀਕੋਸ ਨੇ ਕੀ ਉੱਪਰ ਜਾ, ਉਹ ਕਹਿੰਦਾ ਪੈਂਟੀਕੋਸ ਨੇ ਕੀ ਛੱਡਿਆ? ਉੱਥੇ ਲਿਖਿਆ ਲੂਥਰ ਨੇ ਛੱਡਿਆ, ਵੈਜ਼ਲੀਨ ਛੱਡਿਆ, ਅਤੇ ਪੈਂਟੀਕੋਸਲ ਕਹਿੰਦਾ ਕੀ ਹੈ? ਉੱਥੇ ਪੈਂਟੀਕੋਸ ਨੇ ਕਹਿੰਦਾ ਉਹਨਾਂ ਸਾਰਿਆਂ ਨੇ ਯਹੋਵਾ, ਠੀਕ ਹੈ, ਐਂਡ ਅੱਗੇ ਲਿਖਿਆ ਇਨ ਦਾ ਵੈਰੀ ਟਾਈਪ ਆਫ ਸ਼ੈਡੋ ਆਫ ਦਾ ਗ੍ਰੇਟ ਸ਼ਲੋਮ। ਆਮੀਨ। ਯਹੋਵਾ ਸ਼ਲੋਮ। ਆਮੀਨ। ਆਕਾਸ਼ ਵਿੱਚ ਫੈਲਿਆ ਯਹੋਵਾ, ਆਕਾਸ਼ ਵਿੱਚ ਉਹ ਮਸ਼ੀਨ ਨੇ ਉਹਦੀ ਜਿਹੜੀ ਕੀ ਹੈ ਫੋਟੋ ਲਈ। ਖੁਦਾ ਦਾ ਬਹੁਤ ਧੰਨਵਾਦ ਹੋਵੇ। ਅੱਗੇ ਲਿਖਿਆ ਸ਼ਲੋਮ, ਸ਼ਾਂਤੀ। ਆਮੀਨ। ਯਿਸੂ ਇੱਥੇ ਹੈ, ਔਰ ਇਸ ਗੱਲ ਨੂੰ ਕਰਕੇ ਨਬੀ ਅੱਗੇ ਵਧਿਆ,
ਔਰ ਨਬੀ ਆ ਗਿਆ 170 ਪੈਰਾਗ੍ਰਾਫ ਦੀ। ਕਿੱਥੇ ਆ ਗਿਆ? 170 ਪੈਰਾਗ੍ਰਾਫ ਦੀ। 170 ਮੈਂ ਹੋਲਡ ਕਰ ਲੈਂਦਾ ਜੀ। ਪਰ ਇਸ ਤੋਂ ਪਹਿਲਾਂ ਬਾਈਬਲ ਦੀ ਆਇਤ ਪੜ੍ਹ ਲਈਏ। ਕਿਹੜੀ ਪੜ੍ਹਾ? ਪਹਿਲਾ ਸੈਮੂਅਲ 16 ਪਾਠ 4-5 ਆਇਤ, ਜਦੋਂ ਸੈਮੂਅਲ ਦਾਊਦ ਨੂੰ ਮਸਾ ਕਰਨ ਗਿਆ। ਪਹਿਲਾ ਸੈਮੂਅਲ 16 ਉਹਦੀ 4 ਆਇਤ ਪੜੋ ਭਾਈ ਜੀ। ਜਿਹੜਾ ਯਹੋਵਾ ਨੇ ਆਖਿਆ ਸੀ ਸੈਮੂਅਲ ਨੇ ਉਹੀ ਕੀਤਾ। ਹਾਂ। ਅਤੇ ਬੈਤਲਹਮ ਵਿੱਚ ਆਇਆ। ਹਾਂ। ਤਦ ਸ਼ਹਿਰ ਦੇ ਬਜ਼ੁਰਗ ਉਹਦੇ ਆਉਣ ਤੋਂ ਕੰਬ ਕੇ ਬੋਲੇ। ਜਦੋਂ ਉਹ ਆਇਆ ਬਜ਼ੁਰਗਾਂ ਨੇ ਆਖਿਆ ਕਿ ਤੂੰ ਸਲਾਹ ਨਾਲ ਆਇਆ ਹੈ। ਤੂੰ ਸਲਾਹ ਨਾਲ ਆਇਆ? ਸਲਾਹ ਨਾਲ ਕਿਹਦੇ ਨਾਲ? ਕਿਸੇ ਨੇ ਸਲਾਹ ਕੀਤੀ ਤੂੰ? ਅੰਗਰੇਜ਼ੀ ਪੀਸਫੁਲੀ ਦਾ ਮਤਲਬ ਕੀ ਹੈ? ਸ਼ਲੋਮ। ਤੂੰ ਸ਼ਲੋਮ ਨਾਲ ਹੀ ਆਇਆ? ਸ਼ਲੋਮ ਹੈ। ਅੱਗੇ ਉਹ ਬੋਲਿਆ ਆਹੋ ਸਲਾਹ ਨਾਲ। ਉਹ ਬੋਲਿਆ ਆਹੋ ਸਲਾਹ ਨਾਲ। ਹੀ ਸੈਡ ਸ਼ਲੋਮ। ਉਹਨਾਂ ਨੇ ਪੁੱਛਿਆ ਸ਼ਲੋਮ? ਉਹਨੇ ਕਿਹਾ ਸ਼ਲੋਮ। ਜਦੋਂ ਉਹ ਗਏ ਬਜ਼ੁਰਗ ਕਹਿ ਰਹੇ ਮੈਂ ਤੁਹਾਡੇ ਨਾਲ ਇਸ ਲਈ ਰੱਖਿਆ ਕਿ ਤੁਹਾਨੂੰ ਮੈਂ ਇੱਕ ਇੱਕ ਵਰਸ ਦਿਖਾਣੀ, ਠੀਕ ਹੈ, ਤਾਂ ਕਿ ਅਸੀਂ ਇਸ ਚੀਜ਼ ਨੂੰ ਸਮਝਦੇ ਹੋਏ ਅਗਾਂਹ ਵਧੀਏ। ਕੀ ਹੋਏ? ਕਿਉਂਕਿ ਜਦੋਂ ਯਾਕੂਬ ਗਿਆ, ਯਾਕੂਬ ਨੇ ਉਹਨੂੰ ਪੁੱਛਿਆ ਚਰਵਾਇਆਂ ਨੂੰ, ਓਰਿਜਨਲ ਉਹ ਗੱਲ ਰਹਿ ਗਈ ਸੀ। ਉਹਨੇ ਪੁੱਛਿਆ ਲਬਾਨ ਦੇ ਬਾਰੇ ਤੇ ਉਹਨੇ ਕਿਹਾ ਹਾ ਸ਼ਲੋਮ ਲੋ। ਤੇ ਅੱਗੇ ਉਹਨਾਂ ਨੇ ਜਵਾਬ ਦਿੱਤਾ ਸ਼ਲੋਮ। ਇਹਦਾ ਮਤਲਬ ਕੀ ਸੀ? ਖੁਸ਼ੀ ਨਾਲ ਹੈ, ਸੁੱਖ ਸਲਾਮਤੀ ਹੈਗੀ। ਤੇ ਉਹ ਸੁੱਖ ਸਲਾਮਤੀ ਨੂੰ ਕੀ ਕਿਹਾ ਗਿਆ? ਹਾ ਸ਼ਲੋਮ ਲੋ। ਅੱਗੇ ਉਹਨਾਂ ਨੇ ਕਿਹਾ ਸ਼ਲੋਮ। ਆਮੀ ਤਾਂ ਇੱਥੇ ਔਰ ਹੋਰ ਬੜੀਆਂ ਵਰਸਾਂ, ਪਰ ਮੈਂ ਉਹਨਾਂ ਸਾਰੀਆਂ ਵਰਸਾਂ ਨੂੰ ਨਹੀਂ ਪੜ੍ਹ ਰਿਹਾ। ਔਰ ਅਗਾਂਹ ਜਦੋਂ ਅਸੀਂ ਪੜ੍ਹਦੇ ਹਾਂ ਅਰਬੀ ਬਾਈਬਲ ਵਿੱਚ, ਉਸੇ ਸ਼ਲੋਮ ਨੂੰ ਸਲਾਮ 'ਚ ਬਦਲ ਦਿੱਤਾ ਗਿਆ। ਬਾਈਬਲ 'ਚ ਨਹੀਂ, ਅਰਬੀ ਲੈਂਗੁਏਜ, ਕਿਉਂਕਿ ਅਬਰਾਨੀ ਦੀ ਸਿਸਟਰ ਲੈਂਗੁਏਜ ਆ ਸਲਾਮ, ਲੇਕਿਨ ਸਲਾਮ ਨਹੀਂ ਸ਼ਲੋਮ। ਸਮਝ ਆਈ? ਔਰ ਫਿਰ ਇਸੇ ਸ਼ਲੋਮ ਨੂੰ ਪੀਸ ਆਫਰਿੰਗ ਕਰਕੇ ਬੋਲਿਆ ਜਾਣ ਲੱਗਾ, ਠੀਕ ਹੈ, ਸ਼ਾਂਤੀ ਦੀਆਂ ਭੇਂਟਾਂ ਔਰ ਤਮਾਮ ਚੀਜ਼ਾਂ। ਔਰ ਜਦੋਂ ਅਸੀਂ ਇਹ ਸਭ ਕੁਝ ਪੜ੍ਹ ਕੇ ਅਗਾਂਹ ਪੜ੍ਹਦੇ ਹਾਂ ਤੇ ਜਦੋਂ ਲਿਖਿਆ ਕਿ ਯਸ਼ਾਇਆ
53 ਉਹਦੀ 5 ਐਤ ਸਾਡੀ ਸ਼ਾਂਤੀ ਲਈ ਉਹਦੇ ਉੱਤੇ ਤਾੜਨਾ ਹੋਈ ਲਿਖਿਆ ਸਾਡੇ ਸ਼ਲੋਮ ਲਈ ਉਹਦੇ ਤੇ ਤਾੜਨਾ ਕੀਤੀ ਗਈ ਸਮਝ ਆਈ ਔਰ ਮੇਰੇ ਨਾਲ 52 ਦੀ 7 ਐਤ ਵੀ ਪੜਿਓ ਯਿਸ਼ਾਇਆ ਜਿਹੜਾ ਖੁਸ਼ੀ ਲੈ ਕੇ ਲੈ ਆਉਂਦਾ ਹੈ ਖੁਸ਼ਖਬਰੀ ਲੈ ਆਉਂਦਾ ਹੈ ਉਹਦੇ ਪੈਰ ਪਹਾੜਾਂ ਉੱਤੇ ਕਿੰਨੇ ਫਵਦੇ ਹਨ ਜਿਹੜਾ ਜਿਹੜਾ ਸ਼ਾਂਤੀ ਸੁਣਾਉਂਦਾ ਜਿਹੜਾ ਸ਼ਾਂਤੀ ਸੁਣਾਉਂਦਾ ਭਲਾਈ ਦੀ ਖੁਸ਼ਖਬਰੀ ਲਿਆਉਂਦਾ ਇਹ ਆ ਹਾਊ ਲਵਲੀ ਦਾ ਮਾਊਂਟੇਨ ਆਰ ਦਾ ਫੀਟ ਆਫ ਹਿਮ ਹੂ ਬ੍ਰਿੰਗ ਗੁੱਡ ਨਿਊਜ਼ ਉਹਨਾਂ ਦੇ ਪੈਰ ਕਿੰਨੇ ਹੀ ਹੈ ਪਿਆਰੇ ਸੁਹਾਵਨੇ ਹੈ ਜਿਹੜੇ ਪਹਾੜਾਂ ਤੋਂ ਖੁਸ਼ਖਬਰੀ ਲੈ ਕੇ ਆਉਂਦੇ ਚੰਗੀ ਖਬਰ ਲੈ ਕੇ ਆਉਂਦੇ ਜੋ ਕਿ ਸ਼ਾਂਤੀ ਕੀ ਲਿਖਿਆ ਜਿਹੜਾ ਸ਼ਾਂਤੀ ਸੁਣਾਉਂਦਾ ਸ਼ਾਂਤੀ ਸੁਣਾਉਂਦਾ ਇੱਥੇ ਸ਼ਾਂਤੀ ਸੁਣਾਉਂਦਾ ਨੂੰ ਜਿਹੜਾ ਆ ਠੀਕ ਆ ਉੱਥੇ ਕੀ ਆ ਅਸਲ ਵਿੱਚ ਜੋ ਸ਼ਲੋਮ ਕਹਿੰਦਾ ਸ਼ਲੋਮ ਕਰਦਾ ਹਿਬਰੂ ਆਮੇਨ ਕਿਉਂਕਿ ਜੋ ਸ਼ਲੋਮ ਸੁਣਾਉਂਦਾ ਹੈ ਹੁਣ ਇਸੇ ਸ਼ਲੋਮ ਨੂੰ ਇੱਕ ਮਿੰਟ ਲਈ ਮੈਂ ਤੁਹਾਡੇ ਨਾਲ ਰੋਕਦਾ ਹਾਂ ਕਿੱਥੇ ਕਿੱਥੇ ਆਇਆ ਇਹ ਸ਼ਲੋਮ ਇਸੇ ਸ਼ਲੋਮ ਨੂੰ ਨਵੇਂ ਨੇਮ ਵਿਚਕਾਰ ਇੱਕ ਸ਼ਬਦ ਨਾਲ ਬਦਲਿਆ ਗਿਆ ਪਰ ਇਹ ਸ਼ਬਦ ਤੋਂ ਪਹਿਲਾਂ 170 ਪੈਰਾਗ੍ਰਾਫ ਲਾਈਏ ਚਲੋ ਖੈਰ ਉਹ ਵੀ ਬਾਅਦ 'ਚ ਹੀ ਕਰਦੇ 170 ਬਾਅਦ 'ਚ ਕਰਦੇ ਹਾਂ ਬਾਅਦ 'ਚ ਕਰਦੇ ਹਾਂ ਨਵੇਂ ਨੇਮ ਵਿਚਕਾਰ ਸ਼ਬਦ ਜਿਹੜਾ ਸ਼ਲੋਮ ਸੀਗਾ ਇਹਨੂੰ ਗ੍ਰੀਕ ਭਾਸ਼ਾ 'ਚ ਸ਼ਲੋਮ ਨੂੰ ਬਦਲ ਦਿੱਤਾ ਗਿਆ ਜਿਹੜਾ ਸੀਗਾ ਇਰਨੇ ਸ਼ਲੋਮ ਸ਼ਬਦ ਨੂੰ ਯੂਨਾਨੀ 'ਚ ਕਨਵਰਟ ਕਰ ਦਿੱਤਾ ਗਿਆ ਜਦਕਿ ਦੋਨਾਂ ਦਾ ਮਤਵਲ ਸ਼ਲੋਮ ਹੀ ਹੈ ਪਰ ਯੂਨਾਨੀ 'ਚ ਬਦਲ ਦਿੱਤਾ ਗਿਆ ਔਰ ਇਸ ਲਈ ਲੁਕਾ 7:50 ਲੁਕਾ 8:48 ਔਰ ਲੁਕਾ 5:34 ਵਿੱਚ ਯੇਸ਼ੂ ਨੇ ਜਦ ਲੋਕਾਂ ਨੂੰ ਕਿਹਾ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਅਤੇ ਉਹ ਸ਼ਬਦ ਆਉਂਦਾ ਗੋ ਇਨ ਸ਼ਲੋਮ ਠੀਕ ਹੈ ਅਤੇ ਹੁਣ ਆ ਗਿਆ ਯੇਸ਼ੂ ਮਸੀਹ ਔਰ ਮੇਰੇ ਨਾਲ ਲੁਕਾ 24 ਪਾਠ ਉਹਦੀ 36 ਹੈ ਤੁਸੀਂ ਪੜ੍ਹ ਦਿਓ ਲੁਕਾ 24:36 ਜਿਹੜਾ ਲੁਕਾ 24:36 ਹੈ ਜਦੋਂ ਯੇਸ਼ੂ ਆਪਣੇ ਭਰਾਵਾਂ 'ਤੇ ਪ੍ਰਗਟ ਹੋਇਆ ਆਮੀਨ ਯੇਸ਼ੂ ਆਪਣੇ ਭਰਾਵਾਂ 'ਤੇ ਪ੍ਰਗਟ ਹੋਇਆ ਜਦੋਂ ਹੈਂ ਤਾਂ ਕੀ ਲਿਖਿਆ 36 ਪਹਿਲਾਂ ਪੰਜਾਬੀ 'ਚ ਪੜ੍ਹੋ ਭਾਈ ਜੀ ਉਹ ਅਜੇ ਇਹ ਗੱਲਾਂ ਕਰਦੇ ਹੀ ਸਨ ਕਿ ਉਹ ਆਪ ਉਹਨਾਂ ਦੇ ਵਿੱਚ ਆ ਖਲੋਤਾ ਆਪ ਆ ਗਿਆ ਪੜੀਏ ਅਤੇ ਉਹਨਾਂ ਨੂੰ ਆਖਿਆ ਤੁਹਾਡੀ ਸ਼ਾਂਤੀ ਹੋਵੇ ਤੁਹਾਡੀ ਸ਼ਾਂਤੀ ਹੋਵੇ ਪੀਸ ਬੀ ਅਨ ਟੂ ਯੂ ਮਤਲਬ
ਸ਼ਲੋਮ ਇਹਨੇ ਜਿਹੜਾ ਸ਼ਬਦ ਮੈਂ ਕਿਹਾ ਸ਼ਲੋਮ ਦੇ ਥਾਂ 'ਤੇ ਆਇਆ ਯੂਨਾਨੀ 'ਚ, ਪਰ ਯੇਸ਼ੂ ਨੇ ਕੀ ਕਿਹਾ? ਸ਼ਲੋਮ ਟੂ ਯੂ, ਆਮੀਨ। ਯੇਸ਼ੂ ਨੇ ਉਹਨਾਂ ਨੂੰ ਸ਼ਲੋਮ ਆਖਿਆ। ਲੁਕਾ 2:14 ਪਰਮ ਧਾਮ ਵਿੱਚ ਖੁਦਾ ਦੀ ਵਡਿਆਈ ਅਤੇ ਧਰਤੀ ਉੱਤੇ ਸ਼ਾਂਤੀ ਉਹਨਾਂ ਧਰਤੀ ਉੱਤੇ ਜਿੱਥੇ ਸ਼ਾਂਤੀ ਹੈ, ਇੱਥੇ ਉਹੀ ਸ਼ਬਦ ਯੂਨਾਨੀ ਆਇਆ ਸ਼ਲੋਮ ਦੇ ਥਾਂ ਤੇ, ਪਰ ਇੱਥੇ ਕੀ ਹੈ ਸ਼ਬਦ? ਕਿ ਧਰਤੀ ਉੱਤੇ ਸ਼ਲੋਮ, ਆਮੀਨ ਆਮੀਨ। ਤੁਸੀਂ ਪਾਉਂਦੇ ਹੋ ਜਿੱਥੇ ਜਿੱਥੇ ਸ਼ਾਂਤੀ ਨਵੇਂ ਨੇਮ 'ਚ ਸ਼ਬਦ ਆਇਆ, ਕਿਉਂਕਿ ਯੂਨਾਨੀ 'ਚ ਲਿਖਿਆ ਗਿਆ, ਸ਼ਲੋਮ ਨੂੰ ਯੂਨਾਨੀ 'ਚ ਕਨਵਰਟ ਕਰ ਦਿੱਤਾ ਗਿਆ ਇਹਨੇ ਤੇ ਥਾਂ 'ਤੇ, ਪਰ ਮੂਲ ਹਿਬਰੂ ਵਿੱਚ ਕੀ ਸੀ? ਸ਼ਲੋਮ। ਅਤੇ ਜਦੋਂ ਯੇਸ਼ੂ ਆਇਆ ਤਾਂ ਆਪਣੇ ਭਰਾਵਾਂ ਨੂੰ ਸ਼ਲੋਮ ਆਖਦਾ। ਦੂਤ ਆਉਂਦਾ ਅਤੇ ਉਹ ਸ਼ਲੋਮ ਆਖਦਾ, ਨਬੀ ਆਉਂਦਾ ਤੇ ਸ਼ਲੋਮ ਆਖਦਾ, ਆਮੀਨ ਆਮੀਨ। ਹਰ ਲੁਕਾ ਉਹਦਾ 10 ਅਧਿਆਏ ਉਹਦੀ 5-6 ਐਤ ਵੀ ਪੜ੍ਹ ਲਓ। ਜਿਸ ਘਰ ਵਿੱਚ ਤੁਸੀਂ ਜਾਓ ਪਹਿਲਾਂ ਆਖੋ ਭਈ ਇਸ ਘਰ ਦੀ ਸ਼ਾਂਤੀ ਹੋਵੇ। ਔਰ ਇੱਥੇ ਵੀ ਯੂਨਾਨੀ ਸ਼ਬਦ ਉਹੀ ਆਇਆ ਸ਼ਲੋਮ ਦੇ ਥਾਂ ਤੇ, ਸਮਝ? ਤੇ ਯੇਸ਼ੂ ਨੇ ਮੂਲ 'ਚ ਕੀ ਕਿਹਾ ਸੀ? ਜਿਸ ਘਰ ਵਿੱਚ ਜਾਓ ਤੇ ਉਸ ਘਰ ਨੂੰ ਸ਼ਲੋਮ ਆਖੋ, ਆਮੀਨ ਆਮੀਨ। ਪੜ੍ਹੀਏ ਪੰਜਾਬੀ 'ਚ ਪਈ ਹੈ, ਔਰ ਜੇ ਸ਼ਾਂਤੀ ਦਾ ਪੁੱਤਰ ਉੱਥੇ ਹੋਵੇ ਤਾਂ ਤੁਹਾਡੀ ਸ਼ਾਂਤੀ ਉਸ ਉੱਤੇ ਠਹਿਰੇਗੀ। ਹਾਲੇਲੂਇਆ ਹਾਲੇਲੂਇਆ। ਤੇ ਜੇ ਸ਼ਾਂਤੀ ਦਾ ਪੁੱਤਰ, ਸ਼ਲੋਮ ਦਾ ਪੁੱਤਰ ਉੱਥੇ ਹੋਵੇ, ਫਿਰ ਸ਼ਲੋਮ ਉੱਥੇ ਰੁਕਣਾ, ਨਹੀਂ ਤੇ ਉਹ ਸ਼ਲੋਮ ਵਾਪਸ ਆ ਜਾਣਾ ਤੁਹਾਡੇ ਕੋਲ। ਕੁਝ ਗੱਲ ਸਮਝਾਈ? ਆਮੀਨ। ਫਿਰ ਇਸ ਤੋਂ ਬਾਅਦ ਮੇਰੇ ਨਾਲ ਪੜ੍ਹੀਏ ਯੂਹੰਨਾ 14:27। ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ। ਔਰ ਇੱਥੇ ਜਿਹੜਾ ਮੈਂ ਤੁਹਾਨੂੰ ਸ਼ਾਂਤੀ ਦਿੰਦਾ, ਪੀਸ ਸ਼ਬਦ ਆ, ਇਹ ਉਹੀ ਸ਼ਲੋਮ ਦੇ ਥਾਂ ਤੇ ਹੈ। ਔਰ ਉਹ ਕੀ ਕਹਿੰਦਾ? ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ ਹਾਂ, ਸ਼ਲੋਮ ਦਿੰਦਾ ਹੈ, ਮਾਈ ਸ਼ਲੋਮ, ਆਮੀਨ। ਔਰ ਇਹ ਮਾਈ ਸ਼ਲੋਮ ਦੇ ਨਾਲ ਸੰਬੰਧਿਤ ਕਿਉਂ ਹੋਏ? ਦੇਖੋ ਨਬੀ ਕੀ ਕਹਿੰਦਾ, 170 ਪੈਰਾਗ੍ਰਾਫ ਲਾਇਓ।
ਨਬੀ ਕਹਿੰਦਾ ਅਸੀਂ ਵਚਨ ਨੂੰ ਕਹਿੰਦੇ ਸੁਣਿਆ। ਸੱਤਵੀਂ ਕੁੰਡੀ ਐਂਜਲ ਹੈ, ਪਿਛਲੀ ਵਾਰ ਵੀ ਆਪਾਂ ਦੇਖਿਆ ਸੀ ਬਾਏ ਮਿਸਟੇਕ ਐਂਜਲ ਨੂੰ ਐਂਗਲ ਸਮਝ ਲਿਆ। ਸੱਤਵੀਂ ਕੁੰਡੀ ਦੇ ਦਿਨਾਂ ਵਿੱਚ ਅਜਿਹੇ ਸੱਤਵੇਂ, ਹਾਂ ਇੱਥੇ ਕੁੰਡੀ ਲਿਖਿਆ ਸੱਤਵੇਂ, ਸੱਤਵੇਂ ਦੂਤ ਦੇ ਦਿਨਾਂ ਵਿੱਚ ਹੈ। ਔਰ ਤਦ ਲਿਖਿਆ ਕਲੀਸੀਆ ਯੁੱਗਾਂ ਵਿੱਚ ਉਹਨੇ ਕਿਹਾ ਸੱਤਵੇਂ ਦੂਤ ਦਾ ਸੁਨੇਹਾ ਆਖਰੀ ਹਰ ਥਾਂ 'ਤੇ ਕੁੰਡੀ ਹੋਈ ਲਿਖਿਆ। ਪ੍ਰਕਾਸ਼ ਦੀ ਪੋਥੀ 10 ਅਧਿਆਏ ਤੋਫੀ ਗਿਆਨ ਹੋਇਆ। ਸੱਤਵੇਂ ਦੂਤ ਦੇ ਦਿਨਾਂ ਵਿੱਚ ਖੁਦਾ ਦੇ ਸਾਰੇ ਭੇਦ ਪ੍ਰਗਟ ਹੋ ਜਾਣਗੇ, ਸੱਤ ਮੋਹਰਾਂ ਖੁੱਲ ਜਾਣਗੀਆਂ ਜਦ ਇਹ ਵਾਪਰ ਕੇ ਰਹੇਗਾ ਹੈ, ਜਦ ਇਹ ਵਾਪਰੇਗਾ ਸਭ ਭੇਦ ਪੂਰੇ ਹੋ ਜਾਣਗੇ। ਔਰ ਤਦ ਲਿਖਿਆ ਇੱਥੇ ਫਿਰ ਇੱਕਦਮ ਜਿਸ ਵੇਲੇ ਇਹ ਸਭ ਕੁਛ ਵਾਪਰ ਰਿਹਾ ਹੋਵੇਗਾ, ਇੱਕ ਦਰਸ਼ਨ ਇੱਥੇ ਲਿਖਿਆ ਦੁਸ਼ਟਾਂਤ, ਇੱਥੇ ਦਰਸ਼ਨ ਜਿਹੜਾ ਆਇਆ ਖੁੱਲਿਆ ਆਇਆ ਔਰ ਕਿਹਾ ਗੋ ਟੂ ਟਿਊਸ਼ਨ, ਏ ਗ੍ਰੇਟ ਨੋਇਸ ਵਿਲ ਟੇਕ ਪਲੇਸ ਐਟ ਦਿਸ ਟਾਈਮ, ਸੋ ਯੂ ਵਿਲ ਬੀ ਥਰੋਲੀ ਅੰਡਰਸਟੈਂਡ। ਔਰ ਅੱਗੇ ਕੀ ਕਹਿੰਦਾ, ਐਂਡ ਨੋ ਦੈਟ ਇਟ ਇਜ ਸੈਂਡ, ਇਟ ਵਿਲ ਜਸਟ ਸ਼ੇਕ ਦਾ ਅਰਥ, ਪੂਰੀ ਧਰਤੀ ਨੂੰ ਹਿਲਾ ਦੇਗਾ। ਔਰ ਲਗਭਗ ਕਹਿੰਦਾ ਆਲ ਯੂ ਆਫ ਨੋ ਅਬਾਊਟ ਇਟ, ਇਟ ਇਜ ਇਹ ਤੁਸੀਂ ਸਾਰੇ ਇਹਦੇ ਬਾਰੇ ਜਾਣਦੇ, ਇਹ ਟੇਪ ਉੱਤੇ ਆ ਮੰਥ ਬਿਫੋਰ, ਮੰਥ ਬਿਫੋਰ ਇਟ ਹੈਪਨ, ਕੁਛ ਮਹੀਨੇ ਪਹਿਲਾਂ ਹੋਇਆ, ਦੈਨ ਇਟ ਹੈਪਨ ਤਦ ਇਹ ਵਾਪਰਿਆ, ਦੈਨ ਅਪੀਅਰਡ ਇਨ ਦਾ ਸਕਾਈ, ਤਦ ਅਸਮਾਨ ਵਿੱਚ ਪ੍ਰਗਟ ਹੋਇਆ ਸ਼ਲੋਮ। ਨਹੀਂ ਸਮਝੋ ਏ 28 ਫਰਵਰੀ 1963 ਜੋ ਅਸਮਾਨ 'ਚ ਆਇਆ ਸਾਡਾ ਨਬੀ ਉਹਨੂੰ ਕਹਿ ਰਿਹਾ ਸ਼ਲੋਮ। ਹਾਲੇਲੂਇਆ। ਤਦ ਕਹਿੰਦਾ ਇਟ ਇਜ ਚੇਂਜਿੰਗ ਬੀਟ ਦ ਸਿੰਫਨੀ, ਹੁਣ ਸਾਰਾ ਕੁਛ ਇੱਕ ਸੁਰ ਤੇ ਤਾਲ ਵਿੱਚ, ਹਾਲੇਲੂਇਆ, ਤੇ ਇਹ ਬੀਟ ਹੁਣ ਚੇਂਜ ਹੋ ਰਹੀ ਹੈ, ਹਰ ਧੁਨ ਬਦਲ ਰਹੀ ਹੈ। ਔਰ ਕੀ ਹੋਇਆ, ਜਦ ਅਸਮਾਨ 'ਚ ਸ਼ਲੋਮ ਪ੍ਰਗਟ ਹੋਇਆ ਤੇ 28 ਫਰਵਰੀ 1963 ਨੂੰ ਕੌਣ ਆਇਆ, ਸ਼ਲੋਮ ਆਇਆ। ਕੀ ਕਹਿੰਦੇ, ਇਹ ਲਾੜੀ ਤੂੰ ਨਹੀਂ ਮਰੇਗੀ, ਤੂੰ ਨਹੀਂ ਮਰੇਗੀ, ਤੂੰ ਇੱਥੋਂ ਰੈਪਚਰ 'ਚ ਉਠਾਈ ਜਾਏਗੀ। ਜਦ ਸਾਰੀ ਧਰਤੀ 'ਤੇ ਹਨੇਰਾ ਆਇਆ, ਆਮੀਨ, ਤੇ ਉਹ ਸ਼ਾਂਤੀ ਲੈ ਕੇ ਆਇਆ। ਹਾਲੇਲੂਇਆ, ਹਾਲੇਲੂਇਆ, ਆਮੀਨ। ਤੁਸੀਂ ਦੇਖ ਪਾ ਰਹੇ ਹੋ, ਇਹਦਾ ਮਤਲਬ ਉਹ ਸ਼ਾਂਤੀ ਅਸਮਾਨ 'ਚ, ਉਹ ਸ਼ਲੋਮ ਪ੍ਰਗਟ ਹੋਇਆ। ਹਾਲੇਲੂਇਆ। ਔਰ ਸਾਡਾ ਨਬੀ ਕਹਿੰਦਾ 251 ਪੈਰਾਗ੍ਰਾਫ,
251 ਪੈਰਾਗ੍ਰਾਫ ਲਾਇਓ ਜਰਾ ਭਾਈ। ਯਾਦ ਰੱਖੋ ਨਬੀ ਕਹਿੰਦੇ ਜਿਸ ਵੇਲੇ ਸਾਰੀ ਬਾਈਬਲ ਸਮਾਪਤੀ ਨੂੰ ਧਿਆਨ ਨਾਲ ਸੁਣੋ, ਠੀਕ ਹੈ, ਜਿਸ ਵੇਲੇ ਪੂਰੀ ਬਾਈਬਲ ਸਹੀ ਸਾਬਤ ਹੋ ਜਾਏਗੀ, ਥੋੜ੍ਹਾ ਉੱਪਰ ਚੱਕੋ ਹੋਰ ਚੱਕ ਲਓ, ਹਾਂ ਇੱਥੇ 152 ਹੈ, ਜਿਸ ਵੇਲੇ ਸਾਰੀ ਬਾਈਬਲ ਪੂਰੀ ਹੋ ਜਾਏ ਫਿਰ ਸਹੀ ਸਾਬਤ ਹੋ ਜਾਏਗੀ, ਵਿੰਡੀਕੇਟ ਹੋ ਜਾਏਗੀ, ਦੈਨ ਦੇਅਰ ਵਿਲ ਬੀ ਐਨ ਅਟਰਨਲ ਸ਼ਲੋਮ। ਦੈਨ ਦੇਅਰ ਵਿਲ ਬੀ ਐਨ ਅਟਰਨਲ ਸ਼ਲੋਮ ਦਾ ਮਤਲਬ ਕੀ ਹੋਇਆ ਬੜਾ? ਉਹ ਤਾਂ ਪਤਾ ਆ, ਪੂਰੀ ਲਾਈਨ ਦਾ ਮਤਲਬ ਕੀ ਹੈ ਕੋਈ ਦੱਸੋ ਜਰਾ, ਹੈਂ? ਦੈਨ ਦੇਅਰ ਵਿਲ ਬੀ ਉਹ ਤਦ ਕੀ ਕਹਿੰਦਾ? ਉਹ ਕਹਿੰਦਾ ਉਹ ਸਮੇਂ ਅਨੰਤ ਸ਼ਲੋਮ ਉੱਥੇ ਹੋਵੇਗਾ, ਖੁਦਾ ਦੀ ਹਮੇਸ਼ਾ ਦੀ ਸ਼ਾਂਤੀ। ਆਮੀਨ। ਅਤੇ ਇਹ ਕਿੱਥੇ ਬਾਈਬਲ ਪੂਰੀ ਹੋਈ? ਜਦੋਂ 28 ਫਰਵਰੀ 1963 ਉਹ ਨਬੀ ਆਇਆ, ਬਲਕਿ ਦੂਤ ਆਇਆ। ਹਾਲੇਲੂਇਆ, ਹਾਲੇਲੂਇਆ। ਔਰ ਇਹਦਾ 255 ਪੈਰਾਗ੍ਰਾਫ 'ਚ ਉਹ ਕੀ ਕਹਿ ਰਿਹਾ? ਦੋ ਸੌ 56, ਜੇ ਵਚਨ ਕਹਿੰਦਾ ਆ, ਥੋੜ੍ਹਾ ਉੱਪਰ 57 ਆਉਣਾ ਭਾਈ, ਜੇ ਵਚਨ ਕਹਿੰਦਾ ਆ ਸ਼ਲੋਮ, ਹੁਣ ਨਬੀ ਕਹਿੰਦਾ ਜੇ ਵਚਨ ਕਹਿੰਦਾ ਸ਼ਲੋਮ ਸ਼ਾਂਤੀ, ਉਹ ਖੁਦਾ ਦੇ ਹਰ ਵਚਨ ਦੀ ਸ਼ਾਂਤੀ। ਤੁਸੀਂ ਹਰ ਵਚਨ ਨੂੰ ਆਮੀਨ ਕਹਿ ਕੇ ਸਵੀਕਾਰ ਕਰਦੇ ਹੋ, ਤੁਸੀਂ ਉਸ 'ਤੇ ਪ੍ਰਤੀਤ ਕਰਦੇ ਹੋ, ਤਾਂ ਤੁਹਾਡੇ ਕੋਲ ਉਹ ਸ਼ਾਂਤੀ ਹੈ। ਆਮੀਨ, ਆਮੀਨ। ਤਦ ਨਬੀ ਕਹਿੰਦਾ ਜੇ ਤੁਸੀਂ ਕਹਿੰਦੇ ਹੋ ਵਚਨ ਤੇ ਆਮੀਨ, ਹਾਲੇਲੂਇਆ, ਫਿਰ ਨਬੀ ਕਹਿੰਦੇ ਜੇ ਵਚਨ ਸ਼ਲੋਮ ਕਹਿੰਦਾ ਆ ਤੇ ਤੁਸੀਂ ਉਹਨੂੰ ਕਬੂਲ ਕਰ ਲੈਂਦੇ ਹੋ, ਫਿਰ ਖੁਦਾ ਦੀ ਸ਼ਾਂਤੀ ਤੁਹਾਡੇ ਕੋਲ ਹੋ ਜਾਂਦੀ ਹੈ। ਤੇ ਫਿਰ ਇੱਕੋ ਹੀ ਗੱਲ ਕਹੋ, ਆਮੀਨ, ਆਮੀਨ। ਔਰ ਫਿਰ 278 ਪੈਰਾਗ੍ਰਾਫ ਵੀ ਦਿਖਾ ਦਿਓ, ਪੈਰਾਗ੍ਰਾਫ ਅਠੱਤਰ, ਇੱਕ ਮਿੰਟ ਥੋੜ੍ਹਾ ਹੋਰ, ਹਾਂ ਉਹ ਦੇਖੋ, ਹਾਂ ਬਸ 69 ਆ। ਤਦ ਵੀ ਸਭ ਕੁਛ ਕਰਦੇ ਹੋਏ, ਠੀਕ ਹੈ, ਔਰ ਕਹਿੰਦੇ ਆ ਕਿ
ਖੁਦਾ ਦਾ ਤੇਜ ਜਿਹੜਾ ਆ ਤੁਹਾਡੇ ਉੱਤੇ ਬਣਿਆ ਰਹੇ। ਤਮਾਮ ਗੱਲਾਂ ਨੂੰ ਬੋਲਦੇ ਹੋਏ ਆਉਂਦੇ ਲਾਸਟ ਉਹ ਗੱਲ ਕਰਦੇ ਕਿ ਅਨਟਿਲ ਆਈ ਸੀ ਯੂ, ਜਦ ਤੱਕ ਮੈਂ ਤੁਹਾਨੂੰ ਮਿਲਦਾ ਨਹੀਂ ਦੇਖਦਾ ਨਹੀਂ। ਸ਼ਲੋਮ, ਗਾਡ ਪੀਸ ਵਿਦ ਯੂ, ਖੁਦਾ ਦੀ ਸ਼ਾਂਤੀ ਤੁਹਾਡੇ ਨਾਲ ਹੋਵੇ। ਹਾਲੇਲੂਯਾ, ਸਾਡੇ ਨਬੀ ਵੀ ਯੂਜ ਕਰ ਰਿਹਾ ਸ਼ਲੋਮ, ਕਿਉਂਕਿ ਇਹ ਲਾੜੀ ਮਰੇਗੀ ਨਹੀਂ, ਇਹਦੇ ਲਈ ਸ਼ਾਂਤੀ ਤੇ ਸ਼ਾਂਤੀ ਲੈ ਕੇ ਆਇਆ ਆ। ਤੇ ਜਦੋਂ ਸ਼ਾਂਤੀ ਲੈ ਕੇ ਆਇਆ ਆ, ਮੇਰੇ ਕੋਲ ਸਾਰੇ ਲਿਖਤਾਂ ਪਈਆਂ ਭਰਾਵਾ, ਇੰਨੀਆਂ ਲਿਖਤਾਂ ਸੀ, ਮੈਂ ਮਨ 'ਚ ਇਹ ਸੋਚਦਾ ਸੀ ਮੈਂ ਕਿਹੜੀ ਪੜ੍ਹਾਵਾਂ ਅਤੇ ਕਿਹੜੀ ਨਾ ਪੜ੍ਹਾਵਾਂ। ਨਵੇਂ ਨੇਮ 'ਚ ਜਦ ਪੱਤਰੀਆਂ ਲਿਖੀਆਂ ਅਤੇ ਪੱਤਰੀ ਦੀ ਸ਼ੁਰੂਆਤ ਕਿਹੜੀ ਕਿਹੜੀਆਂ ਪੱਤਰੀਆਂ, ਠੀਕ ਹੈ, ਮੱਤੀ 10:13, ਮੈਂ ਐਤ ਬੋਲ ਲੱਗਾ, ਮਰਕਸ 5:34, ਲੁਕਾ 1:59, 2:14, 2:29, ਲੁਕਾ 5:50, ਲੁਕਾ ਜਿਹੜਾ ਆ 8:48, 10:05, ਲੁਕਾ 10:06, 11:21, 12:51, 14:32, 19:38, 19:42, 24:36, ਯਹੂਨਾ 14:27, ਯਹੂਨਾ 16:33, ਯਹੂਨਾ 20:19 ਵੀ ਪੜ੍ਹ ਦਿਓ। ਇਹ ਸਾਰੀਆਂ ਐਤਾਂ 'ਚ ਸ਼ਲੋਮ ਸ਼ਬਦ ਸੀ। 19:20, 19 ਯਹੂਨਾ, ਨਹੀਂ ਨਹੀਂ 20:19, 20:19 ਉੱਥੋਂ ਹੀ ਹੋ ਜਾਂਦਾ ਹੱਥ ਨਾਲ, ਠੀਕ ਹੈ, ਉੱਪਰ ਨੂੰ ਆਓ, ਉੱਪਰ ਨੂੰ ਆਓ, ਔਰ ਜਿੱਥੇ ਲਿਖਿਆ ਐਤ ਪੜ੍ਹਿਓ ਭਾਈ ਸੁੰਦਰ। ਫਿਰ ਉਸੇ ਦਿਨ ਜੋ ਹਫ਼ਤੇ ਦਾ ਪਹਿਲਾ ਦਿਨ ਸੀ ਜਾਂ ਸਾਂਝ ਹੋਈ, ਤਾਂ ਜਿੱਥੇ ਉਹ ਚੇਲੇ ਸਨ ਔਰ ਯਹੂਦੀਆਂ ਦੇ ਡਰ ਦੇ ਮਾਰੇ ਬੂਹੇ ਵੱਜੇ ਹੋਏ ਸਨ, ਯੇਸ਼ੂ ਆਇਆ ਅਤੇ ਵਿਚਕਾਰ ਖਲੋ ਕੇ ਉਹਨਾਂ ਨੂੰ ਆਖਿਆ, ਤੁਹਾਡੀ ਸ਼ਾਂਤੀ ਹੋਵੇ। ਜਿੱਥੇ ਲਿਖਿਆ ਨਾ ਤੁਹਾਡੀ ਸ਼ਾਂਤੀ, ਇੱਥੇ ਆ ਸ਼ਲੋਮ ਟੂ ਯੂ, ਉਹ ਇੱਥੇ ਨਹੀਂ ਹੈ, ਇਹ ਯੂਨਾਨੀ ਹੈ, ਠੀਕ ਹੈ, ਯੂਨਾਨੀ, ਪਰ ਓਰਿਜਨਲ ਸ਼ਲੋਮ, ਠੀਕ ਹੈ। 21 ਐਤ ਵੀ ਪੜ੍ਹ ਦਿਓ। ਤਦ ਯੇਸ਼ੂ ਨੇ ਫਿਰ ਉਹਨਾਂ ਨੂੰ ਆਖਿਆ, ਤੁਹਾਡੀ ਸ਼ਾਂਤੀ ਹੋਵੇ, ਸ਼ਲੋਮ ਟੂ ਯੂ, ਜੀ, ਠੀਕ ਹੈ। ਫਿਰ 20:26 ਐਤ ਤੇ ਵੀ ਆ ਜਾਓ। 8 ਦਿਨਾਂ ਪਿੱਛੋਂ ਉਹਦੇ ਚੇਲੇ ਫਿਰ ਅੰਦਰ ਸਨ ਅਤੇ ਥੋਮਾ ਉਹਨਾਂ ਦੇ ਨਾਲ ਸੀ। ਹਾਂ, ਬੂਹੇ ਵੱਜੇ ਹੋਏ, ਯੇਸ਼ੂ ਆਇਆ ਅਤੇ ਵਿਚਕਾਰ ਖਲੋ ਕੇ ਬੋਲਿਆ, ਤੁਹਾਡੀ ਸ਼ਾਂਤੀ ਹੋਵੇ। ਸ਼ਲੋਮ ਟੂ ਯੂ, ਸ਼ਲੋਮ, ਆਮੀਨ, ਆਮੀਨ। ਇਹ ਤੇ ਸੀਗੇ ਬਾਈਬਲ ਦੀਆਂ ਰਸੂਲਾਂ ਦੇ ਕਰਤੱਵ। ਰੋਮੀਆਂ ਦੀ ਹਰ ਪੱਤਰੀ, ਰੋਮੀਆਂ, ਕੁਰੰਥੀਆ, ਕੁਰੰਥੀਆ ਸ਼ੁਰੂ ਹੋਈ ਤਾਂ ਸ਼ਲੋਮ, ਬੰਦ ਕੀਤੀ ਤਾਂ ਸ਼ਲੋਮ। ਕੁਰੰਥੀਆ ਪਹਿਲਾ ਦੀ 3 ਐਤ ਪੜ੍ਹੀਏ, ਪਹਿਲਾ ਕੁਰੰਥੀਆ 1:3। ਸਾਡੇ ਪਿਤਾ ਖੁਦਾ ਅਤੇ ਪ੍ਰਭੂ ਯੇਸ਼ੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ। ਕਿਰਪਾ ਅਤੇ ਸ਼ਾਂਤੀ, ਜਿੱਥੇ ਲਿਖਿਆ ਹੈ
ਸ਼ਾਂਤੀ ਸ਼ਬਦ ਹੈ ਸ਼ਲੋਮ ਅਬਰਾਨੀ। ਹੁਣ ਇਹਦੇ ਪਿੱਛੇ ਆ ਜਾਓ ਲਾਸਟ ਵਿੱਚ 16:11 ਜੇ ਕੋਈ ਉਸ ਨੂੰ ਤੁਛ ਨਾ ਜਾਣੇ ਸਗੋਂ ਤੁਸਾਂ ਉਸ ਨੂੰ ਸੁਖਸਾਂਦ ਨਾਲ ਅਗਾਹਾਂ ਨੂੰ ਤੋੜ ਦੇਣਾ ਬਈ ਉਹ ਮੇਰੇ ਕੋਲ ਅੱਪੜ ਪਵੇ ਕਿਉਂ ਜੋ ਮੈਂ ਉਸ ਨੂੰ ਭਰਾਵਾਂ ਸਣੇ ਉਡੀਕਦਾ ਹਾਂ। ਹਾਂ, ਔਰ ਹਰ ਇੱਕ ਵਚਨ ਦੀ ਲਿਖਤ ਕੀ ਸ਼ਾਂਤੀ। ਕੁਰੰਥੀਆ 2:1 ਮਤਲਬ ਇੱਕ ਦੀ ਦੂਜਾ ਗ੍ਰੰਥੀਆ ਉਹਦਾ ਇੱਕ ਦੀ 2 ਹੈ ਸ਼ਲੋਮ। ਦੂਜਾ ਗ੍ਰੰਥੀਆ 13:11 ਸ਼ਲੋਮ। ਗਲਾਤੀਆਂ 1:3 ਸ਼ਲੋਮ। ਗਲਾਤੀਆਂ 6:16 ਸ਼ਲੋਮ। ਹਰ ਪੱਤਰੀ ਸ਼ਲੋਮ ਤੋਂ ਸ਼ੁਰੂ ਹੋਈ, ਸ਼ਲੋਮ ਦੇ ਖਤਮ ਹੋਈ। ਅਫਸੀਆਂ ਸ਼ਲੋਮ ਤੋਂ ਸ਼ੁਰੂ ਹੋਈ, ਸ਼ਲੋਮ ਤੋਂ ਖਤਮ। ਫਿਲਪੀਆਂ ਸ਼ਲੋਮ ਤੋਂ ਸ਼ੁਰੂ ਹੋਈ, ਸ਼ਲੋਮ ਤੋਂ ਖਤਮ। ਕੁਲਸੀਆਂ ਤਸਲੂਕੀਆਂ ਕਿੰਨੀਆਂ ਆਇਤਾਂ ਤੁਹਾਨੂੰ ਦੱਸਾਂ। ਹਰ ਪੱਤਰੀ ਸ਼ਲੋਮ ਤੋਂ ਸ਼ੁਰੂ ਹੋਈ, ਸ਼ਲੋਮ 'ਤੇ ਖਤਮ ਹੋਈ। ਤੋ ਕਹਿਣ ਦਾ ਮਤਲਬ ਇਹ ਸੀ ਮੇਰਾ, ਆਮੇਨ। ਹੁਣ ਇਹਦੇ ਨਾਲ ਹੋਰ ਵੀ ਆ ਜਾਓ, ਇੱਕ ਸੰਦੇਸ਼ ਆ ਨਬੀ ਦਾ 1964 ਦਾ, ਜੂਨ 1964। ਜੂਨ 1964 ਇਹਦਾ ਪਹਿਰਾ ਨੰਬਰ ਹੈ 140 ਮੇਰੇ ਕੋਲ। ਸੰਦੇਸ਼ ਦਾ ਨਾਮ ਇਹ ਆ ਵਿਚਿੱਤਰ ਆਦਮੀ। ਵਿਚਿੱਤਰ ਆਦਮੀ ਕਰ ਦੋ, 140 ਪੈਰਾਗ੍ਰਾਫ। ਲਾਸਟ ਵਿੱਚ ਆਓ, 140 ਨਹੀਂ ਹੋਣਾ, ਥੋੜ੍ਹਾ ਲਾ ਲਾਸਟ ਵਿੱਚ, ਜੂਨ ਲਾਸਟ ਵਿੱਚ ਨਬੀ ਉੱਥੇ ਸਮਾਪਤੀ ਹੀ ਕਰ ਰਹੇ ਆ। ਹਾਂ ਹਾਂ, ਮੈਂ ਹਾਂ ਪ੍ਰਾਰਥਨਾ ਅੱਗੇ। ਔਰ ਦੇਖੋ ਇੱਕ ਮਿੰਟ, ਉੱਪਰ 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 ਜਾਇਓ। ਨਬੀ ਕਹਿੰਦੇ ਅੰਟਿਲ ਵੀ ਮੀਟ, ਆਖਰੀ ਗੀਤ ਗਾ ਰਿਹਾ ਹੈ ਨਬੀ, ਟਿਲ ਵੀ ਮੀਟ, ਜਦ ਤੱਕ ਅਸੀਂ ਮਿਲਦੇ ਹਾਂ, ਟਿਲ ਵੀ ਮੀਟ, ਥੈਂਕਸ ਫੋਰ ਕਮਿੰਗ ਦੋਸ ਲੋਂਗ ਵੇ ਔਰ ਪ੍ਰੋਜੈਕਟ ਯੂਅਰ। ਔਰ ਅੱਗੇ ਕਹਿੰਦੇ ਟੈਲ ਵੀ ਮੀਟ,
greet all the Christians, salute them, ਉਹਨਾਂ ਦਾ ਅਭਿਨੰਦਨ ਕਰੋ ਫਰੋਮ ਦਿਸ ਗਰੁੱਪ ਹੇਅਰ ਜੋ ਇੱਥੇ ਚੁੰਡੇ ਆ ਗੋਡ ਪੀਸ ਅਪੋਨ ਯੂ ਖੁਦਾ ਦੀ ਸ਼ਾਂਤੀ ਤੁਹਾਡੇ ਨਾਲ ਤੁਹਾਡੇ 'ਤੇ ਹੋਵੇ ਸ਼ਾਲੋਮ ਕੀ ਸਮਝੇ ਆਮੀਨ ਗੋਡ ਬੀ ਵਿਦ ਯੂ ਖੁਦਾ ਤੁਹਾਡੇ ਨਾਲ ਹੋਵੇ Till we meet again. ਜਦ ਤੱਕ ਅਸੀਂ ਮਿਲਦੇ ਨਹੀਂ ਹੁਣ ਨਬੀ ਮੀਟਿੰਗ ਬੰਦ ਕਰਨ ਤੋਂ ਬਾਅਦ ਕੀ ਕਹਿੰਦਾ ਸ਼ਾਲੋਮ ਇੱਕ ਦੂਜੇ ਨਾਲ ਮਿਲੋ ਤੇ ਕੀ ਕਹੋ ਸ਼ਾਲੋਮ ਆਮੀਨ ਆਮੀਨ ਫਿਰ ਅਗਰ ਕਿਉਂਕਿ ਉਹ ਸੰਦੇਸ਼ ਹੈ ਹੀ ਨਹੀਂ ਹੈ ਪੰਜਾਬੀ 'ਚ ਜਾਂ ਹਿੰਦੀ 'ਚ ਔਰ ਉਹ ਸੰਦੇਸ਼ ਜਿਹੜਾ ਨਹੀਂ ਹੈ ਉਹ ਹੈਗਾ 1964 ਦਾ ਹੀ 19 ਨਵੰਬਰ ਨੂੰ ਨਬੀ ਨੇ ਉਹਦੇ ਵਿਚਕਾਰ ਨਬੀ ਕਹਿੰਦੇ ਚੁਣਿਆ ਹੋਇਆ ਸੰਤਾਂ ਨੂੰ ਮੈਂ ਕਹਿ ਰਿਹਾ ਸ਼ਾਲੋਮ ਕਹਿੰਦੇ ਹੁਣ ਤੁਸੀਂ ਜਿਹੜੇ ਹੈ ਪਹਿਲਾਂ ਤੋਂ ਠਹਿਰਾਇਆ ਹੋਇਆ ਚੁੰਡੋ ਉਹਦਾ 95 ਪੈਰਾਗ੍ਰਾਫ 'ਚ ਮੈਂ ਤੁਹਾਨੂੰ ਸ਼ਾਲੋਮ ਆਖਦਾ ਔਰ ਫਿਰ ਨਬੀ ਇਹਨਾਂ ਚੀਜ਼ਾਂ ਨੂੰ ਬੋਲਦੇ ਔਰ ਤਮਾਮ ਨਬੀ ਨੇ ਉਹਨਾਂ ਨੂੰ ਅਟਰਨਲ ਸ਼ਾਲੋਮ ਔਰ ਫਿਰ ਨਬੀ ਇਹਨਾਂ ਗੱਲਾਂ ਨੂੰ ਬੋਲਦੇ ਆ ਕਿ ਖੁਦਾ ਦੱਸੋ ਕਹਿਣ ਦਾ ਭਾਵ ਇਹ ਨਬੀ ਨੇ ਪ੍ਰਚਾਰ ਕੀਤਾ ਹੁਣ ਗੱਲ ਆ ਗਈ ਜਿਹੜੀ ਮੈਂ ਕਰਨੀ ਸੀ ਅਗਰ ਕੋਈ ਇਹ ਕਹੇ ਜੋ ਮੈਂ ਗੱਲ ਉਠਾਈ ਮੈਂ ਸਿਰਫ ਉਹ ਸਮਝਾਉਣ ਲੱਗਾ ਮੈਂ ਕਦੇ ਨਹੀਂ ਕਿਹਾ ਯੇਸ਼ੂ ਦੀ ਜੈ ਨਹੀਂ ਹੈਗੀ ਪਰ ਜਦੋਂ ਅਸੀਂ ਇੱਕ ਦੂਜੇ ਨੂੰ ਮਿਲਣ ਲੱਗੇ ਸਾਨੂੰ ਇਹ ਗੱਲ ਕਿੱਥੋਂ ਮਿਲੀ ਕਿ ਜਦੋਂ ਮਿਲਣਾ ਤੇ ਇੱਕ ਦੂਜੇ ਨੂੰ ਜੈ ਯੇਸ਼ੂ ਜੈ ਜੈ ਮਸੀਹ ਕਹਿਣਾ ਯਹੂਦੀ ਤਾਂ ਕਹਿੰਦੇ ਨਹੀਂ ਨਾ ਚੇਲਿਆਂ ਨੇ ਕਿਹਾ ਉਹਨਾਂ ਨੇ ਤਾਂ ਸ਼ਾਲੋਮ ਲਿਖਿਆ ਖੁਦਾ ਦੀ ਕਿਰਪਾ ਅਤੇ ਸ਼ਾਲੋਮ ਤੁਹਾਡੇ 'ਤੇ ਹੋਵੇ ਸ਼ਾਲੋਮ ਕਹਿ ਕੇ ਬੰਦ ਕੀਤਾ ਸਲੂਟ ਕਰਕੇ ਅਭਿਨੰਦਨ ਕੀਤਾ ਤੁਹਾਡਾ ਸਵਾਗਤ ਹੈ ਹੁਣ ਗੱਲ ਇਹ ਹੈ ਇਹ ਚੀਜ਼ ਇਸ ਪਰਾਈਆਂ ਜਾਤੀਆਂ ਦੀ ਕਲੀਸੀਆ ਨੇ ਕਿੱਥੋਂ ਲਈ ਇਹ ਉੱਥੋਂ ਹੀ ਲਈ ਜਿੱਥੋਂ ਰੋਟੀ ਨੂੰ ਲੰਗਰ ਕਹਿ ਦਿੰਦੇ ਹੈ
ਸਮਝਾਈ ਜਾਂ ਇਹ ਕਹਿ ਦਿੰਦੇ ਆ ਕਿ ਇੱਥੇ ਲੱਡੂ ਆਏ ਕਲੀਸਿਆ 'ਚ ਵੰਡੇ ਗਏ ਕਿ ਪ੍ਰਸ਼ਾਦ ਲੈ ਲਓ ਸਾਡੇ ਆਪਣੇ ਹੀ ਠੀਕ ਹੈ ਇੰਨੀ ਕੁ ਗੱਲ ਸੀ ਗੱਲ ਕਿੱਦਾਂ ਉੱਥੋਂ ਇੱਧਰ ਆ ਗਈ ਇੱਦਾਂ ਹੀ ਜਿੱਦਾਂ ਐਂਡ ਟਾਈਮ ਮੈਸੇਜ ਵਾਲੇ ਜਾਣਦੇ ਅੱਛੀ ਤਰੀਕੇ ਇਸ ਗੱਲ ਨੂੰ ਕਿ ਅੱਜ ਮਸੀਹਤ ਦੇ ਅੰਦਰ ਚੋਗਾ ਪਾ ਕੇ ਲੰਬੇ ਵਾਲ ਛੱਡ ਕੇ ਸਾਧੂਆਂ ਦੇ ਆਸ਼ਰਮ ਬਣੇ ਹੈ ਮਸੀਹਤ ਵਿੱਚ ਬਾਈਬਲ ਦਾ ਵੀ ਪ੍ਰਚਾਰ ਕਰਦੇ ਆ ਚਿੱਟੇ ਕੱਪੜੇ ਬੰਨਦੇ ਆ ਅੱਜ ਅਗਰ ਮੇਰੇ ਨਾਮ ਦੇ ਅੱਗੇ ਕੋਈ ਇਹ ਲਾ ਦੇ ਬਿਸ਼ਪ ਭੁਪਿੰਦਰ ਸਿੰਘ ਇੱਥੇ ਹੰਗਾਮਾ ਖੜਾ ਹੋ ਜੂ ਔਰ ਮੈਂ ਤੁਹਾਨੂੰ ਬਿਬਲੀਕਲੀ ਰੈਫਰੈਂਸ ਇਹ ਦੇਵਾਂ ਪਾਸਟਰ ਨੂੰ ਹੀ ਬਿਸ਼ਪ ਕਹਿੰਦੇ ਆ ਕੀ ਸਮਝੇ ਫਿਰ ਲਾਂਦੇ ਕਿਉਂ ਨਹੀਂ ਕਿਉਂਕਿ ਤੁਰੰਤ ਨਿਸ਼ਾਨਾ ਕਿੱਥੇ ਚਲੇ ਜਾਏਗਾ ਬਿਸ਼ਪ ਉੱਧਰ ਅਗਰ ਇਸੇ ਚਰਚ ਗੀਤ ਮੈਸੇਜ ਦੇ ਹੋਣ ਤੇ ਮੈਂ ਇੱਥੇ ਖੜਾ ਗਾ ਰਿਹਾ ਹਾਂ ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ ਜਦੋਂ ਦੀ ਯਸੂ ਨੇ ਮੇਰੀ ਸ਼ਬਦ ਯੇਸ਼ੂ ਹੋਵੇ ਸ਼ਬਦ ਮਸੀਹ ਹੋਵੇ ਤੇ ਉਹਦੀ ਟਿਊਨਿੰਗ ਵਜਾਉਣ ਵਾਲੇ ਵੀ ਸਾਡੀ ਹੋਣ ਤੇ ਟਿਊਨਿੰਗ ਹੋਵੇ ਦੂਜੀ ਤੇ ਆਪਾਂ ਉਹਦੇ ਤਾੜੀਆਂ ਮਾਰਦੇ ਹਾਂ ਟਿਊਨ ਇਹ ਦੱਸਦੀ ਆ ਕਿ ਤੁਸੀਂ ਹੈਗੇ ਕਿੱਥੋਂ ਦੇ ਹੋ ਹੈ ਅੱਜ ਹੀ ਮੈਸੇਜ ਵਿਚਕਾਰ ਕੋਈ ਕਵੇ ਭਾਈ ਜੀ ਪੀਪੀ ਕੋਈ ਪੀਪੀ ਮਤਲਬ ਪੈਰੀ ਪਾਉਣਾ ਕੀ ਸਮਝੇ ਮਤਲਬ ਇਹ ਕਿ ਇਹ ਕਿੱਥੋਂ ਆ ਗਿਆ ਇਹ ਚੀਜ਼ਾਂ ਮਸੀਹੇ ਵਿੱਚ ਕਿੱਥੋਂ ਆ ਗਈਆਂ ਸਮਝਾ ਇਹ ਰਿਹਾ ਸੀ ਸਾਡੀ ਪਹਿਚਾਣ ਟੋਟਲੀ ਵੱਖਰੀ ਹੈ ਪਰ ਕੁਛ ਬੰਦਿਆਂ ਨੂੰ ਇਹ ਗੱਲ ਇੰਨੀ ਬੁਰੀ ਲੱਗੀ ਅੱਛਾ ਬਹੁਤਿਆਂ ਨੇ ਇਸ ਗੱਲ ਨੂੰ ਅੱਛਾ ਸਰਾਇਆ ਕਿ ਬਹੁਤ ਅੱਛਾ ਹੈ ਬਹੁਤਿਆਂ ਨੂੰ ਬੁਰੀ ਲੱਗੀ ਕੋਈ ਆਪਣੀ ਉਹ ਐਤ ਕਿ ਦੇਖੋ ਬਾਈਬਲ ਵਿੱਚ ਲਿਖਿਆ ਖੁਦਾ ਦੇ ਪੁੱਤਰ ਨਾਰੇ ਮਾਰਦੇ ਸੀ ਨਾਰੇ ਤੇ ਹਾਲੇਲੂਇਆ ਦੇ ਮਾਰ ਰਹੇ ਸੀ ਮੰਨ ਲਓ ਕਿਉਂਕਿ ਲਿਖਿਆ ਨਹੀਂ ਮੈਂ ਤਾਂ ਕਹੂੰਗਾ ਹਾਲੇਲੂਇਆ ਦੇ ਮਾਰ ਰਹੇ ਸੀ ਜੈ ਜੈਕਾਰ ਕਰ ਰਹੇ ਸੀ ਹਾਲੇਲੂਇਆ ਦੀ ਕਰ ਰਹੇ ਸੀ ਅਸੀਂ ਮਿਲਣ ਲੱਗੇ ਇਹ ਕਿਉਂ ਨਹੀਂ ਮਿਲ ਲੱਗੇ ਕਿਹਾ ਹਾਲੇਲੂਇਆ ਮੈਂ ਪੁਲਪਟ ਤੇ ਖੜਾ ਹੋਇਆ ਮੈਂ ਪੁਲਪਟ ਤੇ ਖੜਾ ਹੋ ਕੇ ਇਹ ਬੋਲਣਾ ਸ਼ੁਰੂ ਕੀਤਾ ਹਾਲੇਲੂਇਆ
ਤੁਸੀਂ ਵੀ ਅੱਗੇ ਕਿਹਾ ਹਾਲੇਲੂਇਆ। ਅਸੀਂ ਇਹ ਸਵੀਕਾਰ ਨਹੀਂ ਕੀਤਾ, ਅਸੀਂ ਸ਼ਬਦ ਹੋਰ ਕੋਈ ਇਹ ਸ਼ਬਦ ਕਿੱਦਾਂ ਮਿਲਦਾ ਜੁਲਦਾ ਆ ਗਿਆ, ਗੱਲ ਆ ਸਮਝਾ ਰਿਹਾ ਸੀ। ਸਮਝ ਆਈ? ਆ ਸਮਝਾ ਰਿਹਾ ਸੀ ਸਿਰਫ ਇੰਨੀ ਕੁ ਗੱਲ ਕਿ ਅਸੀਂ ਨਕਲਚੀ ਨਾ ਬਣੀਏ ਉਹਨਾਂ ਦੇ, ਉਹਨਾਂ ਨੇ ਸਾਡੇ ਤੋਂ ਲੱਗਣ ਮਾਰੀ। ਅਤੇ ਪਰ ਅੱਜ ਦੇ ਬੰਦੇ ਕੀ ਚਰਚ ਦਾ ਨਾਮ ਰੱਖਿਆ ਹੁੰਦਾ ਸ਼ਲੋਮ, ਕਹਿੰਦੇ ਤੂੰ ਆ ਗਲਤ ਸ਼ਿਕਸ਼ਾ ਚਲਾਉਂਦਾ ਇਹਨੂੰ ਬੰਦ ਕਰ। ਕੀ ਸਮਝਾਈ? ਕੋਈ ਕਹਿੰਦਾ ਮੇਰੇ ਤੇ ਪਰਿਵਾਰ ਦੇ ਮੈਂਬਰਾਂ ਦਾ ਨਾਮ ਸ਼ਲੋਮ ਹੈ, ਮੇਰੇ ਪੁੱਤਰ ਦਾ ਨਾਮ ਸ਼ਲੋਮ ਹੈ, ਆ ਬਕਵਾਸ ਬੰਦ ਕਰ ਤੇ ਨਾਮ ਕੀ ਰੱਖਿਆ। ਸ਼ਲੋਮ ਸ਼ਬਦ ਮੇਰੇ ਕਹਿਣ ਦਾ ਭਾਵ ਇਹ ਸੀ, ਗ੍ਰੀਟਿੰਗਸ ਲਈ ਸਭ ਤੋਂ ਪਿਆਰਾ ਸ਼ਬਦ ਆ। ਮੈਂ ਦੂਜਿਆਂ ਨੂੰ ਗਲਤ ਸਾਬਤ ਨਹੀਂ ਕਰਨਾ, ਮੈਂ ਤਾਂ ਆਪਣੇ ਚਰਚ ਵਿੱਚ ਪ੍ਰਚਾਰ ਕਰ ਰਿਹਾ, ਮੇਰਾ ਆਪਣਾ ਚਰਚ ਆ, ਮੈਂ ਉਹਦੇ ਵਿੱਚ ਪ੍ਰਚਾਰ ਕਰ ਰਿਹਾ। ਇੰਟਰਨੈਸ਼ਨਲੀ ਤੌਰ 'ਤੇ ਬ੍ਰਾਈਡ ਇੱਕ ਦੂਜੇ ਨੂੰ ਇੱਦਾਂ ਕਹਿੰਦੇ, ਚਲੋ ਲਾਉਂਦੇ, ਠੀਕ ਹੈ ਬਈ ਅਸੀਂ ਕਿਉਂ ਨਾ ਇਹਨੂੰ ਬੰਦ ਕਰੀਏ। ਔਰ ਮੈਂ ਕੀ ਕਿਹਾ, ਪੰਜਾਬ ਵਿੱਚ ਅਸੀਂ ਪਹਿਲਾਂ ਸੀ, ਦੂਜਾ ਲਿਖਦਾ ਕਮਾਂਡ ਨਾ ਕਰ ਭਾਈ ਇਹ ਤਾਂ ਸਦੀਆਂ ਤੋਂ ਚੱਲਦਾ ਹੋ। ਮੈਂ ਇਹ ਕਦੋਂ ਕਿਹਾ, ਸਦੀਆਂ ਤੋਂ ਮੈਂ ਹੀ ਆਜ਼ਾਦ ਕੀਤਾ ਹੈ, ਮੈਂ ਗੱਲ ਪੰਜਾਬ ਦੀ ਕਰ ਰਿਹਾ ਸਿਰਫ ਕਿ ਪੰਜਾਬ ਵਿੱਚ ਸਭ ਤੋਂ ਪਹਿਲਾਂ ਅਸੀਂ ਇਸ ਕੰਮ ਨੂੰ ਸ਼ੁਰੂ ਕੀਤਾ ਕਿ ਨਹੀਂ ਇਹਨਾਂ ਨੂੰ ਹਟਾਓ ਅਤੇ ਇਹਨੂੰ ਬੋਲੋ। ਹੈਂ, ਅਸੀਂ ਮਹਾਰਾਜ ਨਹੀਂ ਕਹਿੰਦੇ, ਇਹਨਾਂ ਸ਼ਬਦਾਂ ਨੂੰ ਅਸੀਂ ਪਰੇ ਕੀਤਾ। ਕਿਉਂ? ਇਹ ਸ਼ਬਦ ਠੀਕ ਨਹੀਂ ਹੈ। ਅਸੀਂ ਇਹ ਕਦੋਂ ਨਹੀਂ ਕਿਉਂ ਕਿਹਾ, ਸ਼ੁਰੂ ਕੀਤਾ ਜੈ ਪ੍ਰਭੂ ਦੀ ਨਕਲ ਮਾਰੀ। ਮੈਂ ਗੱਲ ਸਿਰਫ ਇਹ ਕਹਿ ਰਿਹਾ, ਮੈਂ ਇਹ ਕਦੇ ਵੀ ਨਹੀਂ ਕਹਿੰਦਾ ਯੇਸ਼ੂ ਮਸੀਹ ਦੀ ਜੈ ਨਹੀਂ ਹੈ। ਸਿਰਫ ਇੰਨੀ ਕੁ ਗੱਲ ਆ ਕਿ ਜਦੋਂ ਸ਼ਬਦ ਸਾਡੇ ਕੋਲ ਹੈਗੇ, ਬਾਈਬਲ ਹੈਗੀ, ਤਾਂ ਫਿਰ ਸਾਨੂੰ ਉਹਨਾਂ ਦੀ ਕੀ ਨਕਲ ਦੀ ਲੋੜ ਹੈ? ਸੰਦੇਸ਼ ਹੈਗਾ, ਉਹਨਾਂ ਦੀ ਨਕਲ ਦੀ ਕੀ ਲੋੜ ਹੈ? ਉਹ ਪ੍ਰੇਜ਼ ਦਾ ਲੋਰਡ ਕਹਿ ਲਓ। ਜੇ ਸ਼ਲੋਮ ਤੋਂ ਦਿੱਕਤ ਇਹ ਆ, ਬਿਬਲੀਕਲੀ ਤਾਂ ਸ਼ਬਦ ਹੈਗਾ ਕਿ ਨਹੀਂ, ਪਰ ਮੈਂ ਇਹ ਫੈਸਲਾ ਕੀਤਾ ਸੀ ਅੱਜ ਤੋਂ ਕੁਛ ਸਾਲ ਪਹਿਲਾਂ, ਅਸੀਂ ਛੋਟਾ ਚਰਚ ਸ਼ਲੋਮ ਸ਼ੁਰੂ ਕਰਾਂਗੇ। ਸਿਰਫ ਬਚਨ ਦੀਆਂ ਕੁਛ ਰੈਫਰੈਂਸ ਲਿਖਤਾਂ ਨੂੰ ਲੈਂਦੇ, ਪੜ੍ਹਦੇ, ਸਮਝਦੇ ਹੋਏ ਉਸ ਚੀਜ਼ ਨੂੰ ਲੈ ਕੇ ਸੀ ਬੋਲਿਆ ਹੈ। ਕਿਸੇ ਨੂੰ ਅੱਛਾ ਨਹੀਂ ਲੱਗਿਆ ਤਾਂ ਠੀਕ, ਮੈਂ ਤਾਂ ਇੱਥੋਂ ਤੱਕ ਕਹਿੰਦਾ ਸਾਡੇ ਘਰ ਵਿੱਚ ਸਾਹਮਣੇ ਇੱਕ ਤਖਤੀ ਟੰਗੀ ਹੋਵੇ ਅਤੇ ਲਿਖਿਆ ਹੋਵੇ ਤੁਹਾਨੂੰ ਸ਼ਲੋਮ। ਕੀ ਸਮਝੇ? ਮੈਂ ਕਿਸੇ ਦੇ ਵਿਰੋਧ 'ਚ ਨਹੀਂ, ਮੈਂ ਤਾਂ ਆਪਣੀ ਕਲੀਸੀਆ ਨੂੰ ਸਿਖਾ ਰਿਹਾ। ਕੋਈ ਕਹੇਗਾ ਯੇਸ਼ੂ ਮਸੀਹ ਦੇ ਨਾਮ ਦੀ ਜੈ ਨਹੀਂ, ਯੇਸ਼ੂ ਮਸੀਹ ਦੇ ਨਾਮ ਦੀ ਜੈ ਹੈ। ਆਮੀਨ, ਆਮੀਨ ਔਰ ਆਮੀਨ ਹਮੇਸ਼ਾ ਰਹੇਗੀ। ਇਹ ਕਿੱਥੇ ਅਸੀਂ ਮਨਾ ਕੀਤਾ? ਪਰ ਗੱਲ ਇਹ ਕਰ ਰਹੇ ਸੀ ਕਿ ਜੋ ਨਕਲ ਮਾਰੀ ਹੈ ਮਸੀਹਤ ਨੇ ਇਹਨੂੰ ਹਟਾਓ।
ਮੈਂ ਤੁਹਾਨੂੰ ਬਿਬਲੀਕਲੀ ਪ੍ਰਮਾਣ ਪੁੱਛ ਲੂੰ। ਇੱਕ ਭਾਈ ਕਹਿੰਦਾ ਇਹ ਸਰਾਸਰ ਗਲਤ ਸ਼ਿਕਸ਼ਾ ਆ, ਭਾਈ ਬ੍ਰਹਮ ਜੀ ਮਸੀਹ ਜੀ ਕਹਿੰਦਾ ਸੀ। ਮੈਂ ਮੇਰਾ ਤਾਂ ਸਿਰ ਘੁੰਮਣ ਲੱਗ ਪਿਆ। ਮੈਂ ਕਿਹਾ ਹੋ ਵੀ ਸਕਦਾ, ਮੈਂ ਮਜ਼ਾਕੀਆ ਟਾਈਪ 'ਚ ਹੋ ਵੀ ਸਕਦਾ, ਮੈਂ ਤਾਂ ਪੂਰੇ ਸੰਦੇਸ਼ ਵੀ ਨਹੀਂ ਪੜ੍ਹੇ। ਦੇਖੋ ਤਰਕ ਲਈ ਕੀ ਕੁਛ ਕਰਦੇ, ਕਾਰਨ ਕੀ, ਕਿਉਂਕਿ ਦਿਲੋਂ ਮੈਂ ਜੋ ਗੱਲ ਕਹੀ ਉਹਦੇ ਖਿਲਾਫ ਹੈ। ਅਗਰ ਮੈਂ ਕੱਲ੍ਹ ਨੂੰ ਕਹਿ ਦੇਵਾਂ ਕਿ ਯਿਸੂ ਮਸੀਹ ਬੜੇ ਜ਼ੋਰ ਜ਼ੋਰ ਕੇ ਕੋਈ ਰੈਵਲੇਸ਼ਨ ਆਇਆ ਉਤਰਿਆ, ਯਿਸੂ ਉਤਰ ਚੁੱਕਾ ਆ ਬੜੇ ਜ਼ੋਰ ਕੇ ਦਾਵਾ, ਉਹਨਾਂ ਦਾ ਮੂੰਹ ਲਾਲ ਹੋ ਗਿਆ ਕਿ ਮੈਂ ਨਹੀਂ ਮੰਨਦਾ ਉਤਰਿਆ। ਉਲਟਾ ਹੀ ਚੱਲਣਾ ਹੈ। ਪਰ ਮੇਰਾ ਕਿਸੇ ਵੀ ਵਿਅਕਤੀ ਦੇ ਨਾਲ ਕੋਈ ਮਤਭੇਦ ਨਹੀਂ, ਮੈਂ ਸਿਰਫ ਇੰਨੀ ਕੁ ਗੱਲ ਕਹਿ ਰਿਹਾ। ਇਹ ਜਿਹੜਾ ਛੋਟਾ ਚਰਚ ਹੈ, ਮੈਂ ਤੁਹਾਨੂੰ ਦੱਸਿਆ ਸਾਰੀ ਬਾਈਬਲ 'ਚ ਪੁਰਾਣੇ ਨੇਮ ਵਿਚਕਾਰ 300 ਤੋਂ ਜ਼ਿਆਦਾ ਵਾਰ ਸ਼ਬਦ ਸ਼ਲੋਮ ਯੂਜ਼ ਹੋਇਆ। 10% ਇਹ ਸ਼ਬਦ ਯੂਜ਼ ਕੀਤਾ ਗਿਆ ਗ੍ਰੀਟਿੰਗਸ ਲਈ, ਤਸੱਲੀ ਲਈ, ਬਾਕੀ 25% 65% ਕਿਸੇ ਨੂੰ ਹਾਲ ਚਾਲ ਤਮਾਮ ਚੀਜ਼ਾਂ ਦੇ ਬਾਰੇ। ਕਈ ਆਇਤਾਂ ਮੈਂ ਛੱਡਤੀਆਂ, ਕਿੰਨੀਆਂ ਕੁ ਆਇਤਾਂ ਪੜ੍ਹਾਊਂਗਾ ਮੈਂ ਤੁਹਾਨੂੰ, 370 ਆਇਤਾਂ ਥੋੜ੍ਹੀ ਪੜ੍ਹਾ ਸਕਦਾ ਮੈਂ। ਪਰ ਮੈਂ ਇੱਕ ਚੀਜ਼ ਕਹਿੰਦਾ ਮੇਰੇ ਭੈਣ ਭਰਾਓ, ਅਸੀਂ ਹਰ ਉਹ ਸ਼ਬਦ ਨੂੰ ਛੱਡੀਏ ਜਿਹਦਾ ਸੰਬੰਧ ਵਚਨ ਦੇ ਨਾਲ ਨਹੀਂ। ਸਿਰਫ ਇੰਨੀ ਕੁ ਗੱਲ ਆ, ਅਗਰ ਕੋਈ ਫਿਰ ਵੀ ਕਹਿੰਦਾ ਅਸੀਂ ਤਾਂ ਕਹਿਣਾ ਬ੍ਰਦਰ ਮੈਨੂੰ ਕੋਈ ਵੀ ਹਰਜ ਨਹੀਂ, ਤੁਸੀਂ ਜੀ ਸਦਕੇ ਕਹੋ, ਪ੍ਰਭੂ ਦੇ ਨਾਮ ਵਿੱਚ ਅੱਗੇ ਵੱਧਦੇ ਜਾਓ ਤਾਂ ਕਿ ਯਿਸੂ ਮਸੀਹ ਦਾ ਨਾਮ ਤੁਹਾਡੀ ਜ਼ਿੰਦਗੀ 'ਚ ਮਹਿਮਾ ਪਾਏ। ਆਮੀਨ। ਸਾਡੇ ਪੰਜਾਬ ਦੇ ਇੱਕ ਬਜ਼ੁਰਗ ਭਾਈ, ਕੱਲ੍ਹ ਮੈਂ ਫੇਸਬੁੱਕ 'ਤੇ ਉਹਨਾਂ ਦਾ ਦੇਖ ਰਿਹਾ ਸੀ, ਬਜ਼ੁਰਗ ਬੰਦਾ, ਅਤੇ ਕੀ ਕਹਿ ਰਿਹਾ ਬਜ਼ੁਰਗ ਬੰਦਾ, ਇਹ ਕਹਿ ਰਿਹਾ ਕਿ ਬਾਈਬਲ ਵਿੱਚ ਅਗਰ ਕਿਸੇ ਨੂੰ ਅਸੀਂ ਦਿਖਾਉਣ ਲੱਗ ਪਏ ਸਾਨੂੰ ਸ਼ਬਦ ਨਹੀਂ ਲੱਭਣਾ, ਇਸ ਲਈ ਸਾਡੀ ਵੱਖਰੀ ਪਹਿਚਾਣ ਹੋਵੇ ਮੈਸੇਜ 'ਚ। ਅਸੀਂ ਕੋਟ ਪਾ ਕੇ ਆਉਂਦੇ ਹਾਂ, ਟਾਈ ਲਾ ਕੇ ਆਉਂਦੇ ਹਾਂ, ਮੈਂ ਕੁੜਤਾ ਪਜਾਮਾ ਪਾ ਕੇ ਨਹੀਂ ਆਉਂਦਾ। ਕੀ ਹੋਵੇ ਮੈਂ ਇੱਥੇ ਕੁੜਤਾ ਪਜਾਮਾ, ਕਿੰਨੇ ਸਿਖਾਇਆ ਕਿ ਨਹੀਂ ਪਾ ਕੇ ਆਉਣਾ, ਮੈਸੇਜ ਨੇ ਕੁਛ, ਮੇਰੀ ਗੱਲ ਸਮਝਾਈ, ਚੋਗਾ ਪਾ ਕੇ ਨਹੀਂ ਆਉਂਦਾ, ਅੱਗੇ ਤੋਂ ਮੈਂ ਚੋਗਾ ਪਾ ਕੇ ਘੁੰਮਣਾ ਸ਼ੁਰੂ ਕਰ ਦਿੰਦਾ, ਪਾਣਾ ਗਲਤ ਆ, ਮੈਂ ਪੁੱਛੂੰਗਾ ਨਹੀਂ ਇੱਦਾਂ ਦਾ ਕਰਨਗੇ ਨਬੀ ਨੇ ਇੱਦਾਂ, ਕਾਰਨ ਕੀ, ਕਿਉਂਕਿ ਮੇਰਾ ਚੋਗਾ ਪਾਇਆ ਇੱਕ ਛਲਕ ਮਾਰੇਗਾ ਕਿ ਮਛਵਾੜੇ ਵਾਲਾ ਬਾਬਾ ਕੀ ਸਮਝੇ। ਅਸੀਂ ਤੇ ਧਰਮਾਂ ਜਥੇਬੰਦੀਆਂ ਮਿਸ਼ਨਾਂ ਸੰਸਾਰ ਨਾਲੋਂ ਵੱਖਰਾ ਬਿਹੇਵ ਕਰ ਰਹੇ ਹਾਂ, ਇੰਨੀ ਕੁ ਗੱਲ ਆ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਖਿਲਾਫੀਅਤ ਮੇਰੀ ਕਿਸੇ ਨਾਲ ਨਹੀਂ ਸੀ,
ਅਗਰ ਕੋਈ ਪਿਆਰ 'ਚ ਮਨ ਦਾ ਝੁਕਦਾ ਹੈ, ਇਹ ਨਹੀਂ ਅੜੀ ਤੇ ਇਹ ਆ, ਭੁਪਿੰਦਰ ਸਿੰਘ ਨੇ ਕਿਹਾ ਹੱਡੀ ਦੇ ਇੱਥੇ ਫਸੀ ਹੈ, ਸ਼ਲੋਮ ਸ਼ਬਦ ਤੋਂ ਪ੍ਰੋਬਲਮ ਨਹੀਂ ਹੈ, ਭੁਪਿੰਦਰ ਸਿੰਘ ਨੇ ਕਿਹਾ ਹੱਡੀ ਇਸ ਗੱਲ ਦੀ ਹੈ, ਨਹੀਂ ਤੇ ਸਾਨੂੰ ਇਹ ਕਹਿਣਾ ਪਊਗਾ ਇਹਦਾ ਮੰਨ ਕੇ। ਇਸ ਲਈ ਅਸੀਂ ਤਾਂ ਵੱਖਰੀ ਬੀਨ ਵਜਾਵਾਂਗੇ, ਸਮਝ ਆਈ? ਪਰ ਮੈਂ ਇਹ ਕਹਿੰਦਾ ਕਿ ਅਸੀਂ ਆਪਣੀਆਂ ਖੁੰਡਕਾਂ ਨੂੰ ਰੱਖੀਏ ਪਰੇ, ਕੱਲ੍ਹ ਕੋਈ ਅੱਛੀ ਗੱਲ ਸਾਨੂੰ ਮਿਲਦੀ ਹੈ ਅਸੀਂ ਉਹ ਕਹਿ ਲਈਏ, ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲ ਲਈਏ, ਦੂਸਰਿਆਂ ਦੀ ਨਕਲ ਨਾ ਕਰੀਏ। ਮੈਂ ਇੱਥੇ ਯੇਸ਼ੂ ਨੂੰ ਖੜਾ ਹੋ ਕੇ ਇੱਦਾਂ ਦੀ ਭਾਸ਼ਾ ਬੋਲਣਾ, ਧੰਨ ਧੰਨ ਮੇਰਾ ਸਤਿਗੁਰੂ, ਮੇਰਾ ਪ੍ਰਭੂ, ਮੇਰਾ ਮਾਲਕ, ਮੇਰਾ ਸਿਰਜਣਹਾਰ ਸਵਾਮੀ, ਮਤਲਬ ਇੱਦਾਂ ਦੀ ਭਾਸ਼ਾ ਤੁਹਾਨੂੰ ਲੱਗਣਾ ਕੁਛ ਦੇਰ ਲਈ ਕਿ ਕੋਈ ਸਾਧੂ ਆਇਆ ਅੱਜ ਪ੍ਰਾਰਥਨਾ ਕਰਨ। ਔਰ ਮੈਂ ਇੱਥੋਂ ਲਵਾਂ ਹਾਰਮੋਨੀਅਮ ਅਤੇ ਤਬਲਾ, ਹੈਂ, ਅਤੇ ਦੋ ਚਾਰ ਭਾਈਆਂ ਨੂੰ ਖੜਾ ਕਰਾਂ ਇੱਥੇ, ਬਿਠਾਵਾਂ, ਖੜਾ ਨਹੀਂ ਬਿਠਾਵਾਂ, ਇੱਕ ਨੂੰ ਫੜਾਵਾਂ ਸ਼ਹਿਣਾ, ਇੱਕ ਨੂੰ ਫੜਾਵਾਂ ਖੰਜਰੀ, ਇੱਕ ਨੂੰ ਫੜਾਵਾਂ ਢੋਲਕ, ਇੱਕ ਨੂੰ ਤਬਲਾ, ਇੱਕ ਨੂੰ ਹਾਰਮੋਨੀਅਮ, ਅਤੇ ਕਹਿਣਾ ਆਓ ਅਸੀਂ ਕੀਰਤਨ ਕਰਦੇ ਹਾਂ, ਅਤੇ ਹਾਰਮੋਨੀਅਮ ਵਜਾ ਕੇ ਇਹ ਸ਼ੁਰੂ ਕਰਾਂ, ਔਰ ਨਾਲ ਹੀ ਯੇਸ਼ੂ 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 ਯੇਸ਼ੂ। ਕਈਆਂ ਨੇ ਉੱਠ ਕੇ ਚਲ ਜਾਣਾ ਕਿ ਪਾਦਰੀ ਵਿੱਚ ਹੀ ਦੁਸ਼ਟ ਆਤਮਾ ਵੜ ਗਿਆ ਪਤਾ ਨਹੀਂ, ਅਤੇ ਮੈਂ ਕਹਾਂ ਇਹ ਨਾਮ ਸਿਮਰਨ ਕਰ ਰਿਹਾ ਮੈਂ, ਕੀ ਕਰ ਰਹੇ ਸੀ ਨਾਮ ਸਿਮਰਨ, ਅਤੇ ਬਾਈਬਲ ਨੂੰ ਇੱਦਾਂ ਫੜ ਕੇ, ਇਹ ਇੱਦਾਂ ਫੜ ਕੇ ਲੈ ਕੇ ਜਾਵਾਂ ਮੈਂ ਕਿ ਪਰੇ ਹਟ ਜਾਓ ਮੇਰੀ ਬਾਈਬਲ ਆ ਰਹੀ, ਮੇਰੀ ਬੋਡੀ ਲੈਂਗੁਏਜ ਇੱਦਾਂ ਦੱਸੇਗੀ ਕਿ ਮੈਂ ਇੱਥੇ ਚਰਚ ਨਹੀਂ ਇੱਕ ਆਸ਼ਰਮ ਸ਼ੁਰੂ ਕਰਤਾ। ਇਹਨੂੰ ਹੀ ਉੱਥੇ ਲਿਖਵਾ ਦਿਉ, ਬਾਈਬਲ ਬਲੀਵਰ ਚਰਚ ਨਹੀਂ, ਬਾਈਬਲ ਬਲੀਵਰ ਆਸ਼ਰਮ। ਕਿੱਦਾਂ ਦਾ ਲੱਗੇਗਾ ਤੁਹਾਨੂੰ? ਹੈਂ, ਇਹ ਗੱਲ ਨਹੀਂ ਸਮਝ ਪਾ ਰਹੇ, ਅਤੇ ਤਰ੍ਹਾਂ ਤਰ੍ਹਾਂ ਦੇ ਲੋਕ ਆਉਂਦੇ, ਤਰ੍ਹਾਂ ਤਰ੍ਹਾਂ ਦੀ ਗੱਲਾਂ, ਅਤੇ ਕੋਈ ਉੱਠ ਕੇ ਕਹਿੰਦਾ ਲੱਗਿਆ ਰਹਿ ਭਾਈ, ਅਤੇ ਮੈਂ ਕਦੋਂ ਬੰਦ ਹਟਿਆ ਹੋਇਆ, ਮੈਂ ਤਾਂ ਲੱਗਾ ਹੀ ਹਾਂ, ਮੈਨੂੰ ਬੰਦ ਕਰਨਾ ਬਹੁਤ ਔਖਾ ਆ, ਪ੍ਰਭੂ ਜਦੋਂ ਹੈਗਾ, ਵਰਨਾ ਜਦ ਤੱਕ ਇਹ ਅਫਾਜ਼ ਆ ਇਹਨੇ ਤਾਂ ਗੂੰਜਣਾ ਆ, ਗੂੰਜਣਾ ਹਿੱਲਿਆ ਕਿ ਨਹੀਂ, ਪੰਜਾਬ ਵਿੱਚ ਪਾਣੀ ਆਇਆ ਕਿ ਨਹੀਂ, ਪਰ ਇਹ ਆਉਣਾ ਚਾਹੀਦਾ ਆ, ਇਹਦਾ ਕ੍ਰੈਡਿਟ ਸਾਨੂੰ ਨਹੀਂ ਯਿਸੂ ਮਸੀਹ ਨੂੰ ਮਿਲਣਾ ਚਾਹੀਦਾ ਹੈ। ਪਰ ਉਹ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਕਿ ਅਸੀਂ ਇਸ ਚੀਜ਼ ਦਾ ਖਿਲਾਫੀਅਤ ਕੀਤੀ, ਆਮੀਨ, ਅਤੇ ਉਹ ਖਿਲਾਫੀਅਤ ਕੀਤੀ, ਉਹਦਾ ਨਤੀਜਾ ਕੀ ਹੋਇਆ, ਅੱਜ ਜਗ੍ਹਾ ਬਜਗ੍ਹਾ ਤੋਂ ਖੁਦਾ ਦਾ ਕੀ ਹੋ ਰਿਹਾ, ਕੰਮ ਫੈਲਿਆ, ਆਮੀਨ। ਇਸ ਲਈ ਕੋਈ ਕਿਸੇ ਨੂੰ ਇਹ ਕਹਿ ਰਿਹਾ ਸੀਗਾ ਭਾਈ ਨੂੰ ਕੋਈ ਜਣਾ ਕਿ ਇਹ ਕਿ ਤੁਸੀਂ ਐਵੇਂ ਕਹੀ ਜਾਂਦੇ ਹੋ, ਬਾਈਬਲ 'ਚ ਤਾਂ ਹੈ ਨਹੀਂ ਗਾ, ਬਾਈਬਲ 'ਚ ਤਾਂ ਹੈ ਹੀ ਨਹੀਂ। ਉਹ ਬਾਈਬਲ ਸਾਡੇ ਥਾਵੇਂ 'ਚ ਤਰਜਮਾ ਹੋ ਕੇ ਆਈ ਹੈ, ਠੀਕ ਹੈ,
ओरिजिनल साढ़े प्रॉफिट ने बोलिया, हवाले पढ़ाए, मीटिंग खत्म की, उन्हें जब तक असी दोबारा नहीं मिलती। शालोम। हुण मैं नबी दा संदेश विच पढ़ के दिखाता तो फिर भी जिदी जाना कि नहीं 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 ਇਹ ਨਵੀਂ ਕੋਈ ਬਾਂਸਰੀ ਵਜਾਉਂਦਾ। ਬਾਂਸਰੀ ਨਵੀਂ ਨਹੀਂ, ਬਾਂਸਰੀ ਦੇ ਸੁਰ ਪੁਰਾਣੇ ਹੀ ਹੈ, ਪਰ ਫਰਕ ਇਹ ਹੈ ਤੁਸੀਂ ਪਹਿਲੀ ਵਾਰ ਸੁਣੀ ਹੈ ਕਿ ਨਹੀਂ। ਹੈ ਪੁਰਾਣੀ ਹੋਈ ਹੈ ਪਰ ਤੁਸੀਂ ਉਹ ਪਹਿਲੀ ਵਾਰ ਸੁਣੀ ਹੈ। ਪਰ ਪ੍ਰਭੂ ਦਾ ਧੰਨਵਾਦ, ਫੇਸਬੁੱਕ 'ਤੇ ਉਹ ਬਜ਼ੁਰਗ ਭਾਈ ਭਾਈ ਸਰਦਾਰ ਬਕਾਇਦਾ ਕਹਿ ਰਿਹਾ ਸੀ ਕਿ ਗੱਲ ਸਹੀ ਹੈ। ਉਹ ਕਹਿੰਦੇ ਜਦੋਂ ਮੋਹਰਾਂ ਖੁੱਲ੍ਹ ਗਈਆਂ ਨਬੀ ਨੇ ਇਹ ਸ਼ਬਦ ਦਾ ਇਸਤੇਮਾਲ ਕੀਤਾ। ਉਹ ਕਹਿ ਰਿਹਾ ਸਾਨੂੰ ਕਰਨਾ ਚਾਹੀਦਾ ਹੈ। ਭਾਈ ਮੈਨੂੰ ਨਹੀਂ ਫੋਨ ਕਰਦਾ, ਮੈਂ ਉਹਨੂੰ ਨਹੀਂ ਫੋਨ ਕਰਦਾ, ਲੋਕਾਂ ਨੇ ਇਸ ਗੱਲ ਨੂੰ ਸਮਝਿਆ। ਅਤੇ ਕੋਈ ਦੂਜਾ ਕਹਿੰਦਾ ਜੈ ਮਸੀਹ ਦੀ ਦੰਦੀ ਵੱਢਦੀ ਹੈ। ਤੁਹਾਨੂੰ ਬੜੀ ਇੱਦਾਂ ਦੀ ਕਹਿ ਰਹੇ ਹੋ ਭਾਈ, ਮੈਂ ਨਹੀਂ ਕਿਹਾ। ਮੈਂ ਕਹਿੰਦਾ ਯੇਸ਼ੂ ਇਹ 'ਚ ਹਰਜ ਕੀ ਹੈ? ਮੈਂ ਤਾਂ ਬਿਲਕੁਲ ਨਹੀਂ ਕਿਹਾ, ਮੈਂ ਕਹੀ ਜਾਂਦਾ ਯੇਸ਼ੂ ਦੀ ਜੈ, ਯੇਸ਼ੂ ਦੀ ਜੈ, ਯੇਸ਼ੂ ਦੀ ਜੈ। ਇੱਥੇ ਵੀ ਕਹਿ ਦੂੰਗਾ ਯੇਸ਼ੂ ਮਸੀਹ ਦੇ ਨਾਮ ਦੀ ਲਓ। ਪਰ ਗੱਲ ਇੱਕ ਦੂਜੇ ਨੂੰ ਮਿਲਣ ਦੀ ਕਹਿ ਰਹੇ ਹਾਂ। ਮੈਂ ਇੱਕ ਦੂਜੇ ਨੂੰ ਮਿਲਣ ਲਈ ਇਹ ਗੱਲ ਨੂੰ ਕਿਹਾ। ਅਗਰ ਕੋਈ ਬੋਲ ਰਿਹਾ ਮੈਂ ਉਹਨੂੰ ਗਲਤ ਨਹੀਂ ਕਹਿ ਰਿਹਾ। ਇਹ ਨਹੀਂ ਕਿ ਆਹ ਪੁਰਾਣਾ ਬੰਦਾ ਹੈ, ਇਹਨੂੰ ਸਾਰਾ ਪਤਾ ਲੱਗ ਗਿਆ, ਮੈਂ ਨਵਾਂ ਬੰਦਾ ਹਾਂ, ਮੈਨੂੰ ਕੋਈ ਗੱਲ ਨਵੀਂ ਸਮਝ ਹੀ ਨਹੀਂ ਆ ਸਕਦੀ, ਕਿਉਂਕਿ ਸਾਰੇ ਹੱਕ ਰਾਖਵੇਂ ਇਸ ਪੁਰਾਣੇ ਬਜ਼ੁਰਗ ਬੰਦੇ ਦੇ ਕੋਲ ਹੈ। ਇੱਦਾਂ ਨਹੀਂ ਹੈ, ਖੁਦਾ ਤਾਂ ਕਿਸੇ ਰਾਹੀਂ ਵੀ ਗੱਲ ਕਰ ਸਕਦਾ, ਕਿਸੇ ਤੋਂ ਵੀ ਬੁਲਾ ਸਕਦਾ, ਉਹ ਤਾਂ ਆਜ਼ਾਦ ਆ। ਹੈਂ ਕਿੰਨਾ ਵਧੀਆ ਦਿੱਲੀ ਉਹ ਭਾਈ ਹੁਣੇ ਗੀਤ ਗਾਉਂਦੇ ਹੁੰਦੇ ਆ, ਸ਼ਲੋਮ ਸ਼ਲੋਮ ਯਰੂਸ਼ਲੇਮ। ਮੈਨੂੰ ਪੂਰਾ ਤਾਂ ਨਹੀਂ ਆਉਂਦਾ ਪਰ ਬੜਾ ਅੱਛਾ ਲੱਗਦਾ ਕਿ ਨਹੀਂ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ, ਪ੍ਰਭੂ ਦਾ ਬਹੁਤ ਧੰਨਵਾਦ। ਪਰ ਮੈਂ ਇਹ ਸਿਰਫ ਇੰਨੀ ਕੁ ਗੱਲ ਕਰਦਾ ਕਿ ਅਸੀਂ ਮਸੀਹ ਵਿੱਚ ਅੱਗੇ ਵਧਣਾ ਆ। ਆ ਬੇਤੁਕੀਆਂ ਗੱਲਾਂ ਨੂੰ ਲੈ ਕੇ ਬਿਨਾਂ ਗੱਲ ਤੋਂ ਸਾਨੂੰ ਉਹ ਨਾ ਕਰੋ। ਅਸੀਂ ਜੋ ਕਰ ਰਹੇ ਹਾਂ ਠੀਕ ਹੈ, ਜੋ ਕੋਈ ਕਰਦਾ, ਮੈਂ ਪਰ ਖੁੰਦਕਬਾਜ਼ੀ 'ਚ ਨਹੀਂ, ਠੀਕ ਹੈ। ਅੱਜ ਕਈਆਂ ਨੇ ਤਾਂ ਜੰਗ ਛੇੜੀ ਹੈ ਕਿ ਜਿਹੜਾ ਕੰਮ ਭਾਈ ਭੁਪਿੰਦਰ ਸਿੰਘ ਅਤੇ ਉਹਦਾ ਤਾਂ ਚਰਚ ਕਰੇਗਾ ਉਹ ਕੰਮ ਨਹੀਂ ਕਰਦੇ। ਮੈਨੂੰ ਇੱਕ ਬੰਦੇ ਨੇ ਕਾਲ ਕੀਤੀ, ਮੈਨੂੰ ਕਹਿੰਦੇ ਤੇਰੇ ਨਾਲ ਦਾ ਕੋਈ ਪਾਦਰੀ ਇੱਥੇ ਬੈਠਾ ਮੇਰੇ ਕੋਲ ਹੁਣੀ, ਤੇਰੀ ਵੀਡੀਓ ਸੁਣੀ, ਤੇ ਕਹਿੰਦਾ ਉਹਨੇ ਇਹ ਕਿਹਾ, ਕਹਿੰਦਾ ਇਹ ਪਾਦਰੀ ਸ਼ਬਦ ਮੈਨੂੰ ਕੀ ਯੂਜ਼ ਕੀਤੇ ਉਹਨੇ ਬੰਦੇ ਨੇ, ਉਹ ਵੀ ਅੱਗੇ ਪਾਦਰੀ ਹੋਈ ਸੀ, ਕਹਿੰਦਾ ਤੇਰੇ ਨਾਲ ਦਾ ਪਾਦਰੀ ਇਹ ਕਹਿੰਦਾ ਕਿ ਇਸ ਕੰਜਰ ਨੇ ਨਵਾਂ ਪੁਆੜਾ ਛੇੜ ਲਿਆ ਸ਼ਲੋਮ ਦਾ। ਮੈਂ ਕਿਹਾ ਓਕੇ, ਮੈਨੂੰ ਕੋਈ ਫਰਕ ਨਹੀਂ ਪੈਂਦਾ,
ਜੇ ਕਿਸੇ ਨੂੰ ਵੱਟੇ ਪੈ ਸਕਦੇ ਆ। ਜਿੱਦਣ ਅਸੀਂ ਖੁਦਾ ਬੋਲਣਾ ਸ਼ੁਰੂ ਕੀਤਾ ਉਦਣ ਲੋਕਾਂ ਦੇ ਫੁੱਲਾਂ ਦੇ ਹਾਰ ਪਾਏ। ਉਦਣ ਕਿਹੜਾ ਫੁੱਲਾਂ ਦੇ ਹਾਰ ਪਾਏ। ਤੇ ਜੇ ਅੱਜ ਵੀ ਕੋਈ ਕਹਿ ਦੇਗਾ ਮੈਨੂੰ ਫਰਕ ਨਹੀਂ ਪੈਣਾ, ਪਰ ਆਖਰਕਾਰ ਗੱਲ ਉਹੀ ਮੰਨੀ ਜਾਣੀ ਹੈ ਲੋਕਾਂ ਵਿੱਚ ਜੋ ਇਹ ਵਚਨ ਕਹਿ ਰਿਹਾ ਆ। ਇਹ ਵਚਨ ਹੀ ਆਮੀਨਿਆ, ਯੇਸ਼ੂ ਹੀ ਆਮੀਨਿਆ। ਆਮੇਨ। ਇਸ ਲਈ ਮੇਰੇ ਬ੍ਰਦਰ, ਮੇਰੀ ਸਿਸਟਰ, ਸਿਰਫ ਇਹ ਜੋ ਕੋਈ ਕਹਿੰਦਾ ਉਹਨੂੰ ਕਹਿਣ ਦਿਓ, ਪਰ ਅਸੀਂ ਇਹ ਧਰਮਾਂ, ਇਹ ਜਾਤੀਆਂ ਔਰ ਇਹ ਦੇਸ਼ਾਂ ਦੇ ਆਤਮੇ ਤੋਂ ਬਾਹਰ ਨਿਕਲਦੇ ਪਏ ਹਾਂ। ਅਸੀਂ ਇੰਡੀਅਨ ਨਹੀਂ, ਅਸੀਂ ਪੰਜਾਬੀ ਨਹੀਂ, ਅਸੀਂ ਅਮੈਰੀਕਾ ਨਹੀਂ, ਅਸੀਂ ਕਿਸੇ ਹੋਰ ਨਹੀਂ, ਅਸੀਂ ਇੱਕ ਦੇਸ਼ ਦੇ ਵਾਸੀ ਹਾਂ। ਉਸ ਦੇਸ਼ ਦਾ ਰਾਜਾ ਮਲਕੀਸੇਦਕ ਹੈ, ਸ਼ਲੇਮ ਦਾ ਰਾਜਾ, ਸ਼ਲੋਮ ਦਾ ਰਾਜਾ, ਯਰੂਸ਼ਲੇਮ। ਹਾਲੇਲੂਇਆ, ਆਮੀਨ। ਔਰ ਇਸ ਲਈ ਅਸੀਂ ਸਟੈਂਡ ਤੇ ਖੜੇ ਹਾਂ, ਕੁਛ ਵੀ ਐਸਾ ਕੰਮ ਨਹੀਂ ਕਰ ਰਹੇ, ਕੁਛ ਵੀ ਇੱਦਾਂ ਦੀ ਚੀਜ਼ ਲੈ ਕੇ ਨਹੀਂ ਆ ਰਹੇ। ਇਸ ਚਰਚ ਦੇ ਅੰਦਰ ਕੋਈ ਵੀ ਰੀਤੀ ਰਿਵਾਜ ਵਾੜੇ ਨਹੀਂ ਜਾ ਰਹੇ, ਸਭ ਮਨਾਉਂਦੇ ਕਿ 25 ਦਸੰਬਰ ਨੂੰ ਕ੍ਰਿਸਮਸ ਅਸੀਂ ਸੈਲੀਬ੍ਰੇਟ ਨਹੀਂ ਕਰ ਸਕਦੇ ਕਿ ਦੂਜੇ। ਮੈਂ ਬੰਦਗੀ ਦੀ ਗੱਲ ਨਹੀਂ ਕਰ ਰਿਹਾ, ਮੈਂ ਸੈਲੀਬ੍ਰੇਸ਼ਨ ਦੀ ਗੱਲ ਕਰ ਰਿਹਾ। ਇਹ ਵੀ ਮੁੱਦਾ ਬਣਿਆ ਕਿ ਬੰਦਗੀ ਨਹੀਂ ਕਰ ਸਕਦੇ। ਇੱਕ ਬੰਦਾ ਕਹਿੰਦਾ ਮੈਂ ਤੇ 365 ਦਿਨ ਬੰਦਗੀ ਕਰੂੰਗਾ, ਤੈਨੂੰ ਮਨਾ ਕੌਣ ਕਰ ਰਿਹਾ ਹੈ। ਮੈਂ ਇਹ ਕਹਿ ਰਿਹਾ ਸੈਲੀਬ੍ਰੇਸ਼ਨ 25 ਦਸੰਬਰ ਸੈਲੀਬ੍ਰੇਸ਼ਨ। ਭਾਈ ਜੀ ਪਾਣੀ ਖੋਲ ਦਿਓ, ਉੱਥੋਂ ਭੈਣਾਂ ਦਾ ਬਪਤਿਸਮਾ ਆ, ਜਾਇਓ ਭਾਈ ਅਮਨ। ਸੈਲੀਬ੍ਰੇਸ਼ਨ, ਜਿਹੜੀ ਜਿੰਬਾਬੇ ਤੋਂ ਭੈਣ ਆਈਆਂ ਉਹਨਾਂ ਦਾ ਬਪਤਿਸਮਾ ਆ। ਪਰ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰ ਰਿਹਾ, ਅਸੀਂ ਸੈਲੀਬ੍ਰੇਟ ਕਰਨ ਤੋਂ ਮਨਾ ਕੀਤਾ। ਅਗਰ ਕੋਈ ਕਰ ਰਿਹਾ ਹੈ, ਬੰਦਗੀ ਕਰ ਰਿਹਾ, ਸੈਲੀਬ੍ਰੇਟ ਨਹੀਂ ਕਰ ਰਿਹਾ ਪ੍ਰਭੂ ਦੇ ਨਾਮ ਨੂੰ, ਮਹਿਮਾ ਮਿਲੇ, ਠੀਕ ਹੈ। ਪਰ ਬੰਦਗੀ ਦੇ ਆੜ ਦੇ ਪਿੱਛੇ ਸੈਲੀਬ੍ਰੇਸ਼ਨ ਹੁੰਦਾ, ਇਹ ਮੈਨੂੰ ਪੰਜਾਬ ਵਿੱਚ ਪਤਾ ਆ। ਗੱਲ ਇਹਦੀ ਸੀਗੀ ਕਰ ਰਿਹਾ। ਪ੍ਰਭੂ ਦਾ ਧੰਨਵਾਦ। ਅਗਰ ਕੋਈ ਵਚਨ ਨੂੰ ਸੁਣ ਕੇ ਚੱਲਦਾ ਆ, ਠੀਕ ਹੈ, ਨਹੀਂ ਤਾਂ ਅਗਲੇ ਦੀ ਮਰਜ਼ੀ। ਕਿਉਂਕਿ ਕਈ ਵਾਰ ਬੰਦੇ ਜਿੱਦ 'ਚ, ਦਿਲੋਂ ਨਫ਼ਰਤ 'ਚ ਬਹੁਤ ਕੁਛ ਕਰਦੇ ਆ, ਕਰੀ ਜਾਂਦਾ। ਪਰ ਇੱਕ ਚੀਜ਼ ਹੈ, ਪ੍ਰਭੂ ਦਾ ਧੰਨਵਾਦ। ਪਰ ਮੈਂ ਸਿਰਫ ਇਹ ਕਹਿੰਦਾ ਹਾਂ, ਸਿਰਫ ਇਹ, ਅਸੀਂ ਉਹ ਸ਼ਬਦ ਯੂਜ਼ ਨਾ ਕਰੀਏ ਜਿੱਦਾਂ ਬ੍ਰਦਰ ਲਾਲ ਨੇ ਕਿਹਾ। ਕੀ ਦੱਸਿਆ ਉਹਨਾਂ ਨੇ ਬ੍ਰਦਰ ਲਾਲ ਨੇ? ਮੈਂ ਇਸ ਪ੍ਰਚਾਰ ਕੀਤਾ ਬਾਈਬਲ, ਤੇਰੀ ਬੋਲੀ
ਤੇਰਾ ਭੇਦ ਖੋਲਦੀ। ਹੁਣ ਕਈ ਵਾਰ ਹੁੰਦਾ ਨਾ ਅਸੀਂ ਕਿਸੇ ਨੂੰ ਮਿਲਦੇ ਕਿਸੇ ਨੂੰ ਕੋਈ ਘਰ ਆ ਗਿਆ, ਪਾਣੀ ਇੱਦਾਂ ਬਣ ਗਏ ਜੱਗ 'ਚ। ਇਹ ਹਕੀਕਤ ਆ, ਆ ਐਕਸ਼ਨ ਕਿਉਂ ਇਹ ਦੱਸ ਰਿਹਾ ਕਿ ਮੈਂ ਆਦਰ ਨਾਲ ਪਾਣੀ ਪਾ ਰਿਹਾ। ਐਕਸ਼ਨ ਸਮਝਾਈ, ਇੱਦਾਂ ਹੀ ਐਕਸ਼ਨ ਦੇ ਨਾਲ ਖੀਰ ਬੰਨਦਾ ਹੁੰਦਾ ਸੀ ਗੁੱਗਾ ਮਾੜੀ ਤੇ। ਹਾਂਜੀ, ਇਹ ਐਕਸ਼ਨ। ਫਿਰ ਜਦੋਂ ਅੱਗੇ ਨੇ ਮਿਲਣਾ ਹੈ, ਸਿੱਧਾ ਨਹੀਂ ਮਿਲਣਾ, ਉਹ ਅਗਲੇ ਦੀ ਗਰਦਨੀ ਛਾਤੀ ਤੇ ਵੱਜਦੀ ਹੈ। ਕਾਰਨ ਕੀ? ਮੈਂ ਨੀਵਾਂ ਆਇਆ। ਇੱਦਾਂ ਨਹੀਂ ਨੀਵਾਂ, ਇੱਕ ਦੂਜੇ ਨੂੰ ਮਿਲੋ, ਛਾਤੀ ਨਾਲ ਛਾਤੀ ਹੋਵੇ ਭਾਈ, ਗਲੇ ਘੁੱਟ ਕੇ ਮਿਲਣ। ਇਹ ਭਾਈ ਹੈ, ਇਹ ਥੋੜ੍ਹੀ ਵੱਖੀ ਵਰਨੇ। ਇੱਦਾਂ ਮੈਂ ਤੁਹਾਨੂੰ ਐਕਸ਼ਨ ਦੀ ਗੱਲ ਕਰ ਰਿਹਾ, ਐਕਸ਼ਨ ਠੀਕ ਨਹੀਂ ਹੈ। ਮੈਂ ਫਿਰ ਕਿਹਾ ਸੀ ਇਹ ਉਹ ਚਰਚ ਆ ਜਿੱਥੇ ਤੁਹਾਨੂੰ ਵਚਨ ਸਿਖਾਇਆ ਜਾਣਾ, ਸੁਧਾਰਨਾ ਸੁਧਾਰਿਆ ਜਾਣਾ। ਅਗਰ ਸੁਧਰਨ ਲਈ ਤਿਆਰ ਹੋਵੋ ਤੇ ਆਮੀਨ, ਅਗਰ ਸੁਧਰਨ ਲਈ ਤਿਆਰ ਨਹੀਂ ਤੇ ਬਹੁਤ ਵੇਟ ਕਰ ਰਹੇ ਆ ਕਿ ਐਸਾ ਕੋਈ ਉਹਨਾਂ ਦੇ ਆ ਜਾਏ। ਪ੍ਰਭੂ ਬੜੀ ਬਰਕਤ ਦੇ। ਗੋਡ ਬਲੈਸ ਯੂ, ਸ਼ਾਲੋਮ, ਆਮੀਨ। ਤਾਂ ਕਾਫੀ ਰੈਫਰੈਂਸ ਪੜ੍ਹੇ ਦਿਖਾਏ, ਔਰ ਇਸ ਮੈਸੇਜ ਨੂੰ ਕੋਈ ਕੱਟ ਕੱਟ ਕੇ ਆਇਆ ਤੇ ਦੁਬਾਰਾ ਸੁਣ ਵੀ ਲਿਓ, ਪਰ ਜੋ ਕੁਛ ਬੋਲਿਆ ਮੈਂ ਬਾਈਬਲ, ਬਿਬਲੀਕਲੀ ਵਰਸਾਂ ਔਰ ਨਬੀ ਦਾ ਸੰਦੇਸ਼ ਲੈ ਕੇ ਬੋਲਿਆ। ਹੇ ਲਾੜੀ ਮਸੀਹ ਯੇਸ਼ੂ ਦੀ, ਤੈਨੂੰ ਸ਼ਲੋਮ। ਖੁਦਾਵੰਦ ਬੜੀ ਬਰਕਤ ਦੇ। ਆਮੇਨ। ਆਓ ਅਸੀਂ ਆਪਣੇ ਸਿਰਾਂ ਝੁਕਾਈਏ, ਪ੍ਰਾਰਥਨਾ ਦੀ ਹਾਲਤ ਵਿੱਚ ਹੋਈਏ। ਕੋਈ ਜਣਾ, ਕੋਈ ਭਾਈ, ਆਪਣੇ ਵਚਨ ਵਿੱਚੋਂ ਖੁਦਾਵੰਦਾ ਤੂੰ ਸਾਨੂੰ ਸ਼ਲੋਮ ਬਾਰੇ ਵਾਰ ਦੱਸਿਆ ਪ੍ਰਭੂ, ਇਹ ਖੁਦਾਵੰਦਾ ਦੁਆਰਾ ਦਿੱਤਾ ਗਿਆ ਸ਼ਬਦ ਹੈ ਮੇਰੇ ਖੁਦਾਵੰਦਾ, ਕਿ ਤੁਹਾਨੂੰ ਸ਼ਾਂਤੀ ਹੋਵੇ ਮੇਰੇ ਖੁਦਾਵੰਦਾ। ਇਹ ਕਿਸੇ ਮਨੁੱਖ ਦਾ ਸ਼ਬਦ ਨਹੀਂ ਹੈ ਮੇਰੇ ਖੁਦਾਵੰਦਾ, ਬਲਕਿ ਇਹ ਯਹੋਵਾਹ ਦਾ ਨਾਮ ਹੈ ਪ੍ਰਭੂ ਯਿਸੂ ਮਸੀਹ। ਉਹ ਖੁਦਾਵੰਦ ਤੇਰਾ ਬਹੁਤ ਧੰਨਵਾਦ ਕਰਦੇ ਹਾਂ, ਤੇਰਾ ਸ਼ੁਕਰ ਕਰਦੇ ਹਾਂ। ਕਿਸ ਤਰ੍ਹਾਂ ਖੁਦਾਵੰਦਾ ਅੱਜ ਸਾਡੇ ਅਜੀਜ਼ ਪਾਸਟਰ ਨੇ ਖੁਦਾਵੰਦਾ ਸੰਦੇਸ਼ ਦੇ ਵਿੱਚੋਂ ਖੁਦਾਵੰਦਾ ਔਰ ਬਾਈਬਲ ਦੇ ਵਿੱਚੋਂ ਖੁਦਾਵੰਦ ਵੱਖਰਾ ਵੱਖਰਾ ਕਰਕੇ ਦਿਖਾਇਆ ਕਿ ਸ਼ਲੋਮ ਮੇਰੇ ਦੁਆਰਾ ਨਹੀਂ ਕਿਹਾ ਗਿਆ ਬਲਕਿ ਯਹੋਵਾਹ ਦੁਆਰਾ ਕਿਹਾ ਗਿਆ ਸ਼ਬਦ ਹੈ। ਉਹ ਪ੍ਰਭੂ ਯਿਸੂ ਮਸੀਹ ਤੇਰਾ ਬਹੁਤ ਧੰਨਵਾਦ, ਤੇਰਾ ਸ਼ੁਕਰ ਕਰਦੇ ਹਾਂ। ਹੁਣ ਦੇ ਖੁਦਾਵੰਦ ਇਹ ਸੰਦੇਸ਼ ਸਾਡੇ ਜੀਵਨ ਦਾ ਹਿੱਸਾ ਬਣ ਜਾਏ ਪ੍ਰਭੂ, ਅਸੀਂ ਆਪਣੇ ਜੀਵਨਾਂ ਤੋਂ ਖੁਦਾਵੰਦ ਤੇਰੇ ਨਾਮ ਨੂੰ ਮਹਿਮਾ ਦੇਈਏ ਪ੍ਰਭੂ। ਹਾਲੇਲੂਯਾ। ਕੱਲ ਵੀ ਖੁਦਾਵੰਦ ਕਿਸੇ ਨੂੰ ਮਿਲੀਏ ਪ੍ਰਭੂ, ਭਾਈ ਨੂੰ ਮਿਲੀਏ ਪ੍ਰਭੂ, ਅਸੀਂ ਤੇਰੇ ਨਾਮ ਜਿਵੇਂ ਸ਼ਲੋਮ ਬੋਲੀਏ ਪ੍ਰਭੂ ਯਿਸੂ ਮਸੀਹ। ਉਹ ਖੁਦਾਵੰਦ ਜਦ ਕਿਸੇ ਤੋਂ ਵਿਛੜੀਏ ਪ੍ਰਭੂ, ਤਾਂ ਵੀ ਅਸੀਂ ਸ਼ਲੋਮ ਬੋਲੀਏ ਪ੍ਰਭੂ ਯਿਸੂ ਮਸੀਹ, ਤਾਂ ਕਿ ਸਾਡੇ ਜੀਵਨਾਂ ਵਿੱਚੋਂ ਸਿਰਫ ਤੇਰੇ ਨਾਮ ਨੂੰ ਮਹਿਮਾ ਮਿਲੇ ਪ੍ਰਭੂ। ਉਹ ਖੁਦਾਵੰਦ ਸਾਡੇ ਜੀਜ਼ ਪਾਸਟਰ ਨੂੰ ਹੋਰ ਆਪਣੀ ਮਹਿਮਾ ਲਈ ਇਸਤੇਮਾਲ ਕਰ ਖੁਦਾਵੰਦਾ, ਤਾਂ ਕਿ ਤੇਰਾ ਨਾਮ ਸਾਡੇ ਸਭਨਾਂ ਦੇ ਜੀਵਨ ਵਿੱਚ ਮਹਿਮਾ ਪਾਏ ਪ੍ਰਭੂ। ਪ੍ਰਾਰਥਨਾ ਬੇਨਤੀ ਤੇਰੇ ਵੱਡੇ ਨਾਮ ਯਿਸੂ ਮਸੀਹ ਜੋ ਕਿ ਮੰਗਦੇ ਹਾਂ, ਸੁਣ ਤੇ ਬਰਕਤ ਦੇ। ਆਮੀਨ।